ਨਾਰਾ ਤਾਂ ਅਬ ਕੀ ਬਾਰ 400 ਪਾਰ ਦਾ ਹੈ ਕਈ ਵਾਰ ਤਾਂ ਖਾਲੀ ਟੱਪਿਆ ਜਾਂਦਾ ਹੁੰਦਾ ਛੋਟਾ ਜਿਹਾ ਉਹਦੇ ਜੀ ਕਿਤੇ ਪੈਰ ਰੜ ਕੇ ਬੰਦਾ ਡਿੱਗ ਪੈਂਦਾ ਇੱਕ ਕੱਲ ਦਾ ਬਹੁਤ ਅਫਸੋਸ ਹੈ ਬਿੱਟੂ ਤੇ ਜਿਹੜਾ ਕਹਿੰਦਾ ਕਾਂਗਰਸ ਨੇ ਸਤਕਾਰ ਨਹੀਂ ਦਿੱਤਾ ਬਿੱਟੂ ਕਿ ਯਾਰ ਭੁੱਲ ਜਾਂਦੇ ਆ ਕਿਹੜੇ ਕੰਮਾਂ 'ਚ ਪੈ ਗਿਆ ਆ ਹੁਣ ਸੁਨੀਲ ਦਾ ਖੜੀ ਸਾਹਮਣੇ ਫੋਟੋ ਲਈ ਹੱਸ ਰਿਹਾ ਜਿਸ ਪਰਿਵਾਰ ਨੂੰ ਇੰਨਾ ਕੁਝ ਕਾਂਗਰਸ ਨੇ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਕਲਾਕਾਰੀ ਤੋਂ ਹੀ ਇਸ ਕੁਰਸੀ ਤੱਕ ਪਹੁੰਚੇ ਨੇ ਕਲਾਕਾਰੀ ਨੇ ਐਸੀ ਕਲਾਕਾਰੀ ਕੀਤੀ ਕਿ ਦੁਨੀਆ ਹੁਣ ਆਪਣੇ ਹੱਥਾਂ ਨੂੰ ਦੰਦੀਆਂ ਵੱਡ-ਵੱਡ ਵੇਖਦੀ ਜਾ ਕਿ ਅਸੀਂ ਕੀ ਕਰ ਬੈਠੇ ਹਾਂ ਆਪੋਜੀਸ਼ਨ ਨੂੰ ਬੋਲਣ ਦੀ ਦਿੱਤਾ ਜਾ ਰਿਹਾ ਉਹ ਤੈਨੂੰ ਅੰਦਰ ਕਰ ਦੂ ਤੈਨੂੰ ਅੰਦਰ ਤੈਨੂੰ ਰੋਕਿਆ ਕਿੰਨੇ ਆ ਕਮਾਲ ਹੋ ਗਈ ਯਾਰ ਮੁੱਖ ਮੰਤਰੀ ਦਾ ਇਹ ਲੈਵਲ ਹੈ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਇਸ ਖਾਸ ਸ਼ੋਅ ਨਿਊਜ਼ ਰੂਮ ਕਟੈਰਾ ਦੇ ਵਿੱਚ ਮੈਂ ਹਾਂ ਵਿਜੇਪਾਲ ਬਰਾੜ ਅੱਜ ਅਸੀਂ ਇੱਕ ਸ਼ਖਸੀਅਤ ਨੂੰ ਦਸ਼ਕਾਂ ਦੇ ਰੂਬਰੂ ਕਰਾਂਗੇ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਨਿਊਜ਼ ਰੂਮ ਕਟੈਰਾ ਦੇਖ ਕੇ ਨਜ਼ਰ ਆ ਰਿਹਾ ਹੁਣੇ ਪੂਰੇ ਸੈਟਅਪ ਨੂੰ ਕਿਉਂਕਿ ਇੱਕ ਮਹੀਨਾ ਰਹਿ ਗਿਆ ਚੋਣ ਪ੍ਰਚਾਰ ਦੇ ਵਿੱਚ ਔਰ ਇਹ ਆਖਰੀ ਜਿਹੜਾ ਹੈ ਇੱਕ ਮਹੀਨਾ ਸਾਰੀਆਂ ਪਾਰਟੀਆਂ ਸਿਆਸੀ ਤੌਰ ਤੇ ਆਪਣੀ ਜਾਨ ਲੜਾ ਦਿੰਦੀਆਂ ਸਾਰਿਆਂ ਵੱਲੋਂ ਵੱਡੇ ਤੋਂ ਵੱਡੇ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਆ ਤਾਂ ਕਿ ਦੂਜਿਆਂ ਨੂੰ ਪੂਰੇ ਤਰੀਕੇ ਨਾਲ ਮੁਕਾਬਲਾ ਦਿੱਤਾ ਜਾ ਸਕਿਆ ਔਰ ਇਸ ਮੁਕਾਬਲੇ ਦੇ ਵਿੱਚ ਕਿਹੜੇ ਦਿਗਜ ਉੱਭਰ ਕੇ ਆਉਣਗੇ ਕਿਹੜੀਆਂ ਪਾਰਟੀਆਂ ਨੇ ਕਿਹੜੇ ਦਿਗਜਾਂ ਤੇ ਦਾਅ ਖੇਲੇ ਨੇ ਐਸੀ ਹੀ ਇੱਕ ਸ਼ਖਸੀਅਤ ਨੂੰ ਅੱਜ ਅਸੀਂ ਆਪਣੇ ਨਿਊਜ਼ ਰੂਮ ਕਟਾਰੇ ਦੇ ਵਿੱਚ ਇਨਵਾਈਟ ਕੀਤਾ ਹੈ ਤਾਂ ਸਵਾਗਤ ਕਰਦੇ ਹਾਂ ਅਸੀਂ ਪੰਜਾਬ ਕਾਂਗਰਸ ਦੇ ਵੱਡੇ ਆਗੂ ਔਰ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਦਾ ਸੁਖਜਿੰਦਰ ਸਿੰਘ ਰੰਦਾਵਾ ਸਾਡੇ ਨਾਲ ਅੱਜ ਨਿਊਜ਼ ਰੂਮ ਕਟਾਰੇ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਸਾਡੇ सवालों के जवाब सुखजिंद रंधावा दे प्लीज वेलकम रंधावा साहब प्लीज वेलकम रंधावा साहब वेलकम सुखजिंद रंधावा न्यूज सेटिन दे कटहरा प्रोग्राम के पहुंच चुके हैं रंधावा साहब ਕਟਹਿਰੇ ਦਾ ਮਤਲਬ ਸਵਾਲਾਂ ਜਵਾਬਾਂ ਨਾਲ ਹੀ ਆ ਕੋਈ ਕੇਸ ਜਾਂ ਕੋਈ ਮੁਕਦਮੇ ਨਹੀਂ ਇੱਥੇ ਚੱਲਨੇ ਕਿਉਂਕਿ ਪੋਲੀਟੀਸ਼ੀਅਨ ਤੇ ਜਰਨਲਿਸਟ ਦਾ ਇੱਕ ਰਿਸ਼ਤਾ ਹੁੰਦਾ ਹੈ ਕਿ ਅਸੀਂ ਸਵਾਲ ਕਰਨੇ ਆ ਤੁਸੀਂ ਜਵਾਬ ਦੇਣੇ ਹੁੰਦੇ ਔਰ ਕਿਉਂਕਿ ਤੁਸੀਂ ਕੈਂਡੀਡੇਟ ਹੋ ਤਾਂ ਇਹ ਇੱਕ ਤਰੀਕੇ ਨਾਲ ਜਨਤਾ ਦੀ ਕਚਹਿਰੀ ਹੁੰਦੀ ਹੈ ਕਿ ਸਵਾਲ ਸਾਡੀ ਜ਼ੁਬਾਨੀ ਜ਼ਰੂਰ ਆ ਰਹੇ ਆ ਪਰ ਹੈ ਲੋਕਾਂ ਦੇ ਔਰ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਜੇ ਤੁਸੀਂ ਹੁਣ ਫੀਲਡ ਦੇ ਵਿੱਚ ਜਾਣਾ ਹੈ ਜਦੋਂ ਆਪਣੀ ਕੈਂਪੇਨ ਸ਼ੁਰੂ ਕਰਨੀ ਹੈ ਤਾਂ ਕਿਹੜੀਆਂ ਚੀਜ਼ਾਂ ਕਿਹੜੇ ਦਾਵੇ ਕਿਹੜੇ ਮੁੱਦੇ ਤੁਹਾਡੇ ਕੋਲੇ ਹੋਣਗੇ ਔਰ ਕਿਸ ਤਰੀਕੇ ਨਾਲ ਤੁਸੀਂ ਆਪਣੀ ਚੋਣ ਕੈਂਪੇਨ ਨੂੰ ਅੱਗੇ ਲੈ ਕੇ ਜਾਓਗੇ ਸੋ ਪਹਿਲਾ ਸਵਾਲ ਮੈਂ ਥੋ ਸ਼ੁਰੂ ਕਰੂੰਗਾ ਤੁਹਾਡੇ ਕੈਂਡੀਡੇਚਰ ਨੂੰ ਲੈ ਕੇ ਕਿ ਕਾਂਗਰਸ ਦੇ ਵਿੱਚ ਬੜੇ ਦਿਨਾਂ ਦੀ ਇਹ ਚਰਚਾ ਸੀ ਕਿ ਬਿਗ ਸ਼ਾਟਸ ਜਿਹਨੂੰ ਮੀਡੀਆ ਦੀ ਭਾਸ਼ਾ ਚ ਕਹਿ ਦਿੰਦੇ ਆ ਵੱਡੇ ਲੀਡਰ ਦਮਦਾਰ ਆਗੂ ਕਹਿ ਦਈਏ ਦਬੰਗ ਆਗੂ ਕਹਿ ਦਈਏ ਜੋ ਮਰਜੀ ਤੁਸੀਂ ਨਾਮ ਦੇ ਨਾਲ ਜੋੜ ਸਕਦੇ ਹੋ ਸੋ ਤੁਹਾਡੇ ਕੈਂਡੀਡੇਚਰ ਨੂੰ ਲੈ ਕੇ ਤੁਹਾਨੂੰ ਅੰਦਾਜ਼ਾ ਸੀ ਜਾਂ ਤੁਹਾਡੀ ਡਿਮਾਂਡ ਸੀ ਜਾਂ ਤੁਸੀਂ ਪਾਰਟੀ ਦੇ ਅੱਗੇ ਕੋਈ ਇੱਛਾ ਜ਼ਾਹਿਰ ਕੀਤੀ ਸੀ ਇਕਦਮ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਗੁਰਦਾਸਪੁਰ ਤੋਂ ਕਿਉਂ ਆ ਗਿਆ ਖਾਸ ਕਰਕੇ ਲੋਕ ਸਭਾ ਲਈ ਇਹ ਬਰਾੜ ਸਾਹਿਬ ਇੱਕ ਚੀਜ਼ ਬੜੀ ਸਪੱਸ਼ਟ ਆ ਜੀ ਕਿ ਮੇਰੇ ਪਰਿਵਾਰ ਨੇ ਕਦੀ ਵੀ ਓਵਰ ਐਂਬੀਸ਼ਸ ਨਹੀਂ ਹੋਇਆ ਅੰਬੀਸ਼ਨ ਜ਼ਰੂਰ ਹੁੰਦੀ ਆ ਪਰ ਉਹ ਪੋਲਿਟਿਕਸ ਵਿੱਚ ਓਵਰ ਐਂਬੀਸ਼ਸ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਲੀਡਰ ਓਵਰ ਐਂਬੀਸ਼ਸ ਹੋਇਆ ਉਹ ਕਦੀ ਕਾਮਯਾਬ ਨਹੀਂ ਹੋਇਆ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਂ ਜਦੋਂ ਮੈਨੂੰ 97 ਤੇ ਟਿਕਟ ਮਿਲੀ ਆ ਮੇਰਾ ਬ੍ਰਦਰ ਮੈਂ ਇੰਦਰਜੀਤ ਉਹ ਪੋਲਿਟਿਕਸ ਵਿੱਚ ਸੀ ਮੈਂ ਕਦੀ ਪੋਲਿਟਿਕਸ ਵਿੱਚ ਮੈਨੂੰ ਏਪੀਸੀ ਵੀ ਨਹੀਂ ਸੀ ਪਤਾ ਠੀਕ ਹੈ ਤੇ ਮੇਰੇ ਫਾਦਰ ਜਦੋਂ ਪ੍ਰੈਜ਼ੀਡੈਂਟ ਬਣੇ ਮੈਨੂੰ ਟਿਕਟ ਮਿਲ ਗਈ ਤੇ ਈਵਨ ਮੈਨੂੰ ਸਟੇਜ ਤੇ ਖੜੂਣ ਲੱਗੇ ਮੈਨੂੰ ਡਰ ਲੱਗਦਾ ਸੀ ਅੱਛਾ ਉਦੋਂ ਕਿੰਨੀ ਉਮਰ ਸੀ ਮੈਂ ਹੁਣ ਤਾਂ 40 39 ਦਾ 39 39 ਕਿਉਂਕਿ ਪੋਲਿਟਿਕਸ ਦੇ ਵਿੱਚ ਮੇਰੇ ਫਾਦਰ ਬੜਾ ਵੱਡਾ ਜੋ ਉਹਨਾਂ ਦਾ ਨਾਂ ਸੀ 39 ਤੱਕ ਪੋਲਿਟਿਕਸ 'ਚ ਬਿਲਕੁਲ ਡੋਟਾ ਵੀ ਵਸਦਾ ਸੀ ਮੈਂ ਡਰਦਾ ਹੁੰਦਾ ਸੀ ਕਿ ਯਾਰ ਕਿਹੜੇ ਕੰਮ ਜਪੇ ਜਾਗੇ ਕਿੱਥੇ ਸਾਰਾ ਦਿਨ ਸਾਨੂੰ ਨਹੀਂ ਕਦੀ ਪੁੱਛਿਆ ਤੇ ਮੈਂ ਤੁਹਾਨੂੰ ਉਹਦੇ 'ਚ ਹੀ ਦੱਸਦਾ ਕਿ ਤੁਹਾਡੀ ਫੈਮਿਲੀ ਲਾਈਫ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਪਬਲਿਕ ਲਾਈਫ ਬਣ ਜਾਂਦੀ ਹੈ ਮੈਂ 10ਵੀਂ ਚੋਂ ਪਾਸ ਹੋਇਆ ਤੇ ਮੇਰੇ ਫਾਦਰ ਉਹਨੋਂ ਮਿਨਿਸਟਰ ਸੀਗੇ ਤੇ ਮੈਂ ਕਿਹਾ ਜੀ ਮੈਂ 10ਵੀਂ ਮੈਂ ਪਾਸ ਹੋ ਗਿਆ ਤੇ ਮੈਨੂੰ ਕਹਿੰਦੇ ਕਿਹੜੀ ਕਲਾਸ ਚੋਂ ਮੈਂ ਖੈ ਲੋਜ ਨੂੰ ਪਿਓ ਨੂੰ ਇਹ ਨਹੀਂ ਪਤਾ ਹੁੰਦਾ ਵੀ ਬੱਚੇ ਦੀ ਕਲਾਸ ਬੱਚੇ ਬਿਲਕੁਲ ਇਹੀ ਮੇਰੇ ਨਾਲ ਆ ਕਿ ਕਈ ਵਾਰ ਨਾ ਬਰਥਡੇ ਹੁੰਦਾ ਬੱਚਿਆਂ ਦਾ ਪਤਾ ਹੀ ਨਹੀਂ ਹੁੰਦਾ ਉਹ ਕਹਿੰਦੇ ਤੁਹਾਨੂੰ ਆਪਣੇ ਬੇਟੀਆਂ ਕਹਿਣਗੇ ਤੁਹਾਨੂੰ ਸਾਡੇ ਪੁੱਤ ਤਾਂ ਨਹੀਂ ਪਤਾ ਕਿੰਨੇ ਨੂੰ ਆ ਤੇ ਇਸ ਕਰਕੇ ਜਿਸ ਕੰਮ ਚ ਪੈ ਆ ਹੌਨੈਸਟੀ ਤੇ ਬੰਦੇ ਨੂੰ ਰੱਖ ਕੇ ਚੱਲਣੀ ਪੈਗੀ ਅੱਜ ਜਿਹੜੀ ਆ ਜਿਹੜੀ ਛੇ ਤੇ ਤੁਸੀਂ ਅੱਜ ਬਿਠਾਇਆ ਨਾ ਜਿਹੜਾ ਕਹਿ ਕੇ ਕਟਹਿਰਾ ਨਹੀਂ ਜੀ ਇਹ ਇਹ ਸਭ ਤੋਂ ਵੱਡਾ ਤੁਸੀਂ ਕਹਿੰਦੇ ਨਾ ਕਿ ਬੰਦਾ ਕਿ ਕੇ ਸੋਇ ਜਾ ਹੋਏ ਜਾਂ ਇਸ ਨੂੰ ਇਹਦੇ ਵਿੱਚ ਬੈਠੀਦਾ ਨਾ ਤੇ ਤੁਹਾਡੇ ਚੈਨਲ ਤੇ ਜਾ ਕੇ ਚਿੰਦਾ ਇਹ ਸਭ ਤੋਂ ਡਾਕਟਰ ਜਰਾ ਇਹ ਆ ਇਹ ਲੋਕਾਂ ਦੀ ਅਦਾਲਤ ਹੈ ਲੋਕਾਂ ਦੀ ਅਦਾਲਤ ਹੈ ਲੋਕਾਂ ਦੀ ਕਚਹਿਰੀ ਕਚਹਿਰੀ ਦੇ ਵਿੱਚ ਇਸ ਕਚਹਿਰੀ ਚੋਂ ਜਿਹੜਾ ਬਚ ਕੇ ਨਿਕਲ ਗਿਆ ਸਰਕਰੂ ਹੋ ਕੇ ਨਿਕਲ ਗਿਆ ਸਰਕਰੂ ਹੋ ਕੇ ਨਿਕਲ ਗਿਆ ਆਪਣੇ ਬੰਦੇ ਉਹਦੇ ਰਾ ਆਪਣੇ ਬਣਦੇ ਜਾਂਦੇ ਆ ਬਸ ਇਹ ਚੀਜ਼ ਹੁੰਦੀ ਇਸ ਕਰਕੇ ਜਦੋਂ ਤੁਸੀਂ ਪਿੰਡਾਂ ਜਾਂਦੇ ਹੋ ਤੁਹਾਨੂੰ ਸਰੋਪਾ ਪਾਉਂਦੇ ਨੇ ਤੁਹਾਨੂੰ ਹਾਰ ਪਾਉਂਦੇ ਨੇ ਤੁਹਾਡੇ ਮੈਂ ਰਾਜੇ ਤਾਂ ਚ ਵੇਖਿਓ ਇंसाफा ਕਿੰਨੇ ਪੱਕ ਬਣਾਉਂਦੇ ਨੇ ਜੀ ਤੇ ਉਹ ਉਹ ਜ਼ਿੰਮੇਦਾਰੀ ਹੁੰਦੀ ਹੈ ਇੱਕ ਉਹ ਕਹਿੰਦੇ ਕਿ ਤੂੰ ਸਾਡੀ ਇੱਜ਼ਤ ਬਣ ਕੇ ਕੰਮ ਕਰੇਂਗਾ ਸਾਡਾ ਨਾਂ ਥੱਲੇ ਨਹੀਂ ਕਰੇਂਗਾ ਆਪਾਂ ਕਹਿੰਦੇ ਜੀ ਇੰਨੇ ਮੈਨੂੰ ਹਾਰ ਪਾ ਦਿੱਤੇ ਉਹ ਹਾਰ ਨਹੀਂ ਉਹ ਤੁਹਾਡੇ ਤੇ ਬੋਝ ਆ ਕਿ ਲੋਕਾਂ ਦੀ ਭਾਵਨਾਵਾਂ ਦਾ ਬੋਝ ਆ ਸਾਡੇ ਇਹ ਕਹਿੰਦੇ ਤੁਹਾਡੇ ਕਿਰਦਾਰ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਚੱਲਦੇ ਪੈੜਾ ਬਣਾਉਣੇ ਹੋ ਕਿ ਰਾਹ ਬਣਾਉਣੇ ਹੋ ਸੋ ਟਿਕਟ ਉਸੇ ਰਾਹ ਤੋਂ ਚੱਲ ਕੇ ਆਈ ਹੈ ਮੰਗੀ ਰਹੀ ਗਈ ਸੀ ਮੇਰੀ ਗੱਲ ਸੁਣ ਮੈਂ ਵਾਕਈ ਆਪਾਂ ਉੱਥੇ ਬੈਠੇ ਤੁਹਾਨੂੰ ਮੈਂ ਦੱਸਿਆ ਜੀ ਕਿ ਮੈਂ ਜਿ ਸਰ ਅਸੈਂਬਲੀ ਰਾਜਸਥਾਨ ਦੀ ਖਤਮ ਹੋਈ ਆ ਜੀ ਤੇ ਮੈਂ ਉੱਥੇ ਕਿਹਾ ਸੀ ਕਿ ਜੀ ਹੁਣ ਮੈਂ ਪੰਜਾਬ ਜਾਣਾ ਚਾਹੁੰਨਾ ਤੇ ਜੇ ਮੈਨੂੰ ਤੁਸੀਂ ਕਰਨਾ ਹੀ ਤੇ ਜੀ ਐਨ ਕੇ ਦਾ ਇੰਚਾਰਜ ਬਣਾ ਕੇ ਭੇਜੋ ਠੀਕ ਹੈ ਪਰ ਉਹਨਾਂ ਨੇ ਕਿਹਾ ਨਹੀਂ ਤੂ ਇੱਥੇ ਰਹੇਗਾ ਮੈਂ ਮੰਗੀ ਵੀ ਨਹੀਂ ਉਹਨਾਂ ਨੇ ਦੇਰ ਦਿੱਤੀ ਟੈਲੀਫੋਨ ਹੀ ਆਇਆ ਮੈਂ ਤੇ 25 ਤਰੀਕ ਨੂੰ ਸ਼ਾਮ ਨੂੰ ਜੈਪੁਰੋਂ ਆਇਆ 27 ਤਰੀਕ ਨੂੰ ਸ਼ਾਮ ਨੂੰ ਟੈਲੀਫੋਨ ਆਇਆ ਕਿ ਆਪ ਗੁਰਦਾਸਪੁਰ ਸੇ ਇਲੈਕਸ਼ਨ ਲੜੋਗੇ ਉਦੋਂ ਅਜੇ ਮੇਰਾ ਕਲ ਸੀਡਬਲ ਯਾਸੀਸੀ ਦੀ ਮੀਟਿੰਗ ਵੀ ਨਹੀਂ ਹੋਈ ਮੈਂ ਅਗੋਂ ਮੈਂ ਕਹ ਜੀ ਮੇਰੀ ਮੈਂ ਗੁੰਨਾਂ ਨੇ ਪਾਸ ਤੋਂ ਜੋ ਹੋਗਾ ਡਿਸੀਜਨ ਹੋਗਾ ਹੋਗਾ ਚਲੋ ਕਾਫੀ ਸਵਾਲ ਜਵਾਬ ਆਪਣੇ ਹੋਣੇ ਆ ਮੇਰੇ ਸਹਿਯੋਗੀ ਰਣਵੀਰ ਨੇ ਨਾਲ ਬਾਕੀ ਹੋਰ ਸਟਾਫ ਦੇ ਵੀ ਅਸੀਂ ਸਵਾਲ ਲਾਵਾਂਗੇ ਬਿਲਕੁਲ ਰੰਧਾਵਾ ਸਾਹਿਬ ਸਵਾਲ ਇਹ ਆ ਕਿ ਤੁਸੀਂ ਹੁਣ ਕੈਂਡੀਡੇਟ ਹੋ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਨੇ ਤੁਹਾਨੂੰ ਕੈਂਡੀਡੇਟ ਐਲਾਨ ਦਿੱਤਾ ਹੈ ਹੁਣ ਮੁੱਦੇ ਕਿਹੜੇ ਹੋਣਗੇ ਸੱਤਾਧਾਰੀ ਤੇਰਤਾ ਕਹਿ ਰਹੀ ਹੈ ਕਿ ਅਸੀਂ ਬਹੁਤ ਕੁਝ ਪੰਜਾਬ ਦਾ ਸੰਭਾਰਤਾ ਅਸੀਂ ਸਰਕਾਰੀ ਨੌਕਰੀਆਂ ਦੇਤੀਆਂ ਅਸੀਂ ਮੁਹੱਲਾ ਕਲੀਨਿਕ ਖੋਲਤੇ ਨੇ ਅਸੀਂ ਸੜਕ ਸੁਰੱਖਿਆ ਫੋਰਸ ਬਣਾਤੇ ਹੋਰ ਬਹੁਤ ਸਾਰੇ ਸਕੂਲ ਆਫ ਐਮਿਨੈਂਸ ਬਣਾਤੇ ਤਾਂ ਬਹੁਤ ਕੁਝ ਤਾਂ ਸੰਭਾਰਤਾ ਤੁਸੀਂ ਕੀ ਕਹੋਗੇ ਲੋਕਾਂ ਨੂੰ ਜਾ ਕੇ ਰਣਵੀਰ ਜੀ ਮੈਂ ਤੇਰੀ ਗੱਲ ਤੇ ਕਹਿਣੀ ਚਾਹੁੰਦਾ ਕਿ ਜਿਹੜੇ ਉਹ ਕਹਿੰਦੇ ਕਿ ਬਹੁਤ ਸਾਰੀਆਂ ਨੌਕਰੀਆਂ ਦੇ ਦਿੱਤੀਆਂ ਇਹ ਮੈਨੂੰ ਵਾਸੀ ਉਹ ਲੈ ਕੇ ਆਉਣਾ ਚਾਹੀਦਾ ਮੈਂ ਪਿਛਲੇ ਸਾਲ ਉਹ ਤਾਂ ਵੀ ਇਹਨਾਂ ਕਹਿ ਕੇ 24 ਹਜ਼ਾਰ ਨੌਕਰੀ ਦਿੱਤੀ ਆ ਹੁਣ 40 42 ਹਜ਼ਾਰ ਕਹਿੰਦੇ ਮੈਂ ਇਹ ਜਦੋਂ ਆਏਗਾ ਅਸੈਂਬਲੀ ਚ ਕੁਐਸਚਨ ਪਾਇਆ ਸੀ ਉਹਨਾਂ ਨਹੀਂ ਜਵਾਬ ਦਿੱਤਾ ਤੇ ਹੁਣ ਅਗਲੀ ਵਾਰਾਂ ਫੇਰ ਜਿਹੜੀ ਵਿਧਾਨ ਸਭਾ ਆਏਗੀ ਉਹਦੇ ਚ ਸਵਾਲ ਜ਼ਰੂਰ ਪਾਵਾਂਗੇ ਤੇ ਜਿਸ ਵੇਲੇ ਇਹ ਜੀ ਚੀਜ਼ਾਂ ਪਾ ਕੇ ਲੋਕਾਂ ਦੇ ਸਾਹਮਣੇ ਚੀਜ਼ਾਂ ਆ ਜਾਂਦੀਆਂ ਨੇ ਠੀਕ ਹੈ ਔਰ ਜਿਹੜੀ ਇਹ ਗੱਲ ਕਹਿਣੀ ਕਿ ਪਹਿਲੀ ਵਾਰ ਇਮਾਨਦਾਰੀ ਦੇ ਨਾਲ ਸਿਲੈਕਸ਼ਨ ਹੋਈ ਆ ਮੈਂ ਮੈਂ ਚੈਲੰਜ ਕਰਦਾ ਭਗਵੰਤ ਮਾਨ ਨੂੰ ਮੇਰੇ ਟਾਈਮ ਪੰਜਾਬ ਪੁਲਿਸ ਦੇ 4300 ਮੈਂ ਪ੍ਰਤੀ ਕੀਤੇ ਸੀ ਤੇ ਮੈਂ ਸਿਲੈਕਟ ਕਰ ਗਿਆ ਉਸੇ ਦਿਨ ਸ਼ਾਮ ਨੂੰ ਲੱਗ ਗਿਆ ਕੋਡ ਆਫ ਕੰਡਕਟ 3 ਵਜੇ ਲੱਗਾ ਮੇਰੇ ਖਿਆਲ 'ਚ ਕਿਤੇ ਦੂਜੇ ਦਿਨ ਲੱਗਦਾ ਔਰ ਰਿਜ਼ਲਟ ਅਸੀਂ ਕੱਢ ਦੇਣਾ ਸੀ ਤੇ ਉਹਦੇ ਤੇ ਅੱਜ ਤੱਕ ਭਗਵੰਤ ਮਾਨ ਕਿਉਂ ਨਹੀਂ ਕਰ ਸਕਿਆ ਕਿ ਇਹ ਔਨੈਸਟੀ ਦੇ ਨਾਲ ਨਹੀਂ ਹੋਈਆਂ ਪੋਸਟਿੰਗ 6 ਮਹੀਨੇ ਬਾਅਦ ਆਰਡਰ ਦਿੱਤੇ ਤੇ 6 ਮਹੀਨੇ ਉਹਨਾਂ ਬੱਚਿਆਂ ਦੀ ਜਿਹੜੀ ਨੌਕਰੀ ਰੋਕ ਨਹੀਂ ਸਕੀ ਤੇ ਕੀ ਗੱਲ ਪਹਿਲੀਆਂ ਸਰਕਾਰਾਂ ਜਾਂ ਪਹਿਲੀਆਂ ਅਪੁਆਇੰਟਮੈਂਟਸ ਉਹ ਕ੍ਰਪਸ਼ਨ ਦੇ ਨਾਲ ਹੋਈ ਤੁਸੀਂ ਤੁਸੀਂ ਕੀ ਕਹਿ ਰਹੇ ਹੋ ਕਿ ਉਸ ਵੇਲੇ ਅਪੁਆਇੰਟਮੈਂਟਸ ਹੋ ਗਈਆਂ ਸੀ ਦੁਬਾਰਾ ਕੀਤੇਗੇ ਜਾਂ ਕਾਂਗਰਸ ਦੇ ਵੇਲੇ ਨਹੀਂ ਦੁਬਾਰਾ ਸਿਰਫ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਐਕਸਚੇਂਜ ਬਾਕੀ ਸਾਰੀ ਪ੍ਰੋਸੈਸ ਜਿਹੜੀ ਇਹ ਕਹਿਣਾ ਕਿ ਸਾਡੀ ਗਵਰਨਮੈਂਟ ਸਿਰਫ ਇਮਾਨਦਾਰੀ ਨਾਲ ਦੇ ਰਹੀ ਆ ਕੀ ਗੱਲ ਜਿਹੜੀਆਂ ਪਹਿਲੀਆਂ ਗਵਰਨਮੈਂਟਾਂ ਸੀ ਉਹ ਕ੍ਰਪਟ ਸੀ ਤੁਸੀਂ ਵੀ ਨਹੀਂ ਦੱਤੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਚ ਇਹ ਸਟਾਰਟ ਹੋਇਆ ਸੀ 2003 'ਚ ਜਿਹੜੀ ਸਿਲਪ ਜਿਹੜੀ ਸਿਲੈਕਸ਼ਨ ਕਿ ਆਪਾਂ ਟੈਸਟ ਲਾਵਾਂਗੇ ਜਿਹੜਾ ਆਏਗਾ ਮੈਡਟ ਤੇ ਆਏਗਾ ਉਹਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਉਹ ਕੀ ਗੱਲ ਕੈਪਟਨ ਅਮਰਿੰਦਰ ਸਿੰਘ ਦਾ ਟਾਈਮ ਤੇ ਹੁਣ ਤੱਕ ਉਹੀ ਚੱਲਦਾ ਆ ਤੇ ਜੇ ਇਹ ਚੀਜ਼ਾਂ ਕਹਿਣੀ ਆ ਇਹ ਬੜੀ ਹੈਰਾਨਕਿ ਦੀ ਗੱਲ ਆ ਕਿ ਜਦ ਜਿਸ ਪਾਰਟੀ ਦਾ ਮਨਿਸਟਰ ਚੀਫ ਮਨਿਸਟਰ ਆਪਣੇ ਘਰੋਂ ਕਹਿੰਦਾ ਇਹ ਕਰਪਸ਼ਨ ਦੇ ਵਿੱਚ ਮੈਂ ਅਰੈਸਟ ਕਰਵਾ ਰਿਆਂ ਮੇਰੇ ਕੋਲ ਇਹਦੀ ਵੀਡੀਓ ਆਡੀਓ ਆ ਤੇ ਉਹ ਕੀ ਗੱਲ ਚੀਫ ਮਨਿਸਟਰ ਨੂੰ ਲੋਕਾਂ ਕੋਲ ਡੈੱਕ ਨਹੀਂ ਹੋਣੀ ਚਾਹੀਦੀ ਇੱਕ ਇਹਨਾਂ ਦਾ ਐਮਐਲਏ ਬਠਿੰਡੇ ਦੇ ਵਿੱਚ ਰੰਗੇ ਹੱਥੀ ਫੜਿਆ ਜਾਂਦਾ ਕੀ ਗੱਲ ਉਹ ਉਹ ਔਨੈਸਟੀ ਆ ਇੱਕ ਇਹਨਾਂ ਦਾ ਸਰਾਰੀ ਦੀ ਕੀ ਆਡੀਓ ਆਉਂਦੀ ਆ ਕੀ ਬਾਕੀਆਂ ਦੀ ਕੀ ਆਉਂਦੀਆਂ ਨੇ ਕਿਹੜੀਆਂ ਗੱਲਾਂ ਆਪਾਂ ਆਨਰਟ ਪਰ ਵਿਜੀਲੈਂਸ ਦੇ ਟਾਰਗੇਟ ਤੇ ਧੋਡੀ ਪਾਰਟੀ ਦੇ ਬੰਦੇ ਜ਼ਿਆਦਾ ਕਿਉਂ ਨੇ ਫਿਰ ਪਿਛਲੇ ਸਮੇਂ ਦੇ ਵਿੱਚ ਵਿਜੀਲੈਂਸ ਮੈਂ ਪਹਿਲਾਂ ਵੀ ਕਿਹਾ ਕਿ ਜੇ ਕਰਪਸ਼ਨ ਕੀਤੀ ਆ ਜ਼ਰੂਰ ਅੰਦਰ ਦੋ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਰਪਟ ਬੰਦਿਆਂ ਦੇ ਨਾਮ ਔਰ ਉਹਨਾਂ ਦੇ ਚਲਾਨ ਇਮੀਡੀਏਟਲੀ ਵੇਸ਼ ਹੋਣੇ ਚਾਹੀਦੇ ਨੇ ਮੈਂ ਇੱਥੋਂ ਵੀ ਅੱਗੇ ਕਹਿਣਾ ਕਿ ਇਹ ਇੱਕ ਇਹਨਾਂ ਨੂੰ ਜਿਹੜੀਆਂ ਫਾਸਟ ਟਰੈਕ ਕੋਰਟਸ ਬਣਾਉਣੀਆਂ ਚਾਹੀਦੀਆਂ ਚੀਫ ਮਿਨਿਸਟਰ ਨੂੰ ਕਜੇ ਇਦਾਂ ਹੀ ਓਨੈਸਟੀ ਦੇ ਗੱਲ ਕਰਦਾ ਤੇ ਉਹਦੇ ਤਾਂ ਫਾਸਟ ਟਰੈਕ ਕੋਰਟ ਕਿਉਂ ਨਹੀਂ ਬਣਦੀ ਨਹੀਂ ਤੁਸੀਂ ਕਹਿੰਦੇ ਸਹੀ ਕਾਰਵਾਈ ਹੋਈ ਹੈ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਬਕਾ ਮੰਤਰੀਆਂ ਤੇ ਕਾਂਗਰਸ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੇ ਉਹ ਸਹੀ ਹੈ ਮੇਰੀ ਗੱਲ ਸੁਣੋ ਸਹੀ ਫਿਰ ਕੋਰਟ ਚ ਲੈ ਕੇ ਜਾਣ ਕਿਉਂ ਨਹੀਂ ਦੋ ਦੋ ਸਾਲ ਹੋ ਗਏ ਨੇ ਬੜੀ ਇਹਦੀ ਆਸ਼ੂ ਦੀ ਕਿੰਨੇ 100 ਕਰੋੜ ਦੀ ਕੇਜ ਨੇ ਨੇ 100 ਤੇ ਛਲਾਣ ਦੇ ਵਿੱਚ 1.5 ਲੱਖ ਪਾਇਆ ਗਿਲਜੀਤ ਸਿੰਘ ਸਾਹਿਬ ਦਾ ਕੀ ਪਾਇਆ ਯਾਰ ਜੁਮਲੇ ਬਾਜੀ ਕਰਨੀ ਤੇ ਫਿਰ ਜਾ ਕੇ ਕਰਦਾ ਕਿ ਖੜੇ ਹੋ ਕੇ ਦਸ ਮੈਂ ਮੈਂ ਬਰਾੜ ਸਾਹਿਬ ਜੀ ਮੈਂ ਇਹ ਕਹਿੰਨਾ ਫਿਰ ਫਾਸਟ ਟਰੈਕ ਕੋਡ ਬਣਨੀ ਚਾਹੀਏ ਕਿ ਨਹੀਂ ਬਣਨੀ ਚਾਹੀਦੀ ਕਿਉਂ 10 ਸਾਲ ਕੇ ਤੁਰਿਆ ਰਵੇ ਨਹੀਂ ਫਿਰ ਇਹਨਾਂ ਗ੍ਰਿਫਤਾਰੀਆਂ ਦਾ ਮਤਲਬ ਕੀ ਹੈ ਉਹ ਇਹ ਤੇ ਗ੍ਰਿਫਤਾਰੀਆਂ ਦਾ ਦੱਸਾਂਗੇ ਕੀ ਮਤਲਬ ਆਏਗਾ ਕੋਈ ਗੱਲ ਨਹੀਂ ਕੋਰਟਾਂ ਲੱਗੀਆਂ ਨੇ ਮੈਂ ਤੇ ਕਿਹਾ ਸੀ ਮੇਰੇ ਖਾਲ ਪਿੱਛੇ ਕਿਸੇ ਟੀਵੀ ਚੈਨਲ ਤੇ ਕਿਹਾ ਸੀ ਮੈਂ ਮੈਂ ਕਹਾਂ ਸੀ ਕਿ ਜੇਲ ਲੀਡਰ ਤੇ ਜਾਂਦੇ ਆ ਲੀਡਰ ਨੂੰ ਡਰਨਾ ਨਹੀਂ ਚਾਹੀਦਾ ਲੀਡਰ ਨੂੰ ਕਹਿਣਾ ਚਾਹੀਦਾ ਕੋਰਟ ਚ ਜਾ ਕੇ ਕਿ ਹਾਂ ਵਿਜੀਲੈਂਸ ਨੇ ਮੇਰੇ ਤੇ ਕੇਸ ਬਣਾਇਆ ਇਹਦੀ ਪ੍ਰਾਪਰਟੀ ਜਿਹੜੀ ਵਿਜੀਲੈਂਸ ਨੇ ਕਰੇ ਸ਼ੋਅ ਕਰੇ ਕਿੱਥੇ ਆ ਬਨਾਮੀ ਜਿਨ੍ਹਾਂ ਦੇ ਬਣੀਆਂ ਉਹਨਾਂ ਬੰਦਿਆਂ ਦੇ ਜਿਹੜੇ ਪ੍ਰਾਪਰਟੀ ਆ ਅਟੈਚ ਕਰੇ ਕੋਰਟ ਦੇ ਨਾਲ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਹਾਂ ਹਾਂ ਦੇਖੋ ਉਦਾਂ ਹੀ ਅਸੀਂ ਕਹੀ ਜਾਵਾਂਗੇ ਤੇ ਮੈਂ ਕਿਹਾ ਕਿ ਜੇ ਮੇਰੇ ਤੇ ਹੋਏਗਾ ਮੈਂ ਕੋਰਟ ਚ ਕਹੂੰਗਾ ਮੇਰੀ ਪ੍ਰਾਪਰਟੀ ਆ ਮੈਨੂੰ ਦੋਸ਼ ਸਜ਼ਾ ਮੈਨੂੰ ਪ੍ਰੋਪੈਨਲਟੀ ਤੇ ਜੇ ਅਫੀਸਰ ਨਹੀਂ ਪੇਸ਼ ਕਰ ਸਕਣਗੇ ਕਿ ਇਹਨਾਂ ਨੂੰ ਸਜਾ ਦਿਓ ਇਹ ਬਣਦੇ ਇਹ ਰਾਈਟ ਬਣਦਾ ਕਿ ਨਹੀਂ ਮੇਰਾ ਹੂੰ ਬਿਲਕੁਲ ਬਣਦਾ ਤੇ ਫਿਰ ਇਹ ਕੀ ਕੀ ਅਸੀਂ ਕਰਪਸ਼ਨ ਫਰੀ ਦਵਾਂਗੇ ਉਹ ਤੁਹਾਡੂ ਹੀ ਆਪਣੇ ਬੰਦਿਆਂ ਦੀ ਨਹੀਂ ਕਰਪਸ਼ਨ ਖਤਮ ਕਰ ਸਕੇ ਤੇ ਇਹ ਕੀ ਜਵਾਬ ਦੇਣਗੇ ਰੰਦਾਵਾ ਸਾਹਿਬ ਇਹ ਜਵਾਬ ਹੁਣ ਇਲੈਕਸ਼ਨ 'ਚ ਮੰਗਾਗੇ ਇਹਨਾਂ ਦੇ ਕੋਲ ਹਾਂ ਇਹੀ ਸਵਾਲ ਸੀਗਾ ਕਿ ਤੁਸੀਂ ਕੀ ਕਹੋਗੇ ਲੋਕਾਂ ਕੋਲ ਜਾ ਕੇ ਅਸੀਂ ਤਾਂ ਕਹਾਂਗੇ ਕਿ 25 ਮਹੀਨਾ ਚ ਦੱਸੋ ਕਿਹੜੇ ਪਿੰਡ ਚਾਹੀਏ ਕੋਈ ਗ੍ਰਾਂਟ ਕਿਹੜੇ ਸ਼ਹਿਰ ਚਾਹੀਏ ਕੀ ਇਹਨਾਂ ਨੇ ਕੰਮ ਕੀਤਾ ਤੁਸੀਂ ਹੋਰ ਹੀ ਛੱਡ ਦਿਓ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਅਕਾਲੀ ਦਲ ਵਾਲਿਆਂ ਨੂੰ ਕਿ 25 ਸਾਲ ਫਖਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇਗੇ ਉਹ ਗੁਰਦਾਸਪੁਰ ਚ 10 ਦਿਨ ਕੀ ਕੀਤਾ ਉਹਨਾਂ ਨੇ 1980 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਵਜਾਰਤ ਬਣੀ ਜਿਹੜੀ ਗੁਰਦਾਸਪੁਰ ਦੀ ਪਨਿਆੜ ਸ਼ੂਗਰ ਮਿਲ ਲੱਗੀ ਮੇਰੇ ਫਾਦਰ ਉਸ ਵੇਲੇ ਮਨਿਸਟਰ ਸੀ ਕਿ ਉਹਨਾਂ ਦੇ ਨਾਲ ਉਹ ਲੱਗੀ 1981 ਦੇ ਵਿੱਚ ਗੁਰਦਾਸਪੁਰ ਦਾ ਮਿਲਕ ਪਲਾਂਟ ਬਣਿਆ 1962 ਦੇ ਵਿੱਚ ਮਠਾਲਾ ਦੀ ਸ਼ੂਗਰ ਮਿਲ ਬਣੀ ਮਤਲਬ ਆਖਲੀ ਦਲ ਤਾਂ ਓਵਰਆਲ ਪੰਜਾਬ ਦੀ ਡਵੈਲਪਮੈਂਟ ਦੇ ਦਾਅਵੇ ਕਰਦਾ ਇਹ ਤਾਂ ਆਪਾਂ ਕਹਿੰਦੇ ਸਾਰੀਆਂ ਸੜਕਾਂ ਅਸੀਂ ਬਣਾਈਆਂ ਸਾਰੇ ਬ੍ਰਿਜ ਅਸੀਂ ਬਣਾਏ ਆ ਜਿਹੜੀਆਂ ਹਾਈਵੇ ਤੁਸੀਂ ਸੁਖਵੀਰ ਬਾਦਲ ਕਹਿੰਦੇ ਆ ਵੀ ਬੰਬ ਨਾਲ ਵੀ ਨਹੀਂ ਫੁੱਟਦੀਆਂ ਸੀ ਉਹ ਲੋਕਾਂ ਦੀ ਡਾ ਦਿੱਤਾ ਸੁਖਵੀਰ ਨੂੰ ਤੇ ਨਹੀਂ ਚਲੋ ਦਾਅਵੇ ਦੇਖੋ ਇਹ ਤਾਂ ਦਾਅਵੇ ਆ ਤੇ ਮੈਂ ਕਹਿੰਦਾ ਝੂਠ ਨਹੀਂ ਬੋਲਣਾ ਚਾਹੀਦਾ ਗੁਰਦਾਸਪੁਰ ਦੇ ਵਿੱਚ ਤਿੰਨ ਮਨਿਸਟਰ ਸੀ ਇਹਨਾਂ ਦੇ ਆਖਲੀ ਦਲ ਦੇ ਕਿ ਜਿਹੜੇ ਕਹਿੰਦੇ ਕਿ ਉਹ ਸਾਰੇ ਪੰਜਾਬ ਦੇ ਸੀਗੇ ਤੇਨ ਮੰਤਰੀ ਸਿੱਕੀ ਤੁਸੀਂ ਆਪਣੇ ਲਈ ਚੈਲੰਜ ਅਕਾਲੀ ਦਲ ਨੂੰ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਮਤਲਬ ਕਿਸੇ ਨਾਲ ਤੇ ਫਾਈਟ ਹੋਣੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਹ ਸਵਾਲ ਪੁੱਛਿਆ ਸੀ ਨਹੀਂ ਇੱਕ ਇੱਕ ਬੜੀ ਵੱਡੀ ਪਾਰਟੀ ਬੀਜੇਪੀ ਵੀ ਹੈਗੀ ਬੀਜੇਪੀ ਵੀ ਹੈਗੀ ਹੈ ਜਿਹੜੇ ਕਹਿੰਦੇ ਕਿ ਅਸੀਂ ਬੀਜੇ ਅਬ ਕੀ ਵਾਰ 400 ਪਾਰ ਮੈਨੂੰ ਨਹੀਂ ਲੱਗਦਾ 200 ਵੀ ਟੱਪ ਸਕਣ ਜਿਸ ਲੈਵਲ ਤੇ ਪ੍ਰਾਈਮ ਮਿਨਿਸਟਰ ਸਾਹਿਬ ਗੱਲਾਂ ਕਰ ਰਹੇ ਨੇ ਔਰ ਮੈਨੂੰ ਸਭ ਤੋਂ ਵੱਧ ਦੁੱਖ ਉਸ ਵੇਲੇ ਜਦੋਂ ਬਾੜ ਮੇਰ ਦੇ ਵਿੱਚ ਜਿੰਦਾਂ ਦੀ ਉਹਨਾਂ ਦੀ ਸਪੀਡ ਸੀ ਇੱਕ ਪ੍ਰਾਈਮ ਮਿਨਿਸਟਰ ਦੀ ਸਪੀਡ ਨਹੀਂ ਸੀ ਪ੍ਰਾਈਮ ਮਿਨਿਸਟਰ ਦਾਤ ਹੁੰਦਾ ਆਪਣੇ ਦੇਸ਼ ਦੀ ਆਪਣੇ ਨੇਸ਼ਨ ਦੀ ਇੰਟਰਨੈਸ਼ਨਲ ਪਾਲਿਸੀ ਨੇ ਇੰਟਰਨਲ ਪਾਲਿਸੀ ਉਹਦੇ ਤੇ ਗੱਲ ਕੀਤੀ ਜਾਂਦੀ ਹੈ ਉਹ ਯਾਰ ਆਪਾਂ ਕਿਹੜੇ ਪਾਸੇ ਪਰ ਨਾਰਾ ਤਾਂ ਅਬ ਕੀ ਬਾਰ 400 ਪਾਰ ਦਾ ਹੈ ਉਹ ਕਈ ਵਾਰ ਤਾਂ ਖਾਲੀ ਟੱਪਿਆ ਜਾਂਦਾ ਹੁੰਦਾ ਛੋਟਾ ਜਿਹਾ ਉਹਦੇ ਜੀ ਕਿਤੇ ਪੈਰ ਰੜ ਕੇ ਬੰਦਾ ਡਿੱਗ ਪੈਂਦਾ ਤੇ ਚਾਹ ਸਮੁੰਦਰ ਪਾਰਾ ਤੌਰ 'ਤੇ ਆਪਾਂ ਕਰਨ ਤੌਰ 'ਤੇ ਆ ਤੇ ਉਹ ਸਾਹ ਇਹਨਾਂ ਨਿਕਲ ਜੇ ਕਿਤੇ ਰਸਤੇ 'ਚ ਹੀ ਗੁਰਦਾਸਪੁਰ ਤੇ ਆ ਜੀ ਥੋੜਾ ਜਿਹਾ ਗੁਰਦਾਸਪੁਰ ਨਾਲ ਤੁਸੀਂ ਸਬੰਧ ਰੱਖਦੇ ਹੋ ਤੁਸੀਂ ਉੱਥੇ ਵਿਧਾਇਕ ਰਹੇ ਮੰਤਰੀ ਵੀ ਰਹੇ ਡਿਪਟੀ ਸੀਐਮ ਵੀ ਪੰਜਾਬ ਦੇ ਤੁਸੀਂ ਰਹੇ ਪਰ ਜਿਹੜਾ ਮਾਰਜਨ ਅਸੀਂ ਦੇਖ ਰਹੇ ਸੀਗੇ ਤੁਹਾਡਾ ਐਜ਼ ਅ ਐਮਐਲਏ ਬਹੁਤ ਘੱਟ 468 ਦਾ 1000 ਦਾ 2000 ਦਾ ਐਵੇਂ ਤੁਸੀਂ ਜਿੱਤਦੇ ਰਹੇ ਹੋ ਤੇ ਹੁਣ ਲੋਕ ਸਭਾ ਦੇ ਵਿੱਚ ਮੈਂ ਇੱਕ ਚੀਜ਼ ਇਹ ਤੁਹਾਨੂੰ ਦੱਸਣੀ ਚਾਹਨਾ ਕਿ ਜਿਹੜਾ ਥੋੜਾ ਮਾਰਜਨ ਹੋਏ ਨਾ ਉਹ ਲੀਡਰ ਡਰ ਕੇ ਕੰਮ ਕਰਦਾ ਤੇ ਜਿਹੜਾ ਅਮਰਿੰਦਰ ਸਿੰਘ 48000 ਤੇ ਜਿੱਤਿਆ 1900 2017 ਚ ਤੇ ਐਤਕੀ ਜਦੋਂ ਕਾਂਗਰਸ ਚੋਂ ਨਿਕਲੇ ਸਿਰਫ 24000 ਵੋਟ ਪਈ ਉਹ ਪਹਿਲੇ ਜੇਤੂ ਵਾਲੇ ਮਾਰਜਨ ਚੋਂ ਵੀ ਅੱਧ ਪਿਆ ਤਾਂ ਇਸ ਕਰਕੇ ਜਿੰਨਾ ਮਾਰਜਨ ਥੋੜਾ ਹੋਵੇ ਤਾਂ ਉਹਨਾਂ ਹੀ ਪਰਫਾਰਮੈਂਸ ਵਧੀਆ ਹੁੰਦੀ ਅੱਛਾ ਇਸ ਵਾਰ ਕਿਹੋ ਜੀ ਰਹੇਗੀ ਹਾਂ ਦੇਖੋ ਜੇ ਜਦੋਂ ਲੋਕਾਂ ਕੋਲ ਜਾਵਾਂਗੇ ਮੇਰਾ ਆਪਣਾ ਜ਼ਿਲ੍ਹਾ ਰਦਾਵਾ ਸਾਹਿਬ ਮੈਂ ਇਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਮੈਂ ਇਸ ਜ਼ਿਲ੍ਹੇ ਦਾ ਪ੍ਰਧਾਨ ਵੀ ਰਿਹਾ ਪੰਜ ਸਾਲ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਿਹਾ ਮੇਰੇ ਪਿਤਾ ਜੀ ਬਹੁਤ ਦੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਵਜੀਦ ਪੰਜਾਬ ਦੇ ਪ੍ਰਧਾਨ ਰਹੇ ਤੇ ਜਦੋਂ ਮੈਂ ਇਸ ਇਲਾਕੇ 'ਚ ਜਾਣਾ ਦੇ ਆਪਣੇ ਮੈਂ ਡੇਰਾ ਬਾਬਾ ਨਾਨਕ ਤੋਂ ਲੈ ਕੇ ਸੁਜਾਨਪੁਰ ਤੱਕ ਮੇਰਾ ਆਪਣਾ ਪਰਿਵਾਰ ਹੈ ਜਦੋਂ ਮੈਂ ਪਿੰਡਾਂ ਚ ਜਾਊਗਾ ਮੈਨੂੰ ਲੋਕਾਂ ਨੇ ਖਲੋ ਕੇ ਕਹਿਣਾ ਕਿ ਤੇਰੇ ਪਿਤਾ ਜਿਨ੍ਹਾਂ ਦਾ ਮੇਰਾ ਦਾਦਾ ਸੀ ਮੇਰਾ ਬਾਪ ਸੀ ਇਹ ਲੋਕਾਂ ਨੇ ਮੈਨੂੰ ਕਹਿਣਾ ਇਹ ਬੜੀ ਵੱਡੀ ਗੱਲ ਹੁੰਦੀ ਹੈ ਤੇ ਮੈਂ ਮਾਨ ਨਾਲ ਕਹਿਣਾ ਕਿ ਜੇਸੂਲ ਮੈਂ ਸਟੇਜ ਤੇ ਖਲੋਣਾ ਤੇ ਲੋਕੀ ਅੱਜ ਵੀ ਮੇਰੇ ਫਾਦਰ ਦਾ ਨਾਮ ਅਚਾ ਤੁਹਾਨੂੰ ਸਭ ਜਦੋਂ ਅਸੀਂ ਅਸੀਂ ਜ਼ਿਕਰ ਕਰਦੇ ਆ ਅਸੀਂ ਕੋਈ ਕਿਉਂਕਿ ਅਸੀਂ ਸੋਚਦੇ ਵੀ ਨਿਊਜ਼ ਫਾਰਮ ਦੇ ਵਿੱਚ ਐ ਬੋਲਦੇ ਵੀ ਨਿਊਜ਼ ਫਾਰਮ ਚ ਐ ਗੱਲਾਂ ਵੀ ਨਿਊਜ਼ ਫਾਰਮ ਚ ਕਰਦੇ ਉਹ ਤੁਹਾਡੇ ਤੁਹਾਡੇ ਵਰਡ ਉਹੇ ਜੇ ਹੋ ਜਾਂਦੇ ਆ ਅਸੀਂ ਕਦੇ ਗੱਲ ਕਰਦੇ ਆ ਬਿਗ ਸ਼ਾਰਟਸ ਕਾਂਗਰਸ ਨੇ ਵੱਡੇ ਦਿਗਜ ਜਾਂ ਭਾਜਪਾ ਨੇ ਵੱਡੇ ਦਿਗਜ ਜਾਂ ਆਕਾਲੀ ਦਲ ਨੇ ਵੱਡੇ ਦਿਗਜ ਮੈਦਾਨ ਚ ਸਾਡੇ ਤਾਂ ਵੱਡੇ ਦਿਗਜ ਛੱਡ ਕੇ ਚਲੇ ਗਏ ਨਹੀਂ ਤੁਸੀਂ ਤੁਸੀਂ ਦਿਗਜ ਹੋ ਤਾਂ ਹੀ ਤੇ ਅਸੀਂ ਮੈਂ ਬੜਾ ਛੋਟਾ ਵਰ ਕਰਿਆ ਉਹਨਾਂ ਲਈ ਤੇ ਮੈਂ ਬਿਲਕੁਲ ਤੁਹਾਡੀ ਚਰਚਾ ਕੱਲ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਉਤਾਰਤਾ ਜਿਵੇਂ ਤੁਸੀਂ ਕਿਹਾ ਹੈਰਾਨੀ ਬਹੁਤ ਲੋਕਾਂ ਨੂੰ ਹੈਰਾਨੀ ਹੋਈ ਹੈ ਜਰਨਲਿਸਟਾਂ ਨੂੰ ਵੀ ਹੋਈ ਹੈ ਮੇਰਾ ਮੇਰੀ ਪਰਸਪੈਕਸ਼ਨ ਪੜਾਈ ਵੀ ਤੁਸੀਂ ਜਰਨਲਿਸਟਾਂ ਨਹੀਂ ਹੈ ਚਲੋ ਸਾਡਾ ਤੇ ਕੰਮ ਹੈ ਜੀ ਖਬਰਾਂ ਦਿਖਾਉਣਾ ਅੱਗੇ ਲੋਕਾਂ ਨੂੰ ਜੇ ਤੁਸੀਂ ਮਾਪੋਤੀ ਮੇਰੀ ਪਰਸਪੈਕਸ਼ਨ ਕਰਦੇ ਤੇ ਸ਼ਾਇਦ ਮੈਂ ਨਾ ਹੀ ਕੈਂਡੀਡੇਟ ਬਣਦਾ ਚਲੋ ਹੁਣ ਆਪਾਂ بڑے ਸਵਾਲ ਜਵਾਬ ਕਰ ਰਹੇ ਆ ਇਹ ਵੀ ਉਹਨਾਂ ਪਬਲਿਕ ਨੇ ਪਰਸਪੈਕਸ਼ਨ ਬਣਾਉਣੀ ਹੈ ਜੀ ਉਹਨਾਂ ਨੇ ਤੁਹਾਡੇ ਜਵਾਬ ਤੋਂ ਸਮਝਣਾ ਹੈ ਕਿ ਤੁਸੀਂ ਕੀ ਕਹਿੰਦੇ ਹੋ ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਤੁਸੀਂ ਹੁਣੇ ਜ਼ਿਕਰ ਕੀਤਾ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਉਦਾਹਰਨ ਦਿੱਤੀ ਪਾਰਟੀਆਂ ਵੱਡੇ ਆਗੂਆਂ ਨੂੰ ਉ ਪਾਰਟੀ ਜ਼ਿਆਦਾ ਇੰਪੋਰਟੈਂਟ ਹੈ ਕਿ ਇੰਡੀਵਿਜੁਅਲਿਟੀ ਕਲਾ ਵੱਡਾ ਆਗੂ ਜ਼ਿਆਦਾ ਪਾਰਟੀ ਹੂੰ ਪਾਰਟੀ ਬਿਨਾ ਪਾਰਟੀ ਕਹਿੰਦੇ ਆਗੂ ਨਹੀਂ ਵੱਡਾ ਹੁੰਦਾ ਆਗੂ ਨਹੀਂ ਵੱਡਾ ਹੁੰਦਾ ਪਾਰਟੀ ਆਗੂ ਬਣਾਉਂਦੀ ਹੈ ਹੂੰ ਉਹਦੇ ਪਾਰਟੀ ਦੇ ਨਾਲ ਬਟਾ ਹੁੰਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ 48000 ਤੇ ਜਿੱਤਣ ਵਾਲਾ 24000 ਤੇ ਇਹ ਟੋਟਲ 24000 ਵੋਟ ਤੇ ਹੋਰ ਵੀ ਬੜੇ ਵੱਡੇ ਵੱਡੇ ਹਾਰੇ ਉਸ ਉਸ ਦੋਏ ਆਪਣਾ ਆਪਣਾ ਕਿਰਦਾਰ ਹੂੰ ਆਪਣਾ ਕੈਰੇਕਟਰ ਹੂੰ ਇਹ ਰੱਖਣਾ ਚਾਹੀਦਾ ਵਿਸ਼ਵਾਸ ਕਰਤੀ ਨਹੀਂ ਬਣਨਾ ਚਾਹੀਦਾ ਨੀ ਫਿਰ ਫਿਰ ਇਸ ਵਾਰੀ ਜੋ ਅਸੀਂ ਦੇਖ ਪਾ ਰਹੇ ਹਾਂ ਤੁਸੀਂ ਤੇ ਤੁਹਾਡਾ ਬਹੁਤ ਤਜਰਬਾ ਹੈ ਸਾਡੇ ਨਾਲੋਂ ਬਹੁਤ ਜ਼ਿਆਦਾ ਐਜ਼ ਅ ਪੋਲੀਟੀਸ਼ੀਅਨ ਪਰ ਅਸੀਂ ਇਹ ਫਸਟ ਟਾਈਮ ਦੇਖਿਆ ਸਾਡਾ ਸਾਰਾ ਸਟਾਫ ਬੈਠਾ ਹੈ ਕਈ ਵਾਰੀ ਆਪਸ ਵਿੱਚ ਗੱਲਾਂ ਕਰਦੇ ਬੜਾ ਹੈਰਾਨ ਹੁੰਦੇ ਆ ਕਿ ਬਹੁਤ ਪੁਰਾਣੇ ਜਿੰਨਾ ਬੰਦਾ ਬਾਰੇ ਸੋਚਿਆ ਵੀ ਨਹੀਂ ਉਹ ਵੀ ਪਾਰਟੀਆਂ ਐ ਬਦਲ ਜਾਂਦੇ ਇੱਕ ਸਕਿੰਟ ਚ ਕਿ ਤੁਹਾਨੂੰ ਬੈਠੇ ਬੈਠੇ ਬਦਲ ਜਾਂਦਾ ਪ੍ਰਧਾਨ ਸਾਹਿਬ ਤੁਸੀਂ ਹੱਤੋਂ ਸਾਰਾ ਸਟਾਫ ਬੈਠੇ ਹੋ ਜੀ ਤੁਸੀਂ ਸਾਡੇ ਵੱਲ ਵੇਖ ਕੇ ਡਰਿਆ ਕਰਨਾ ਜੇ ਦੋ ਚਾਰ ਲੀਟਰ ਇਹੋ ਜਿਹੀ ਹੋਰ ਹੋ ਗਏ ਤੁਸੀਂ ਕਹਿ ਕਹਣਾ ਜੀ ਅਸੀਂ ਜਰਨਲ ਜਰਨਲਿਜ਼ਮ ਛੱਡ ਦਿੰਨੇ ਆ ਇੰਨਾ ਨੂੰ ਆਪਣੇ ਸਾਡੇ ਚੈਨਲ ਤੇ ਨਾ ਭੇਜਿਓ ਇਹੋ ਜਿਹਾ ਕੈਰੈਕਟਰ ਸਾਡਾ ਬਣ ਜੂ ਪੁਰਾਣੇ ਲੀਡਰ ਹੁੰਦੇ ਸੀ ਲੋਕ ਖੜੇ ਹੁੰਦੇ ਸੀ ਜਦੋਂ ਲੀਡਰ ਸਾਈਕਲ ਤੇ ਐਮ.ਐਲ.ਏ. ਜਾਂ ਨੂੰ ਆਉਂਦਾ ਸੀ ਸਾਈਕਲ ਤੇ ਲੋਕ ਖੜੇ ਹੋ ਕੇ ਮੇਰਾ ਐਮ.ਐਲ.ਏ. ਆ ਰਿਹਾ ਤੇ ਅੱਜ ਕਦੇ ਚੋਰ ਜਾ ਰਿਹਾ ਵਿਸ਼ਵਾਸ ਘਾਤੀ ਜਾ ਰਿਹਾ ਇਹਦਾ ਪੱਦੜੀ ਸਵੇਰੇ ਕਿਹੜੀ ਪਾਰਟੀ ਕਿਉਂ ਰਿਹਾ ਸਿਆਸਤ ਦੇ ਵਿੱਚ ਇਹ ਨਿਗਾਰ ਕਿਉਂ ਆ ਰਿਹਾ ਕੀ ਕੀ ਸਾਡੀ ਸੋਚ ਸਿਰਫ ਕੁਰਸੀ ਤੱਕ ਸੀਮਤ ਰਹਿ ਗਈ ਹੈ ਕ੍ਰਾਪਸ਼ਨ ਔਰ ਕੁਰਸੀ ਦੋ ਚੀਜ਼ਾਂ ਤੇ ਰਹੀ ਹੈ ਕਹੇ ਲੋਟ ਲੋ ਭਣਿਆ ਪਰਿਵਾਰ ਬਣਾ ਲੋ ਜਦੋਂ ਅਸੀਂ ਇਹ ਸੋਚਣ ਲੱਪਾਂਗੇ ਕਿ ਮੇਰਾ ਪਰਿਵਾਰ ਆ ਸਾਹਮਣੇ ਬੈਠਾ ਰੰਦਾਵਾ ਸਾਹਿਬ ਵੱਡੇ ਨਾਮ ਗਏ ਨੇ ਕਾਂਗਰਸ ਦੇ ਵਿੱਚੋਂ ਸੁਨੀਲ ਜਾਖੜ ਗਏ ਕੈਪਟਨ ਅਮਰਿੰਦਰ ਸਿੰਘ ਗਏ ਹੁਣ ਰਵਨੀਤ ਬਿੱਟੂ ਜਿਨ੍ਹਾਂ ਦੇ ਬਿਆਨਤ ਸਿੰਘ ਮੁੱਖ ਮੰਤਰੀ ਰਹੇ ਜਿਨ੍ਹਾਂ ਦੇ ਦਾਦਾ ਜੀ ਤਾਂ ਬਹੁਤ ਸਾਰੇ ਹੋਰ ਆਗੂ ਵੀ ਸੁਸ਼ੀਲ ਰਿੰਕੂ ਤੁਹਾਡੇ ਡਾਕਟਰ ਚੱਬੇਵਾਲ ਡਾਕਟਰ ਚੱਬੇਵਾਲ ਤੇ ਮੜਖਾ ਜਿਹੜਾ ਉਹ ਦਿਨ ਕੀ ਲੈ ਕੇ ਆਇਆ ਸੀ ਪਾਡ ਕਹਿੰਦਾ ਕਰਜੇ ਦੀ ਪਾਡ ਉਹ ਤੇ ਮੜਖਾ ਉਹਦੇ ਚ ਦੱਬਿਆ ਗਿਆ ਹੂੰ ਤੇ ਰਵਨੀਤ ਬਿੱਟੂ ਦਾ ਕੀ ਕਹੋਗੇ ਤਿੰਨ ਵਾਰ ਦੇ ਸੰਸਦ ਗੁਰਪ੍ਰੀਤ ਜੀਪੀ ਗਏ ਨੇ ਉਹ ਚਲੋ ਗੁਰਪ੍ਰੀਤ ਜੀਪੀ ਨੂੰ ਤੇ ਮੈਂ ਪਹਿਲੇ ਦਿਨ ਤੋਂ ਹੀ ਨਹੀਂ ਕਦੀ ਉੱਪਰ ਕਿਹੜੀ ਪਾਰਟੀ ਉਹ ਐਡੀ ਵੱਡੀ ਤਿਤਲੀ ਕਹਿੰਦਾ ਨਾ ਚੀ ਮੁਨਿਸਤ ਤਿਤਲੀ ਉਹ ਤਿਤਲੀ ਦਾ ਵੀ ਕੁਝ ਹੋ ਰਿਹਾ ਨਿਕਲਦਾ ਕਿ ਕੋਈ ਤੁਹਾਡੀ ਪਾਰਟੀ ਚ ਵਿਧਾਇਕਤਾ ਰਹੇ ਨਾ ਉਹ ਵਿਧਾਇਕ ਰਹੇ ਉਹ ਕਈਆਂ ਪਾਰਟੀਆਂ ਚ ਫਿਰ ਤੁਰ ਕੇ ਆਇਆ ਫਿਰ ਕਾਂਗਰਸ ਨੇ ਇਹ ਇੱਕ ਚੀਜ਼ ਮੈਂ ਕਹਿਣੀ ਚਾਹਨਾ ਕਿ ਜਿਹੜੇ ਪ੍ਰਧਾਨ ਬਣਨੇ ਚਾਹੀਦੇ ਨੇ ਉਹ ਪਾਰਟੀ ਸਾਡੀ ਨੂੰ ਸੋਚਣਾ ਚਾਹੀਦਾ ਤੁਸੀਂ ਉਹ ਯਾਦ ਕੀਤੀ ਆ ਕਿ ਬਿੱਟੂ ਰਵਨੀਤ ਬਿੱਟੂ ਦੀ ਜਿਹਨਾਂ ਰਾਹੁਲ ਗਾਂਧੀ ਦੇ ਨੇੜੇ ਰਵਨੀਤ ਬਿੱਟੂ ਸੀ ਇਹਨੂੰ ਇਹਨੂੰ ਇੱਥੋਂ ਤੱਕ ਕਹਤਾ ਡਿਪਟੀ ਲੀਡਰ ਸਾਡੇ ਪਾਰਟੀ ਦਾ ਬਣਾਤਾ ਪਾਰਲੀਮੈਂਟ ਚ ਤੇ ਯਾਰ ਜੇ ਇਹੋ ਜਿਹਾ ਫਤਾ ਕਿ ਉਸ ਪਰਿਵਾਰ ਨੂੰ ਧੋਖਾ ਦੇ ਕੇ ਜਾਵੇ ਕਹਿੰਦਾ ਮੈਂ ਡਵੈਲਪਮੈਂਟ ਲਈ ਜਾ ਰਿਹਾ ਉਹ 10 ਸਾਲ ਤੂੰ ਬੋਲਿਆ ਨਹੀਂ 5 ਸਾਲ ਤੂੰ ਇੱਥੇ ਹੀ ਰਿਹਾ ਨਹੀਂ ਉਹ ਤਾਂ ਹੁਣ ਵੀ ਕਹਿ ਰਿਹਾ ਵੀ ਕਦਰ ਨਹੀਂ ਪਾਈ ਸਾਡੇ ਪਰਿਵਾਰ ਦੀ ਉਹਨਾਂ ਨੇ ਬਿਆਨ ਦਿੱਤਾ ਇਹ ਜਿਸ ਦਿਨ ਜਗਨ ਸਿੰਘ ਦੇ ਪੋਸਟਰ ਅਲੀ ਗੱਲ ਹੋਈ ਸੀ ਹੂੰ ਉਹ ਉਸ ਪਰਿਵਾਰ ਤੋਂ ਵੱਧ ਕਿੰਨੂੰ ਸਨਮਾਨ ਦਿੱਤਾ ਗਿਆ ਉਹਨਾਂ ਦੇ ਭੂਆਜੀ ਨੂੰ ਟਿਕਟ ਦਿੱਤੀ ਮੰਤਰੀ ਬਣਾਇਆ ਤੇ ਤੇਜਪਾਲ ਤੇਜਪ੍ਰਕਾਸ਼ ਉਹਨਾਂ ਨੂੰ ਐਮਐਲਏ ਬਣੇ ਮਨਿਸਟਰ ਬਣੇ ਮਨਿਸਟਰ ਮੈਂ ਆਪਣਾ ਗੁਰਕੀਰਤ ਐਮਐਲਏ ਬਣਿਆ ਮਨਿਸਟਰ ਬਣਿਆ ਇਹ 15 ਸਾਲ ਕਾਂਗਰਸ ਦਾ ਐਮਪੀ ਰਹਿ ਗਿਆ ਤੇ ਹੋਰ ਤੇ ਉਹਨੂੰ ਫਤਨ ਪੰਜਾਬੀ ਵਿੱਚ ਕੋਈ ਇੱਕ ਵਰਡ ਕਹਿੰਦੇ ਹੁੰਦੇ ਆ ਉਹ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਤੇ ਉਹ ਇਹਦੇ ਤੋਂ ਬਾਅਦ ਸਤਿਕਾਰ ਕੀ ਦਿੱਤਾ ਜਾ ਸਕਦਾ ਤੇ ਇਹਦੇ ਤੋਂ ਮੈਨੂੰ ਇੱਕ ਗੱਲ ਦਾ ਬਹੁਤ ਅਫਸੋਸ ਹੈ ਬਿੱਟੂ ਤੋਂ ਤੇ ਜਿਹੜਾ ਕਹਿੰਦਾ ਕਾਂਗਰਸ ਨੇ ਸਤਿਕਾਰ ਨਹੀਂ ਦਿੱਤਾ ਬਿੱਟੂ ਕਹਿੰਦੇ ਉਹਦਾ ਨਾ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਦਾਦੇ ਨੂੰ ਪੋਤਾ ਜ਼ਿਆਦਾ ਪਿਆਰਾ ਹੁੰਦਾ ਦਾਦੀ ਨੂੰ ਪੋਤਾ ਜ਼ਿਆਦਾ ਪਿਆਰਾ ਹੁੰਦਾ ਤੇ ਸਾਡੇ ਜਿਹੜੇ ਪੋਤੇ ਨੇ ਦਾਦੇ ਦਾਦੀ ਦਾ ਨਾਨੇ ਨਾਨੀ ਦਾ ਜ਼ਿਆਦਾ ਪਿਆਰ ਕਰਦੇ ਨੇ ਤੇ ਜਿਸ ਵੇਲੇ ਏਸੀ ਪਾਰਟੀ ਨੇ ਸਰਦਾਰ ਬਿਜਨ ਸਿੰਘ ਦੀ ਮੌਤ ਤੋਂ ਬਾਅਦ ਮਾਤਾ ਜਸਵੰਤ ਕੋਰ ਇਲੈਕਸ਼ਨ ਚ ਖੜੇ ਹੋਏ ਪੀਜਪੀ ਨੇ ਵਰਕ ਲੱਕ ਕੀਤੀ ਸੀ ਮਾਤਾ ਜਸਵੰਤ ਕੌਰ ਦੀ 3.5 ਲੱਖ ਤੋਂ ਪਰ तकरीबन ਉਹ ਉਸ ਵੇਲੇ ਤੈਨੂੰ ਸਤਕਾਰ ਲਗਾ ਆਪਣੀ ਦਾਦੀ ਦਾ ਕਿ ਯਾਰ ਭੁੱਲ ਜਾਂਦੇ ਆ ਕਿਹੜੇ ਕੰਮਾਂ 'ਚ ਪੈ ਗਿਆ ਹਾਂ ਇਸ ਕਰਕੇ ਉਹ ਜਿਹੜਾ ਆਸ਼ੂ ਦਾ ਨਹੀਂ ਬਣਿਆ ਉਹ ਕਾਂਗਰਸ ਦਾ ਕੀ ਬਣੇ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਹੋਈ ਫੋਨ 'ਤੇ ਗੱਲ ਹੋਈ ਜਾਂ ਐਸੀ ਗੱਲ ਮੈਂ ਕਦੀ ਉਹਦਾ ਨਾਮ ਉਹਦਾ ਟੈਲੀਫੋਨ ਸੁਣਦਾ ਸੀ ਬਾਅਦ ਚੋਂ ਦਾ ਤੇ ਜੇ ਮੈਨੂੰ ਕਦੇ ਆ ਗਿਆ ਮੈਂ ਉਹਦਾ ਕਦੇ ਚੱਕਿਆ ਵੀ ਨਹੀਂ ਸੀ ਅੱਛਾ ਤੁਸੀਂ ਉਹਨੂੰ ਵੀ ਪਤਾ ਮੈਂ ਬੜਾ ਕਲੀਅਰ ਜਆ ਬੰਦਾ ਕਿ ਜਿੱਥੇ ਮੈਂ ਵੇਖਦਾ ਕਿ ਬੰਦਾ ਇਦਾਂ ਦਾ ਮੈਂ ਕਹਿੰਦਾ ਯਾਰ ਇਹਨੂੰ ਮੱਥਾ ਟੇਕੋ ਫਾਈਟ ਮੈਨੂੰ ਲੱਗਿਆ ਸੀ ਥੋੜਾ ਥੋੜਾ ਪਤਾ ਕਿ ਦੋ ਮੈਂ ਅੱਗੇ ਕਈਆਂ ਚੈਨਲਾਂ 'ਤੇ ਕਹਿੰਦੇ ਤੁਹਾਨੂੰ ਮੈਂ ਦੱਸ ਦਿੰਦਾ ਜੀ 9 ਅਕਤੂਬਰ 2022 ਦੀ 23 ਦੀ ਗੱਲ ਹੈ ਮੈਂ ਰਾਹੁਲ ਗਾਂਧੀ ਉੱਥੋਂ ਪਾਰਲੀਮੈਂਟ 'ਚੋਂ ਬੋਲ ਕੇ ਉਹਨਾਂ ਆਉਣਾ ਸੀ ਉੱਥੇ ਬਾਂਸਵੜਾ ਢੂੰਗਰਪੁਰ ਇੰਟਰਨੈਸ਼ਨਲ ਆਦਿਵਾਸੀ ਦੀ ਸੀ ਗੱਲ ਉਹ ਲੇਟ ਹੋ ਗਏ ਕਹਿੰਦੇ ਯਾਰ ਮੈਂ ਪਾਰਲੀਮੈਂਟ ਮੇਂ ਬੋਲਣਾ ਹੈ ਪ੍ਰੋਗਰਾਮ ਹੈ ਪ੍ਰੋਗਰਾਮ ਕੈਨਸਲ ਨਹੀਂ ਹੋਗਾ ਆਪ ਆ ਜਾਓ ਰੇਟ ਆ ਜਾਓ ਉਹ ਤੇ ਕਰਦੇ ਪਲੇਨ ਚ ਉਤਰਦੇ ਆਂ ਮੈਨੂੰ ਕਹਿੰਦੇ ਕਹਿੰਦੇ ਬਿੱਟੂ ਤੋਂ ਗਿਆ ਮੈਨੇ ਕਿਹਾ ਕੀ ਹੋ ਗਿਆ ਕਹਿੰਦਾਗਾ ਭਾਜਪੀ ਮੇਂ ਜਾਏਗਾ ਮੈਂ ਪਾਰਟੀ ਸੇ ਨਿਕਾਲ ਦੋ ਕਹਿੰਦਾ ਕਿ ਯਾਰ ਸਰਦਾਰਪੁਰ ਸੇ ਕਰ 2023 ਦੀ ਗੱਲ ਹੈ ਅਕਤੂਬਰ 2023 ਅਕਤੂਬਰ 2023 2023 2023 ਆਪਣਾ 2023 ਹਾਂ ਆਜ ਪਹਿਲੇ ਸੇ ਦੀ ਆ 26 ਚ ਲੈ ਆ ਗਿਆ ਤੇ 26 ਚ ਇਲੈਕਸ਼ਨ ਆ ਗਈ ਤੇ ਇਹ 7 8ਵੇਂ ਨਦੀ ਗੱਲ ਆ ਤੁਸੀਂ ਮੈਂ ਕਿਹਾ ਜੀ ਪਾਰਟੀ ਉਸ ਨੂੰ ਕੱਢ ਦੋ ਕਿਹਾ ਲੱਗੇ ਜਦ ਸਰਦਾਰ ਬੈਂ ਸਿੰਘ ਦਾ ਗ੍ਰੈਂਡਸਨ ਹੈ ਆਪਣੇ ਆਪ ਹੀ ਚਲਾ ਜਾਏਗਾ ਕੋਈ ਬਾਤ ਨਹੀਂ ਤਾਂ ਮਨੇ ਕਿਹਾ ਜੀ ਇਮਪ੍ਰੈਸ਼ਨ ਗਲਤ ਜਾਏ ਫਿਰ ਕੀ ਉਸਕਾ ਕੀ ਹੈ ਹਮ ਹਮ ਤੋਂ ਨਹੀਂ ਗਲਤ ਉਹ ਗਲਤ ਹੈ ਤਾਂ ਮਨੇ ਕਿਹਾ ਜੀ ਆਪਕਾ ਤਾਂ ਬਲੂ ਆਈਡ ਹੈ ਕਹਿਣ ਲੱਗੇ ਜਦ 3-4 ਹੋਰ ਵੀ ਬਲੂ ਆਈਡ ਚਲੇਗੀ ਇੱਕ ਹੋਰ ਚਲਾ ਜਾਏਗਾ ਕੌਣ ਸੀ ਬਾਤ ਤੁਸੀਂ ਪ੍ਰਧਾਨਾਂ ਦੀ ਗੱਲ ਕਰ ਰਹੇ ਸੀ ਕਿ ਬਹੁਤ ਸੋਚ ਸਮਝ ਕੇ ਬਣਾਉਣੇ ਚਾਹੀਦੇ ਆ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ 2019 ਦੇ ਵਿੱਚ ਉਹਨਾਂ ਨੇ ਤਾਬੜ ਤੋੜ ਰੈਲੀਆਂ ਕੀਤੀਆਂ ਹੁਣ 2024 ਚ ਕਿਤੇ ਨਜ਼ਰ ਨਹੀਂ ਆ ਰਹੇ ਨੁਕਸਾਨ ਹੈ ਪਾਰਟੀ ਨੂੰ ਵੀ ਉਹ प्रचार ਨਹੀਂ ਕਰਦਾ ਮੈਂ ਇਹ ਅਗਰ ਤੇ ਕੋਈ ਕਮੈਂਟing ਕਰਨਾ ਚਾਹੁੰਦਾ ਕਿਉਂਕਿ ਉਸ ਪਰਿਵਾਰ ਨਾਲ ਉਹਦੇ ਫਾਦਰ ਮਾਦਰ ਨਾਲ ਮੇਰੇ ਫਾਦਰ ਮਾਦਰ ਤੇ ਬਹੁਤ ਰਿਲੇਸ਼ਨ ਸੀ ਕਿ ਮੇਰਾ ਉਹਦੇ ਨਾਲ ਬਹੁਤ ਪਿਆਰ ਸੀਗਾ ਹੁਣ ਸਾਡਾ ਆਪਸ ਵਿੱਚ ਬੂਲ ਚੱਲ ਨਹੀਂ ਤੇ ਚੰਗਾ ਨਹੀਂ ਲੱਗਦਾ ਜਦੋਂ ਯਾਰੀ ਛੱਡ ਦਿੱਤੀ ਗਈ ਤੇ ਜਾਂ ਇੱਕ ਦੂਜੇ ਨਾਲ ਤੇ ਉਹਦੇ ਅਗੇਂਸਟ ਜੋ ਉਹਦੀ ਫੇਵਰ ਗੱਲ ਖਾਦੀ ਮੇਰੇ 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 ਕੈਰੇਕਟਰ ਦੇ ਅਗੇਂਸਟ ਆਹ ਬਾਕ ਲੀਡਰ ਨੇ ਬੋਲਦੇ ਅੱਛਾ ਨੇ ਗੈਦਰਿੰਗ ਕੱਚੀ ਕਰ ਲੈਂਦੇ ਨੇ ਆਪਾਂ ਜਦੋਂ ਜਰਾ ਆਪਾਂ ਪਰਾੜ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਪਿਆਰ ਸੀਗਾ ਹੁਣ ਨਹੀਂ ਨਹੀਂ ਹੁਣ ਨਾ ਚੰਗੀ ਨਾ ਮਾੜੀ ਚਲੋ ਉਹ ਉਹ ਆਪਣੇ ਘਰ ਕੋ ਖੋਸ਼ ਹੈ ਆਪਣੇ ਸਾਫ ਦੇ ਵਿੱਚ ਵਿੱਚ ਕੁਝ ਸਵਾਲ ਨੇ ਉਹ ਲੈ ਲੈਣੇ ਆ ਵਿਨੇਸ਼ ਇੱਕ ਸਵਾਲ ਪੁੱਛਣਾ ਚਾਹੁੰਦੇ ਨੇ ਉਹਨਾਂ ਨੂੰ ਮਾਈਕ ਪਾਸ ਤੇ ਰਤ ਅਵਾਜ਼ ਸਾਹਿਬ ਇੱਕ ਆਪਾਂ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਕੈਂਪੇਨ ਚੱਲ ਰਹੀ ਹੈ ਦੇਖ ਰਹੇ ਆ ਕਿ Hindu Muslim ਹੋ ਗਿਆ ਮੰਗਲ ਸੂਤਰ ਵੀ ਆ ਗਿਆ ਤੇ ਜਿਹੜਾ ਹੈ ਕੱਲ ਗੁਰੂ ਨਾਨਕ ਦੇਵ ਜੀ ਦਾ ਪੰਝਾ ਵੀ ਆ ਗਿਆ ਤੇ ਮੇਰਾ ਸਵਾਲ ਇਹ ਸੀਗਾ ਕਿ ਜਦੋਂ ਇਲੈਕਸ਼ਨ ਕੈਂਪੇਨ ਹੁੰਦੀ ਹੈ ਜਿਹੜਾ ਕੈਂਪੇਨ ਦਾ ਪ੍ਰਚਾਰ ਦਾ ਲੈਵਲ ਹੈ ਇਹਨਾਂ ਡੀਗ੍ਰੇਡ ਕਿਉਂ ਹੋ ਜਾਂਦਾ ਹੈ ਇਹ ਮੇਰਾ ਇੱਕ ਡਾਇਰੈਕਟ ਕੁਐਸਚਨ ਹੈ ਇੱਕ ਦੂਸਰਾ ਇਸ ਦਾ ਪਹਿਲੂ ਇਹ ਵੀ ਹੈ ਵੀ ਪੋਲੀਟੀਸ਼ਨ ਜਾਣ ਕੇ ਇਹ ਚੀਜ਼ਾਂ ਪ੍ਰਮੋਟ ਕਰਦੇ ਹੈ ਕਿ ਜਿਹੜੇ ਆਮ ਮੁੱਦਿਆਂ ਵੱਲ ਜਿਹੜੇ ਅਸਲ ਮੁੱਦੇ ਆ ਵਿਕਾਸ ਵਾਲੇ ਮੁੱਦੇ ਆ ਉਹਨਾਂ ਵੱਲ ਲੋਕਾਂ ਦਾ ਧਿਆਨ ਨਹੀਂ ਜਾਵੇ ਇਸ ਤੇ ਤੁਹਾਡਾ ਕੀ ਕਹਿਣਾ ਹੈ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਜੋ ਮੁੱਦੇ ਚਾਹੀਦੇ ਨੇ ਅੱਜ ਮੁੱਦਾ ਪਾਰਲੀਮੈਂਟ ਜਿਹੜੀ ਬਣਣੀ ਹੈ ਪਾਰਲੀਮੈਂਟ ਦਾ ਮੁੱਦਾ ਨੈਸ਼ਨਲ ਮੁੱਦਾ ਹੋਣਾ ਚਾਹੀਦਾ ਸਾਨੂੰ ਇੰਟਰਨੈਸ਼ਨਲ ਜਿਹੜੇ ਪੋਲਿਸੀਜ਼ ਉਹਨਾਂ ਤੇ ਬੋਲਣ ਚਾਹੀਦਾ ਸਾਨੂੰ ਪਾਕਿਸਤਾਨ ਤੇ ਬੋਲਣਾ ਪਏਗਾ ਕਿਉਂ ਬਾਰਡਰ ਦੇ ਉੱਪਰ ਉਹਨੀਆਂ ਇਲਾ ਨਹੀਂ ਆਉਂਦੀਆਂ ਜਿੰਨੀਆਂ ਬਾਰਡਰ ਦੇ ਉੱਪਰੋਂ ਡਰੋਨ ਆ ਰਹੇ ਨੇ ਜਿੰਨਾ ਚਿੱਟਾ ਉਧਰੋਂ ਆ ਰਿਹਾ ਜਿੰਨਾ ਇਲੈਗਲ ਵੈਪਨਸ ਉੱਥੋਂ ਆ ਰਹੇ ਪ੍ਰਧਾਨ ਮੰਤਰੀ ਇੱਕ ਵਾਰੇ ਵੀ ਉਹਦੇ ਤੇ ਨਹੀਂ ਬੋਲਦਾ ਪਰਧਾਨ ਮੰਤਰੀ ਨੇ ਅਜ ਤੱਕ ਇਹ ਨਹੀਂ ਕਿਹਾ ਕਿ ਚਾਈਨਾ ਸਾਡੇ ਏਰੀਆ ਚ ਕਿੰਨੇ ਕਿੰਨਾ ਐਂਟਰ ਕਰ ਗਿਆ ਪ੍ਰਧਾਨ ਮੰਤਰੀ ਉਹਦੇ ਤੇ ਗੱਲ ਨਹੀਂ ਕਰਦੇ ਪ੍ਰਧਾਨ ਮੰਤਰੀ ਇਹਦੇ ਤੇ ਨਹੀਂ ਗੱਲ ਕਰ ਰਿਹਾ ਕਿ ਗਰੀਬੀ ਕਿੱਥੇ ਤੱਕ ਪਹੁੰਚ ਗਈ ਆ ਪ੍ਰਧਾਨ ਮੰਤਰੀ ਇਹਦੇ ਤੇ ਨਹੀਂ ਗੱਲ ਕਰ ਰਿਹਾ ਕਿ ਐਮਐਸਪੀ ਦੇ ਉੱਤੇ ਮੈਂ ਲੀਗਲ ਗਾਰੰਟੀ ਦੀ ਗੱਲ ਕੀਤੀ ਸੀ ਉਹ ਮੈਂ ਕਿਉਂ ਨਹੀਂ ਦੇ ਰਿਹਾ ਪ੍ਰਧਾਨ ਮੰਤਰੀ ਇਹਦੇ ਤੇ ਨਹੀਂ ਗੱਲ ਕਰ ਰਿਹਾ ਇਹ ਕਹਿ ਰਿਹਾ ਕਿ 2 ਕਰੋੜ ਨੌਕਰੀ ਮੈਂ ਦੇਾਂਗਾ ਤੇ 2 ਕਰੋੜ ਦੇ ਬਜਾਏ ਇੱਕ ਨੌਕਰੀ ਨੇ ਦਿੱਤੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਮੈਂ 2 ਕਰੋੜ ਹਾਂ ਦਮਨਗੜ ਜਿਹੜੇ ਘਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅੱਜ ਉਹਨੇ ਸਟੇਟਮੈਂਟ ਦਿੱਤੀ ਕਿ ਅਸੀਂ 2 ਕਰੋੜ ਦੇ ਬਜਟ 3 ਕਰੋੜ ਵਧਾਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਫ੍ਰੀ ਰਾਸ਼ਨ ਜਿਹੜਾ ਹੋਰ ਇਹਨੂੰ ਵਧਾਵਾਂਗੇ 10 ਕਰੋੜ ਲੋਕਾਂ ਨੂੰ ਹੋਰ ਦਾਂਗੇ ਯਾ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਮੈਂ ਪ੍ਰਧਾਨ ਮੰਤਰੀ 10 ਸਾਲ ਰਹੀਆਂ ਮੈਂ ਗਰੀਬੀ ਗਰੀਬੀ ਜਿਹੜੀ ਖਤਮ ਕੀਤੀ ਆ ਜਿੱਥੇ ਅਸੀਂ 80 ਕਰੋੜ ਨੂੰ ਰਾਸ਼ਨ ਦੇ ਰਹੇ ਸੀ ਉਹਨ ਅਸੀਂ 30 ਕਰੋੜ ਤੇ ਆ ਗਏ ਜਿੱਥੇ ਅਸੀਂ 2 ਕਰੋੜ ਲੋਕਾਂ ਨੂੰ ਘਰ ਦਿੱਤੇ ਸੀ ਅੱਜ ਸਾਡਾ ਜ਼ੀਰੋ ਆ ਕਿ ਸੁਣੋ ਇਹ ਆਪਣੇ ਉਹਦੇ ਦਿਨਾਂ ਦੇ ਲੋਕੀ ਇਹਨੇ ਆਪਣੇ ਆਪ ਚ ਹੋ ਗਏ ਨੇ ਤੇ ਯਾਰ ਇਹਨਾਂ ਚੀਜ਼ਾਂ ਨੂੰ ਤੁਸੀਂ ਛੱਡ ਹੀ ਗਏ ਆ پارਲੀਮੈਂਟ ਦੇ ਵਿੱਚ ਡਿਬੇਟਸ ਜਿਹੜੀਆਂ ਨੇ ਉਹ ਉਸ ਮਿਆਰ ਦੀ ਹੋਣੀ ਚਾਹੀਦੀਆਂ ਕਿੱਥੇ ਜਦ ਸੁਰਨ ਸਿੰਘ ਬੈਠਾ ਜਿਹਨੂੰ ਸਾਰਾ ਅਮਰੀਕਾ ਸੁਣ ਲਈ ਤਾ ਬੈਠਾ ਹੁੰਦਾ ਸੀ ਕਿ ਅੱਜ ਸਰਦਾਰ ਸੁਰਨ ਸਿੰਘ ਨੇ ਐਕਸਟਰਨਲ ਅਫੇਅਰਜ਼ ਮਨਿਸਟਰ ਨੇ ਬੋਲਣਾ ਕਿ ਇੱਥੇ ਜਗਜੀਵ ਰਾਮ ਸਿੰਘਾ ਜੇ ਜਦੋਂ ਕੱਤਰ ਦੀ ਲੜਾਈ ਲੱਗੀ ਕਿ ਦੁਨੀਆ ਦੇਖਦੀ ਕਿ ਹਿੰਦੁਸਤਾਨ ਦਾ ਡਿਫੈਂਸ ਮਨਿਸਟਰ ਅੱਜ ਬੋਲੇਗਾ ਤੇ ਪਰ ਉਹਨੇ ਕੀ ਬੋਲ ਜਾਣਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਜਿਹੜਾ ਲੈਵਲ ਵੇਖਦੇ ਆ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਦੀ ਸਪੀਚ ਕਰਦਾ ਔਰ ਮੈਨੂੰ ਅਫਸੋਸ ਆ ਮੈਨੂੰ ਅੱਜ ਤੱਕ ਜਾਦਿਆ ਕਿ ਗੁਰਦਾਸਪੁਰ ਦੇ ਵਿੱਚ 97 ਪਰਨੇ ਜਿਹੜੋ ਆਪਣੇ ਸੀਗੇ ਅਠਲਬਹਰੀ ਵਾਛਪਾਈ ਜਦੋਂ ਇਲੈਕਸ਼ਨ ਪ੍ਰਾਈਮ ਮਿੰისტਰੀ ਹੋਈ ਆ ਕਿ ਉਹ 13 ਕਿੰਨੇ ਮਹੀਨੇ ਰਹੇ ਤੇ ਉਹਦੇ ਬਾਅਦ ਫਿਰ ਦੁਬਾਰਾ ਹੋਈ ਦੁਬਾਰਾ ਇਲੈਕਸ਼ਨ ਦੁਬਾਰਾ ਲਖਨੋਈ ਮੇਰੇ ਫਾਦਰ ਕਾਂਗਰਸ ਦੇ ਪ੍ਰੈਜ਼ੀਡੈਂਟ ਹੋਣ ਦੇ باوجود ਇੱਕ ਘਰ ਦੇ ਲਾਗੇ ਬੈਠ ਕੇ ਕਹਿੰਦੇ ਕਿ ਇਹਦਾ ਵਧੀਆ ਲੀਡਰ ਆ ਔਰ ਅੱਜ ਦੇਸ਼ ਦੀ ਕੋਈ ਗੱਲ ਕਰਕੇ ਜਾਈਗਾ ਉਹਨੇ ਟੋਟਲ ਬਾਰੀ ਵਾਜਪਾਈ ਨੇ ਪੋਲੀਟੀਕਲ ਇੱਕ ਗੱਲ ਨਹੀਂ ਕੀਤੀ ਉਹਨੇ ਦੇਸ਼ ਨੂੰ ਜੋੜਨ ਦੀ ਦੇਸ਼ ਦੀ ਪੰਜ ਚਾਰ ਸਾਂਝ ਦੀ ਦੇਸ਼ ਦੇ ਫਿਰਕਿਆਂ ਦੀ ਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਇਹ ਪ੍ਰਾਈਮ ਮਿਨਿਸਟਰ ਦਾ ਲੈਵਲ ਹੁੰਦਾ ਤੇ ਇਹ ਨਹੀਂ ਹੁੰਦਾ ਆ ਮੰਗਲ ਸੂਤਰ ਖਤਰੇ ਵਿੱਚ ਹੈ ਉਹ ਭਾਈ ਸਾਹਿਬ ਕੋਸੀ ਤੇ ਨਾ ਗੱਲ ਕਰੋ ਤੁਸੀਂ ਇਹ ਗੱਲ ਕਰੋ ਕਹਿੰਦੇ ਅਗਰ ਕਾਂਗਰਸ ਆਏਗੀ ਉਹ ਜੋ ਲੋਕਾਂ ਦਾ ਖਜ਼ਾਨਾ ਵੰਡ ਦੇਗੀ ਤੇ ਖਜ਼ਾਨਾ ਰੱਖਣ ਨੂੰ ਆ ਕਿ ਲੋਕਾਂ ਦੇ ਉੱਤੇ ਖਰਚ ਕਰਨ ਨੂੰ ਆ ਪਰਦਾਵਾ ਸਾਹਿਬ ਕਾਂਗਰਸ ਫਿਰ ਹਾਸ਼ੀਏ ਵੱਲ ਕਿਉਂ ਜਾ ਰਹੀ ਹੈ ਪਿਛਲੀ ਵਾਰ ਵੀ 55 ਸੀਟਾਂ ਇਸ ਵਾਰ ਤਾਂ ਚਲੋ ਰਿਜ਼ਲਟ ਆਉਣਗੇ ਪਰ ਲਗਾਤਾਰ ਨਿਹਾਰਵਲ ਤਾਂ ਹੈ ਨਾ ਨਹੀਂ ਬਿਲਕੁਲ ਮੈਂ ਮੰਨਦਾ ਕਿ ਸਾਨੂੰ ਜਿਸ ਤਰ੍ਹਾਂ ਦੀ ਲੀਡਰਸ਼ਿਪ ਵਿਭਾਗ ਲੀਡਰਸ਼ਿਪ ਚਾਹੀਦੀ ਹੈ ਕਿ ਕਹਿਣਾ ਚਾਹੀਦਾ ਕਿ ਅਸੀਂ ਆ ਕਰਾਂਗੇ ਸਾਨੂੰ ਇੱਕ ਠੋਕ ਕੇ ਯਾਰ ਜਿਸ ਪਾਰਟੀ ਨੇ ਇੰਨੇ ਦੇਸ਼ ਭਗਤ ਦਿੱਤੇ ਹੋਣ ਜਿਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਇਨਾ ਕੰਮ ਕੀਤਾ ਹੈ ਉਹਦਾ ਉਹਦੇ ਪਬਲਿਕ ਨੂੰ ਦੱਸਣਾ ਪੈਗਾ ਕਿ ਪਾਰਟੀ ਕਾਂਗਰਸ ਪਾਰਟੀ ਨੇ ਕੀ ਦੇਸ਼ ਲਈ ਕਮੀ ਕਿੱਥੇ ਰਹੀ ਹੈ ਕਮੀ ਹੈਗੀ ਇਨ ਫਾਈਟਿੰਗ ਵਾਸਤੇ ਜ਼ਿਆਦਾ ਮੰਨਿਆ ਜਾਂਦਾ ਕਿ ਕਾਂਗਰਸ ਉਹਨੂੰ ਸੌਟ ਆਊਟ ਨਹੀਂ ਕਰ ਪਾਉਂਦੀ ਤੁਸੀਂ ਰਾਜਸਥਾਨ ਦੀ ਵੀ ਉਦਾਹਰਣ ਤੁਸੀਂ ਤੇ ਇਨਚਾਰਜ ਹੋ ਸਾਰਾ ਕੁਝ ਦੇਖ ਕੇ ਆਏ ਹੋ ਪੰਜਾਬ ਚ ਵੀ ਐਸੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਆ ਪੱਕੇ ਵਾਰ ਇਹਨਾਂ ਡਿਸੀਜਨ ਲੈਣ ਚ ਬਹੁਤ ਡਿਲੇ ਕਰ ਦਿੰਦੇ ਉਹ ਉਹ ਸਾਡੀ ਹੈਗੀ ਹੈ ਕਿ ਡਿਸੀਜਨ ਇਦਾਂ ਲੈਣਾ ਚਾਹੀਦਾ ਕਿ ਜਿਹੜਾ ਕਾਂਗਰਸ ਦੇ ਗਏਸਟ ਆ ਉਹਨੂੰ ਵੇਟ ਨਹੀਂ ਅਸੀਂ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਪ੍ਰਨੀਤ ਕੌਰ ਲਈ ਅਸੀਂ ਕਿਹਾ ਜੀ ਕਿ ਅੱਜ ਤੋਂ ਮੈਡੀਕਲ ਉੱਥੇ ਸਾਡਾ ਉਹਦੇ ਪੁਰ ਸਾਡੀ ਕਾਂਗਰਸ ਦਾ ਸੈਸ਼ਨ ਹੋਇਆ ਅੰਬਿਕਾ ਸੋਨੀ ਪ੍ਰਤਾਪ ਬਾਜਵਾ ਰਾਜਾ ਵੜਿੰਗ ਮੈਂ ਸੀ ਹਰੀ ਚੌਧਰੀ ਸੀ ਕਿ ਇਹਨੂੰ ਪਾਰਟੀ ਚੋਂ ਕੱਢ ਦੋ ਹਾਂ ਲਾ ਕੇ ਬੈਠੇ ਰਹੇ ਹੀ ਫਾਇਦਾ ਸੀ ਸਮਾਂ ਲੱਗਾ ਦੇਰੀ ਹੋਈ ਬਹੁਤ ਨਹੀਂ ਨਹੀਂ ਦੇਰੀ ਕਾ ਨਹੀਂ ਉਹ ਲਾਉਣੀ ਨਹੀਂ ਸੀ ਚਾਹੀਦੀ ਅਤੇ ਸੈਕੰਡ ਵਿੱਚ ਕਹਿਣਾ ਚਾਹੀਦਾ ਜੌਬ ਪਾਰਟੀ ਚੋਂ ਕੱਢਿਆ ਉਹ ਉਹਦੀ ਇਹੀ ਕਹਿਣ ਉਹਦੀ ਮੈਂਬਰਸ਼ਿਪ ਬਚੀ ਰਹਿਣੀ ਸੀ ਕਿ ਉਹ ਬਚੀ ਨਹੀਂਦੀ ਜਦੋਂ ਸਾਡੀ ਪਾਰਟੀ ਦੇ ਨਾਲ ਰੈਨਡ ਨਹੀਂ ਕੋਈ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਯਾਰ ਹੋਰ ਛੱਡੋ ਆ ਮੈਂ ਬਿੱਟੂ ਦਾ ਹੋਣੀ ਕਹਿ ਕੇ ਟਿਆ ਜਿਹਨੂੰ 7 8 ਮਹੀਨੇ ਪਹਿਲਾਂ ਕੱਢਿਆ ਅੱਜ ਜੀਰੋ ਹੁੰਦਾ ਜਿਹੜਾ ਤਜਿੰਦਰ ਬਿੱਟੂ ਆ ਯਾਰ ਮੈਂ ਆਪਣਾ ਗੱਲ ਕਰਦਾ ਵਿਕਰਮ ਚੌਧਰੀ ਇਹਨੇ ਬਰਖਲਾ ਵੀ ਕੀਤੀ ਇਹ ਵਿਕਰਮ ਚੌਧਰੀ ਦੇ ਟੱਕਾ ਕੇ ਕੀਤੀ ਕਮਲਜੀਤ ਕਰੋਨਾ ਦੀ ਤੇ ਮੈਂ ਉੱਥੇ ਗਿਆ ਕੇ ਸੀ ਵੀ ਨੂੰ ਗੋਪਾਲ ਨੂੰ ਉਹ ਮੈਂ ਕਿਹਾ ਯਾਰ ਇਹਨੂੰ ਤੇ ਕੱਢ ਦੋ ਤੇ ਜਦੋਂ ਅਸੀਂ ਵਾਪਸ ਆਏ ਤੇ ਉਹਨੂੰ ਦੁਬਾਰਾ ਫੇਰ ਉੱਥੇ ਸ਼ਹਿਬ ਸ਼ਹਿਪਰਬਾਰੀ ਲਾ ਦਿੱਤਾ ਸੈਕਟਰੀ ਤੇ ਇਸ ਕਰਕੇ ਇਹੋ ਜਿਹੇ ਬੰਦੇ ਉੱਪਰ ਸੀਜ਼ਨ ਲਾਈਨ ਦੇ ਵਿੱਚ ਕਮੀ ਰਹਿੰਦੀ ਹੈ ਡਿਸੀਜ ਲਾਈਨ ਅੱਛਾ ਅੱਛਾ ਖੋਰਾ ਖੋਰਾ ਕਿਉਂ ਲੱਗ ਰਿਹਾ ਪਾਰਟੀ ਨੂੰ ਪੰਜਾਬ ਦੇ ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ ਪੰਜਾਬ ਦੇ ਕਾਂਗਰਸ ਦੇ ਲੀਡਰ ਛੱਡ ਕਿਉਂ ਰਹੇ ਆ ਪਾਰਟੀ ਦੂਜੀਆਂ ਪਾਰਟੀਆਂ ਚ ਕਿਉਂ ਜਾ ਰਹੇ ਮਤਲਬ ਸਭ ਤੋਂ ਜ਼ਿਆਦਾ ਕਹਿੰਦੇ ਕਾਂਗਰਸ ਦੇ ਵਿੱਚ ਹੀ ਜਾਂਦੇ ਮੈਂ ਤੇ ਨਾ ਹੁਣ ਥੱਕ ਗਿਆ ਇਹਨਾਂ ਦੀਆਂ ਗੱਲਾਂ ਕਰ ਕਰਕੇ ਮੈਨੂੰ ਆਪਣੇ ਆਪ ਨੂੰ ਸ਼ਰਮ ਆਉਣ ਲੱਗ ਪਈ ਆ ਕਿ ਇਹ ਯਾਰ ਮੈਂ ਲੋਕਾਂ ਨੂੰ ਖਾਊਗਾ ਆ ਹੁਣ ਸੁਨੀਲ ਜੱਖੜੇ ਸਾਹਮਣੇ ਫੋਟੋ ਲਈ ਹੱਸ ਰਿਹਾ ਯਾਰ ਮੈਨੂੰ ਤੇ ਇਹਦੇ ਹਾਸੇ ਤੇ ਸ਼ਰਮ ਆਉਣ ਦੀ ਆ ਜਿਸ ਪਰਿਵਾਰ ਨੂੰ ਇੰਨਾ ਕੁਝ ਕਾਂਗਰਸ ਨੇ ਦਿੱਤਾ 72 ਚ ਮੇਰੇ ਫਾਦਰ ਮਿਨਿਸਟਰ ਸੀਗੇ ਇਹਦੇ ਫਾਦਰ ਡਿਪਟੀ ਮਿਨਿਸਟਰੀ ਐਜੂਕੇਸ਼ਨ ਸੀ ਕਿ ਮੇਰੇ ਫਾਦਰ ਕੋਲ ਡਵੈਲਪਮੈਂਟ ਤੇ ਡੇਰੀ ਡਵੈਲਪਮੈਂਟ ਤੇ ਹੋਰ ਸਾਰੇ ਮਿਨਿਸਟਰੀ ਮਿਨਿਸਟਰੀਆਂ ਸੀਗੀਆਂ 77 ਦੇ ਵਿੱਚ ਸੀਐਲਪੀ ਦਾ ਲੀਡਰ ਬਣਾ ਦਿੱਤਾ ਚੌਧਰੀ ਬਲਰਾਮ ਜਾਖੜ 80 ਦੇ ਵਿੱਚ ਸਪੀਕਰ ਬਣਾ ਦਿੱਤਾ ਉਹਦੇ ਬਾਅਦ ਫਿਰ ਜਦੋਂ ਆਤਵਾਦ ਆਇਆ ਇਹ ਕਹਿੰਦਾ ਤਾਂ ਮੈਂ ਹਿੰਦੂ ਆ ਮੈਨੂੰ ਹਿੰਦੂ ਕਰਕੇ ਨਹੀਂ ਦਿੱਤਾ ਤੇ ਜਦੋਂ ਹਿੰਦੂਆਂ ਨੂੰ ਪੰਜਾਬ 'ਚ ਲੋੜ ਸੀ ਉਦੋਂ ਤੇ ਸੰਤੋਖ ਸਿੰਘ ਰੰਧਾਵਾ ਰਹਿ ਗਿਆ ਤੇ ਚੌਧਰੀ ਬਲਰਾਮ ਜਾਖੜ ਚੁੱਕ ਕੇ ਰਾਜਸਥਾਨ ਦੌੜ ਗਿਆ ਤੇ ਕਦੀ ਕਿਸੇ ਦੇ ਕਰੇ ਆਪੋ ਤੇ ਨਹੀਂ ਅਜ ਦੋਵੇਂ ਬਾਪ ਇਹ ਬਾਪ ਬਾਪ ਬੇਟਾ ਨਹੀਂ ਪਰ ਉਹ ਕਹਿੰਦੇ ਕਿ ਇਸ ਸੀਐਮ ਨਹੀਂ ਬਣਾਇਆ ਗਿਆ ਜਦੋਂ ਤੁਸੀਂ ਡਿਪਟੀ ਸੀਐਮ ਬਣੇ ਤੁਹਾਡਾ ਵੀ ਨਾਮ ਪੂਰਾ ਚੱਲ ਰਿਹਾ ਸੀ ਯਾਰ ਇਹ ਮੇਰੀ ਗੱਲ ਸੁਣ ਤੁਹਾਨੂੰ ਪਤਾ ਵਿਜਪਾਲ ਉਹ ਤੁਸੀਂ ਤੇ ਮੇਰੇ ਘਰ ਤੁਰੇ ਫਿਰਦੇ ਇਹਦੇ ਵੱਲ ਤੁਸੀਂ ਗਏ ਸੀ ਕੋਈ ਜਿਹਨੂੰ ਸੀਐਮ ਬਣਾਉਣ ਲੱਗਾ ਸੀ ਨਹੀਂ ਪਰ ਉਹ ਦਾਅਵਾ ਤਾਂ ਕਰਦੇ ਨੇ ਮੇਰਾ ਤੇ ਮੇਰਾ ਤੇ ਸਾਰਾ ਜਲੂਸ ਨਿਕਲ ਗਿਆ ਅੱਜ ਮੈਂ ਫੇਰ ਕਾਂਗਰਸ ਚ ਬੈਠਾਂ ਤੇ ਜਿਹਦੇ ਵੱਲ ਕੋਈ ਗੋਇਆ ਹੀ ਨਹੀਂ ਕੈਮਰੇ ਵਾਲਾ ਉਹ ਕਹਿੰਦਾ ਮੈਨੂੰ ਮੈਨੂੰ ਘਰੇ ਬੈਠਾ ਜੋ ਮਰਜ਼ੀ ਬਣ ਜੇ ਕਹਿੰਦਾ ਮੈਨੂੰ ਤੇ ਪ੍ਰਾਈਮ ਮਿਨਿਸਟਰ ਬਣਾਉਣਾ ਸੀ ਫੋਨ ਤਾਂ ਆ ਗਿਆ ਸੀ ਤੁਹਾਨੂੰ ਵੀ ਨਹੀਂ ਮੈਨੂੰ ਤਾਂ ਆ ਗਿਆ ਸੀ ਮੈਨੂੰ ਤਾਂ ਤਕਲੀਫ ਨਹੀਂ ਤੇ ਜਿਹਨੂੰ ਆਇਆ ਨਹੀਂ ਤੇ ਉਹਦੇ ਜ਼ਿਆਦਾ ਪੀੜੋਂ ਲੱਗ ਪਈ ਪਰ ਤੁਸੀਂ ਫੇਰ ਅਜਿਹੇ ਹ ਡਿਸੀਜਨ ਨਹੀਂ ਲਿਆ ਕੋਈ ਜਦੋਂ ਤੁਹਾਨੂੰ ਲੱਗਿਆ ਕਿ ਝਟਕਾ ਤਾਂ ਤੁਹਾਨੂੰ ਲੱਗਿਆ ਬਹੁਤ ਵੱਡਾ ਇੱਕ ਗੱਲ ਸੁਣੋ ਜਿਸ ਪਾਰਟੀ ਨੇ ਅੱਜ ਮੈਨੂੰ ਨਾਂ ਦਿੱਤਾ ਮੇਰੇ ਬਾਪ ਨੂੰ ਨਾਂ ਦਿੱਤਾ ਤੇ ਮੇਰੇ ਵਰਗੇ ਤੇ ਕੀ ਰੰਦਾ ਵੇ ਤੁਰੇ ਫਿਰਦੇ ਤੁਸੀਂ ਉਦੋਂ ਉਦੋਂ ਕੋਈ ਨਾਰਾਜ਼ਗੀ ਜ਼ਾਹਿਰ ਕੀਤੀ ਵੀ ਤੁਸੀਂ ਅੰਦਾ ਮੇਰਾ ਅਨਾਉਂਸ ਕਰਵਾ ਕੇ ਤੇ ਮੁੜ ਕੇ ਮੁਕਰ ਕੇ ਨਹੀਂ ਮੁਕਰਨਾ ਕਰਾ ਯਾਰ ਇਹ ਤੇ ਪੋਲਿਟਿਕਸ ਆ ਪੋਲਿਟਿਕਸ ਦੇ ਵਿੱਚ ਨੇ ਢੋਲੀ ਚੋਂ ਕੱਢ ਲਿੰਦੇ ਨੇ ਤੇ ਤੂੰ ਇਹ ਚ ਨਹੀਂ ਤਾਂ ਫੇਰ ਕਾਰ ਚ ਜਾ ਰਹੇ ਹਾਂ ਨਹੀਂ ਫਿਰ ਇਹੀ ਸਵਾਲ ਹੈ ਨਾ ਹੁਣ ਧਰਮੇ ਦੀ ਹੁੰਦੀ ਹੈ ਪੋਲਿਟਿਕਸ ਨਹੀਂ ਪੇਸ਼ੈਂਸ ਧਰਮੇ ਦੀ ਨਹੀਂ ਇਹ ਤੁਹਾਡੀ ਓਨੈਸਟੀ ਦੀ ਹੁੰਦੀ ਹੈ ਕਿ ਤੁਸੀਂ ਆਪਣੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਹੋ ਨਹੀਂ ਪਰ ਪੇਸ਼ੈਂਸ ਵੀ ਤੇ ਰੱਖਣੀ ਪੈਂਦੀ ਹੈ ਜੇ ਜੇ ਪੇਸ਼ੈਂਸ ਰੱਖੋਗੇ ਤਾਂ ਅੱਗੇ ਜਾ ਕੇ ਪਾਰਟੀ ਕੁਛ ਨਾ ਕੁਝ ਦੇਵੇ ਮੈਂ ਕਾਲ ਸੁਣੋ ਇਹਦੇ ਤੋਂ ਵੱਧ ਕਿੰਨੇ ਪਾਰਟੀ ਨੂੰ ਨੂੰ ਦੇ ਦਿੱਤਾ ਪੀਐਸਸੀ ਪ੍ਰੈਜ਼ੀਡੈਂਟ ਬਣਾਇਆ ਫੇਰ ਜਾ ਕੇ ਗੁਰਦਾਸਪੁਰ ਅੱਜ ਤਾ ਕੇ ਭੇਜਿਆ ਤੇ ਫਿਰ ਜੇ ਕਹੇ ਕਿ ਮੈਂ ਹਿੰਦੂ ਸੀ ਤੇ ਅਸੀਂ ਫਿਰ ਜਿਤਾ ਕੇ ਪੇਜਾ ਜਦੋਂ ਇਲੈਕਸ਼ਨ ਆ ਰਹੇ ਤਾਂ ਪਾਰਟੀ ਨੂੰ ਉਲਟਾ ਖੁਸ਼ ਹੋਣਾ ਚਾਹੀਦਾ ਵੀ ਅਸੀਂ ਤੇ ਲੀਡਰ ਪੈਦਾ ਕਰ ਕਰਕੇ ਦੂਜੀਆਂ ਪਾਰਟੀਆਂ ਨੂੰ ਦਿੰਨੇ ਆ ਵੀ ਤੁਸੀਂ ਲੈ ਲਓ ਤੁਸੀਂ ਲੈ ਲਓ ਤਾਂ ਹੀ ਤਾਂ ਹੀ ਤੇ ਜਦੋਂ ਜਦੋਂ ਜਾਣਗੇ ਬਰਾੜ ਸਾਹਿਬ ਜਦੋਂ ਇਹ ਜਾਣਗੇ ਤੇ ਤਾਂ ਹੀ ਤੇ ਉਹਨਾਂ ਦਾ ਬੇੜਾ ਕਰਕੇ ਹੋਏਗਾ ਅਗਲੀਆਂ ਪਾਰਟੀਆਂ ਦਾ ਅਸੀਂ ਤਾਂ ਖੁਸ਼ ਹਾਂ ਕਿ ਗਏ ਚਲੋ ਠੀਕ ਹੈ ਇਹਦੇ ਵਿੱਚ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਨੂੰ ਤੁਸੀਂ ਪਿੱਛੇ ਟਿਕਟ ਦਿੱਤੀ ਲੋਕ ਸਭਾ ਜਿਮਨੀ ਚੋਣ ਦੇ ਵਿੱਚ ਹੁਣ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹ ਵੀ ਭਾਜਪਾ ਚ ਚਲੇ ਗਏ ਉਸ ਪਰਿਵਾਰ ਦੀ ਕੀ ਗੱਲ ਕਰੀਏ ਵਿਕਰਮ ਚੌਧਰੀ ਨਾਰਾਜ਼ ਹੈ ਮੇਰਾ ਉਸ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਪੁਰਾਣਾ ਰਿਸ਼ਤਾ ਚੌਧਰੀ ਸੰਤੋਖ ਸਿੰਘ ਵਰਗਾ ਕੋਈ ਭਾਰ ਨਹੀਂ ਹੋ ਸਕਦਾ ਚੌਧਰੀ ਜਗਜੀਤ ਵਰਗਾ ਬਹੁਤ ਵਧੀਆ ਬੰਦਾ ਸੀ ਤੇ ਦੋਵੇਂ ਪਰਾ ਇਕੱਠੇ ਵਜੀਰ ਬਣੇ ਇਕੱਠੇ ਬਣੇ ਦੋਹਾਂ ਸੌ ਸੌ ਤਕਰੀਬਨ ਬਾਸਟਰ ਘਰਪੱਤਾ ਸਿੰਘ ਉਹਨਾਂ ਦੀ ਉਹ ਰਹੀ ਐ ਪਾਰਟਿਕਸ ਦੇ ਵਿੱਚ ਹੁਣ ਤੱਕ 100 ਸਾਲ ਪੂਰਾ ਹੋ ਗਿਆ ਜਾਂ 102 ਸਾਲ ਹੋ ਗਏ ਹੋਣਗੇ। ਇਹ ਇਸ ਪਰਿਵਾਰ ਨੂੰ ਕਾਂਗਰਸ ਨੇ ਹਮੇਸ਼ਾ ਹੀ ਦਿੱਤਾ ਹੀ ਦਿੱਤਾ। ਉਹ ਵੀ ਕਹਿੰਦੇ ਧੱਕਾ ਹੋ ਗਿਆ ਸਾਡੇ ਨਾਲ। ਯਾਰ ਜੇ ਇੰਨਾ ਚਿਰ ਕਾਂਗਰਸ ਧੱਕਾ ਕਰਦੀ ਹੁੰਦੋ ਤੇ ਕਰੀ ਧੱਕਾ ਕਿਹਾ ਨਹੀਂ ਜਦੋਂ ਧੱਕਾ ਹੁੰਦਾ ਰਿਹਾ ਕਿ ਜਦੋਂ ਵਜ਼ੀਰ ਬਣਾਉਂਦੇ ਉਹ ਵੀ ਧੱਕੇ ਨੇ ਦੋਵੇਂ ਪਰਿਵਾਰ ਇੱਕ ਮੈਂਬਰ ਇੱਕ ਘਰ ਚੋਂ ਦੋਵੇਂ ਵਜ਼ੀਰ ਬਣ ਕੇ ਅਹੀਂ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ ਕਿ ਇਹ ਦੋ ਬਣਾ ਤੇ ਸਾਨੂੰ ਫੇਰ ਨਹੀਂ ਬਣਾਇਆ। ਚਲੋ ਕੋਈ ਸਵਾਲ ਇੱਕ ਹੋਰ ਸਾਹਿਲ ਕੋਈ ਸਵਾਲ ਸਾਹਿਲ ਦੱਸੋ ਅ ਸਰ ਮੇਰੇ ਦੋ ਕੁ ਸਵਾਲ ਨੇ ਤੇ ਦੋ ਕੁ ਲਾਈਨਾਂ ਚ ਮੈਂ ਕੰਪਲੀਟ ਕਰੂੰਗਾ ਇੱਕ ਤਾਂ ਪਹਿਲਾ ਤਾਂ ਇਹ ਹੈ ਕਿ ਅਸੀਂ ਕਲਾਕਾਰ ਵਲੀ ਅਗਰ ਸਾਈਡ ਆਈਏ ਆਮ ਆਦਮੀ ਪਾਰਟੀ ਨੇ ਹੁਣੇ ਜਿਵੇਂ ਕਰਮਜੀਤ ਅਨਮੋਲ ਬਾਜੀ ਹੋਰੀ ਹੈ ਨੇ ਇਲੈਕਸ਼ਨ ਲੜਦੇ ਨੇ ਤਾਂ ਤੁਹਾਡੀ ਪਾਰਟੀ ਚ ਵੀ ਪਿੱਛੇ ਸਦੀਕ ਸਾਹਿਬ ਸੀਗੇ ਸਵਾਲ ਮੇਰਾ ਇਹ ਹੈ ਕਿ ਤੁਸੀਂ ਇਹ ਚੀਜ਼ ਕਿਵੇਂ ਲੈਨੇ ਹੋ ਕਿ ਜਦੋਂ ਕੋਈ ਕਲਾਕਾਰ ਰਾਜਨੀਤੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਹ ਉਹ ਜਿਹੜਾ ਪ੍ਰੋਸੈਸ ਹੁੰਦਾ ਹੈ ਉਹ ਕਿਤੇ ਨਾ ਕਿਤੇ ਸਕਸੈਸ ਨਹੀਂ ਹੋ ਪੰਦਾ ਜਾਂ ਹੋ ਪੰਦਾ ਉਹ ਉਸ ਚੀਜ਼ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਹਾਡੀ ਪਾਰਟੀ ਕੀ ਸੋਚਦੀ ਹੈ ਕਲਾਕਾਰਾਂ ਦੇ ਬਾਰੇ ਵੀ ਕਿਉਂਕਿ ਅੱਜ ਅੱਜ ਟਾਈਮ ਨਾਲ ਐਵੇਂ ਹੋ ਰਿਹਾ ਵੀ ਲੋਕ ਪਸੰਦ ਨਹੀਂ ਕਰ ਰਹੇ ਕਲਾਕਾਰਾਂ ਨੂੰ ਲੋਕ ਪਾਰਟੀ ਨੂੰ ਨਹੀਂ ਪਤਾ ਕਿ ਕਿਤੇ ਇਸ ਤਰੀਕੇ ਨਾਲ ਲੈਂਦੇ ਨੇ ਕਿ ਚਲੋ ਵੀ ਇਹਨਾਂ ਦੀ ਰੀਚ ਵਧੀ ਹੈ ਇਹਨਾਂ ਦੀ ਆਡੀਅנס ਆ ਲੋਕ ਚਾਹਣ ਵਾਲੇ ਇਹਨਾਂ ਦੇ ਹੈਗੇ ਨੇ ਕਿਤੇ ਨਾ ਕਿਤੇ ਸਾਡੀ ਪਾਰਟੀ ਨੂੰ ਫਾਇਦਾ ਹੋਊਗਾ ਮੈਂ ਮੈਂ ਤੁਹਾਨੂੰ ਰੱਬ ਨੂੰ ਫੜ ਲਿਆ ਸੰਨੀ ਦੇਵਲ ਮੈਂ ਉਹ ਤੇ ਯਾਰ ਉਹ ਤੇ ਨਲਕਾ ਹੀ ਪੁੱਟਦਾ ਪਤਾ ਨਹੀਂ ਕਿਦਾਂ ਲੈ ਗਿਆ ਹੈ ਉਹ ਨਲਕਾ ਵੀ ਹੈ ਨਹੀਂ ਸੀ ਨਾ ਪੁੱਟਿਆ ਸੀ ਨਾ ਢਾਈ ਹੱਥ ਢਾਈ ਕਿਲੋ ਦਾ ਹੱਥ ਸੀ ਉਹ ਦੋਵੇਂ ਚੀਜ਼ਾਂ ਹੀ ਲੈ ਬੈਠਾ ਤੇ ਉਹ ਉਹਨੂੰ ਆਪਾਂ ਉਹਨੂੰ ਕਰੀਏ ਨਾ ਉਹ ਉਹ ਇਸ ਲਾਈਨ ਦਾ ਬੰਦਾ ਹੀ ਨਹੀਂ ਸੀ ਹੂੰ ਠੀਕ ਹੈ ਨਾ ਉਹਨੂੰ ਆਪਾਂ ਛੱਡ ਦਈਏ ਇਹ ਤੇ ਤਕਲੀਫ ਹੋਣੀ ਚਾਹੀਦੀ ਉਹ ਜਿਹੜੇ ਹੱਸ ਰਹੇ ਨੇ ਸਾਹਮਣੇ ਭਾਈ ਸਾਹਿਬ ਉਹਨਾਂ ਨੂੰ ਮੈਨੂੰ ਨਹੀਂ ਹੋਣੀ ਚਾਹੀਦੀ ਤੇ ਉਹਦੇ ਜਿਹੜੀ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਆ ਜਿਹੜਾ ਕਲਾਕਾਰ ਹੁੰਦਾ ਜਾਂ ਰਾਈਟਰ ਹੁੰਦਾ ਇਹ ਦੇਸ਼ ਕੌਮ ਦੀ ਲਿਖਤ ਹੁੰਦਾ ਕਿ ਕਿਸ ਪਾਸੇ ਦੇਸ਼ ਨੂੰ ਲੈ ਕੇ ਜਾਣਾ ਮੈਨੂੰ ਯਾਦ ਆ ਸਾਡੇ ਮੇਲਾ ਰਾਮ ਇਮਤਿਹਾਨ ਸੀਗੇ ਬਟਾਲੇ ਤੋਂ ਜੈਸੋਂ ਸਿੰਘ ਰਾਈ ਸੀ ਕਿ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਰਹੇ ਨੇ ਡੀਜੀਪੀ ਜੀ ਜੀ ਉਹਨਾਂ ਦੇ ਚਾਤਾਇਆ ਜੀ ਉਹ ਬੰਦੇ ਬੰਦਿਆਂ ਨੇ ਆਪਣੇ ਹੱਥ ਨਾਲ ਲਿਖ ਲੈ ਕੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨੀਆਂ ਜਿਹੜੇ ਕਵਿਤਾਵਾਂ ਅੱਜ ਤੱਕ ਗੂੰਜਦੀਆਂ ਨੇ ਲੋਕਾਂ ਦੇ ਕੰਨਾਂ 'ਚ ਜਿਨ੍ਹਾਂ ਨੇ ਆਜ਼ਾਦੀ ਦਿਵਾਈ ਤੇ ਜੇ ਆਪਾਂ ਟੋ ਨਾ ਲੋਕਾਂ ਨੇ ਇਲੈਕਸ਼ਨ ਨਹੀਂ ਲੜੀ ਉਹਨਾਂ ਲੋਕਾਂ ਨੇ ਦੇਸ਼ ਲਈ ਕੰਮ ਕੀਤਾ ਤੇ ਅੱਜ ਅਸੀਂ ਮੈਂ ਫ਼ਰੀਦ ਖ਼ਾਬਰ ਦਾ ਤੁਸੀਂ ਨਾ ਲਿਆ ਮੁਹੰਮਦ ਸਦੀਕ ਨੂੰ ਮੈਂ ਉਦੋਂ ਦਾ ਜਾਂਦਾ ਮੇਰੇ ਫਾਦਰ 85 ਚ ਪ੍ਰੈਜ਼ੀਡੈਂਟ ਸੀ ਤੇ ਅਤਵਾਦ ਬਹੁਤ ਜ਼ੋਰ ਤੇ ਸੀ ਕਾਂਗਰਸ ਦੀ ਸਟੇਜ ਤੇ ਕੋਈ ਬੈਠਣ ਨੂੰ ਤਿਆਰ ਨਹੀਂ ਸੀ ਹੁੰਦਾ ਤੇ ਮੁਹੰਮਦ ਸਦੀਕ ਤੂੰਬੀ ਲੈ ਕੇ ਗਾਣਾ ਬੋਲਦਾ ਹੁੰਦਾ ਜੀ ਪੰਜਾਬ ਦੀ ਆਵਾਜ਼ ਬਣ ਕੇ ਗੂੰਜਿਆ ਤੇ ਇਹੋ ਜਿਹੇ ਬੰਦੇ ਆਪਾਂ ਅਨਮੋਲ ਦਾ ਤੇ ਮੁਹੰਮਦ ਸਦੀਕ ਦਾ ਕੰਪੈਰੀਜ਼ਨ ਉਹ ਪੋ ਆਂਥਰਾ ਜਹੰਸ ਵੀ ਨੇ ਹਾਂ ਉਹ ਆਂਥਰਾ ਹੰਸ ਨਾ ਤੇ ਜਰ ਬਹੁਤ ਮਾੜੀ ਬੋਲਦੀ ਹੈ ਇੱਕ ਨਾਮ ਜਿਹੜਾ ਸਾਹਿਲ ਨੇ ਨਹੀਂ ਲਿਆ ਉਹ ਮੈਂ ਲੈ ਦਿੰਦਾ ਆਂਥਰਾ ਜਹੰਸ ਤੇ ਹੁਣ ਰੋਣ ਹੀ ਲੱਗ ਪਿਆ ਓਏ ਬੀਚੂ ਬਕਸ਼ੀ ਚਲੋ ਮੈਂ ਮੈਂ ਇੱਕ ਹੋਰ ਨਾਮ ਲੈ ਦਿੰਦਾ ਜਿਹੜਾ ਸਾਹਿਲ ਦੇ ਨਹੀਂ ਲਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਉਹ ਵੀ ਕਲਾਕਾਰੀ ਤੋਂ ਹੀ ਇਸ ਕੁਰਸੀ ਤੱਕ ਪਹੁੰਚੇ ਨੇ ਉਹ ਕਮਕਾਰੂ ਸਕਸੈਸਫੁਲ ਕਲਾਕਾਰੀ ਕੀਤੀ ਕਿ ਦੁਨੀਆ ਹੁਣ ਆਪਣੇ ਹੱਥਾਂ ਨੂੰ ਦੰਦੀਆਂ ਵੱਡ-ਵੱਡ ਵੇਖਦੀ ਹੈ ਕਿ ਅਸੀਂ ਕੀ ਕਰ ਬੈਠੇ ਹਾਂ ਨਹੀਂ ਪਰ ਤੁਸੀਂ ਸਕਸੈਸ ਬੰਦੇ ਹੋ ਉਹਨੂੰ ਕਿ ਸਕਸੈਸ ਤੇ ਹੈ ਜਿਸ ਸੀਨੀਅਰ ਨੂੰ ਸੀਧਾ ਪਹੁੰਚ ਮੈਂ ਮੈਂ ਨਹੀਂ ਮੰਨਦਾ ਮੇਰੀ ਗੱਲ ਸੁਣੋ ਇੱਕ ਲੈਵਲ ਹੁੰਦਾ ਉਹ ਜਿਹੜੀ ਚੀਫ ਮਿਨਿਸਟਰ ਦਾ ਲੈਵਲ ਹੈ ਉਹਨੂੰ ਆਪਾਂ ਨੂੰ ਥੱਲੇ ਨਹੀਂ ਰੱਖ ਜਣਾ ਹੁੰਦਾ ਤੇ ਅੱਜ ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਲੈਵਲ ਨੂੰ ਥੱਲੇ ਯਾਰ ਤੁਸੀਂ ਜਿੱਥੇ ਬੱਚੇ ਬੈਠੇ ਹੋ ਤੇ ਤੁਸੀਂ ਜਿਹੜਾ ਵਿਧਾਨ ਸਭਾ ਚ ਜੋ ਡਰਾਮਾ ਲੱਗਦਾ ਮਜਮਾ ਲੱਗਦਾ ਉਹ ਉੱਥੇ ਲਾ ਮੇਕਰ ਬੈਠੇ ਨੇ ਤੁਸੀਂ ਕਹਿੰਦੇ ਨਹੀਂ ਕਿ ਇਹ ਇਹ ਕੀ ਇਹਨਾਂ ਨੇ ਮੱਛੀ ਮਾਰਕੀਟ ਬਣਾਈਆਂ ਜਿਸ ਤਰੀਕੇ ਦੇ ਨਾਲ ਜਿਸ ਲੈਵਲ ਦੇ ਨਾਲ ਚੀਫ ਮਿਨਿਸਟਰ ਰਨਿੰਗ ਕਮੈਂਟਰੀ ਕਰੇ ਤੁਸੀਂ ਆਪ ਹੀ ਉੱਠ ਕੇ ਵੈਲ ਚਾ ਜੇ ਪਹਿਲੀ ਵਾਰ ਹਿਸਤੀ ਦੇ ਵਿੱਚ 70 ਸਾਲਾਂ ਚੋਂ ਆਇਆ ਹੋਇਆ ਹੈਗਾ ਜਦੋਂ ਇਹ ਪੰਜਾਬ ਅਸੈਂਬਲੀ ਵਿੱਚ ਕਦੀ ਚੀਫ ਮਿਨਿਸਟਰ ਇਸ ਲੈਵਲ ਦਾ ਯਾਰ ਇਸ ਜਿੱਥੇ ਚੀਫ ਮਿਨਿਸਟਰ ਬੈਠਾ ਭਗਵੰਤ ਮਾਨ ਇੱਥੇ ਪ੍ਰਤਾਪ ਸਿੰਘ ਕੈਰੋ ਬੈਠਾ ਜਿਹੜਾ ਪੰਜਾਬ ਦਾ ਨਰਬਾਤਾ ਸੀ ਜਿਨੇ ਪੰਜਾਬ ਨੂੰ ਨਹੀਂ ਹਿੰਦੁਸਤਾਨ ਨੂੰ ਦੱਸ ਦਿੱਤਾ ਕਿ ਪੰਜਾਬੀ ਖੇਤੀ ਕਿਵੇਂ ਕਰਦੇ ਨੇ ਉਹਨੇ ਦੱਸ ਦਿੱਤਾ ਕਿ ਵਾਈਟ ਰੈਵੋਲution ਲੈ ਕੇ ਅਸੀਂ ਕੀ ਆਏ ਹਾਂ ਉਹਨੇ ਦੱਸ ਦਿੱਤਾ ਕਿ ਸਾਡਾ ਪੰਜਾਬ ਕਿੱਥੇ ਖੜਾ ਚਾਈਨਾ ਦੇ ਵਿੱਚ ਜਦੋਂ ਲੜਾਈ ਲੱਗੀ ਤੇ ਜਦੋਂ ਕਿਹਾ ਗਿਆ ਕਿ ਦੇਸ਼ ਨੂੰ ਪੈਸਾ ਚਾਹੀਦਾ ਜਵਾਰਲਾ ਨੈਰੂ ਨੇ ਕਿਹਾ ਉਸ ਵੇਲੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਇੱਕੋ ਵਾਹਟੇ 230 ਕੁਇੰਟਲ ਪੰਜਾਬ ਦੇ ਵਿੱਚੋਂ ਸੋਨਾ ਇਕੱਠਾ ਕਰਕੇ ਦੋਸਤਾਂ ਚ ਭੇਜਦੇ ਤੇ ਪੂਰੇ ਹਿੰਦੁਸਤਾਨ ਚ 100 ਕਿੰਟਲ ਕੇ ਪਰਨ ਕਿੰਨਾ ਇਕੱਠਾ ਹੋ ਰਿਹਾ ਪਰ ਰੰਧਾਵਾ ਸਾਹਿਬ ਉਹ ਕਹਿੰਦੇ ਕਿ ਲਾਈਵ ਟੈਲੀਕਾਸਟ ਹੁੰਦਾ ਲੋਕ ਦੇਖਦੇ ਨੇ ਵਿਧਾਨ ਸਭਾ ਦੇ ਵਿੱਚ ਹੋ ਕੀ ਰਿਹਾ ਸਭ ਨੂੰ ਪਤਾ ਲੱਗ ਰਿਹਾ ਤੁਹਾਡੇ ਵੇਲੇ ਉਸ ਤਰ੍ਹਾਂ ਦਾ ਨਹੀਂ ਹੁੰਦਾ ਸੀ ਹੁਣ ਹੋ ਰਿਹਾ ਹੈ ਲਾਈਵ ਤੁਸੀਂ ਦੇਖਦੇ ਕੀ ਹੋ ਰਿਹਾ ਤੁਸੀਂ ਦੱਸਦੇ ਕੀ ਹੋ ਰਿਹਾ ਆਪੋਜੀਸ਼ਨ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਉਹ ਤੈਨੂੰ ਅੰਦਰ ਕਰ ਦੂੰ ਤੈਨੂੰ ਅੰਦਰ ਕਰ ਤੈਨੂੰ ਰੋਕਿਆ ਕਿੰਨੇ ਆ ਕਿੰਨੇ ਰੋਕਿਆ ਉਹਨੂੰ ਅੰਦਰ ਕਰ ਦੂੰ ਤੈਨੂੰ ਕਰ ਦੂੰਗਾ ਤੂੰ ਬੋਲੇਗਾ ਤੈਨੂੰ ਕਰ ਦੂੰਗਾ ਕਮਾਲ ਹੋ ਗਈ ਯਾਰ ਮੋੱਖ ਮੰਤਰੀ ਦਾ ਇਹ ਲੈ ਉਹ ਤਾਂ ਕਹਿੰਦੇ ਇਹ ਲੈਵਲ ਆ ਕਿ ਇੱਕ ਤਾਂ ਕਹਿੰਦੇ ਪਰ ਉਹ ਕਹਿੰਦੇ ਨੇ ਕਿ ਲੁੱਟਣ ਵਾਲੇ ਐਕਸ਼ਨ ਕਰਨਾ ਗੰਦਾਬਾਬ ਸਾਹਿਬ ਉਹ ਕਹਿ ਰਹੇ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਮੈਂ ਉਹਨਾਂ ਨੂੰ ਕਹਿ ਰਿਹਾ ਉਹਨਾਂ ਨੂੰ ਅੰਦਰ ਕਰਨਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਹਨਾਂ ਪੰਜਾਬ ਆ ਵੀ ਅਸੀਂ ਬੈਠਿਆ ਅਹੀਂ 18 ਬੰਦੇ ਬੈਠੇ ਸਾਨੂੰ ਕਹਿੰਦਾ ਬੈਠੇ ਨੇ ਤੇ ਦੇ ਯਾਰ ਅੰਦਰ ਜੇ ਤੇ ਉਹਦੇ ਚ ਮੈਂ ਵੀ ਮੰਤਰੀ ਰਿਆਂ ਮੇਰੇ ਟਾਈਮ ਦੇ ਵਿੱਚ ਜਾ ਕੇ ਅੱਜ ਦੇਖ ਲਿਓ ਮਾਰਕੀਟ ਦਾ ਹਾਲਾਤ ਦੋਆਂ ਸਾਲਾਂ ਦੇ ਤੇ ਮੇਰੇ 40 ਸਾਲਾਂ 'ਚ ਮੈਂ 800 ਰੁਪਏ ਕਰੋੜ ਦਾ ਕਰਜ਼ਾ ਲਾ ਕੇ ਮਾਰਕੀਟ ਨੂੰ ਨੇ 24 ਸਾਲਾਂ ਜੇ ਆਪਣਾ ਸਬਸੀਡੈਂਟ ਕਰਕੇ ਗਿਆ ਤੇ ਅੱਜ ਜਾ ਕੇ ਵੇਖਿਆ ਮਾਰਕੀਟ ਦਾ ਕੀ ਹਾਲ ਕੀਤਾ ਕੋਆਪਰੇਟਿਵ ਬੈਂਕ ਜਿਸ ਦਿਨ ਮੈਂ ਜੁਆਇਨ ਕੀਤਾ 33 ਕਰੋੜ ਲਾਸਟ ਸੀ ਤੇ ਜਦੋਂ ਮੈਂ ਛੱਡ ਕੇ ਗਿਆ ਇਹਨਾਂ ਦੇ ਵਿੱਚ 2022 ਚ ਜਿਹੜਾ ਮਾਰਚ ਦੇ ਜਾ ਕੇ ਵੇਖਿਓ ਉਹਦੀ ਲੈ ਕੇ ਰਿਪੋਰਟ ਮੈਂ 83 ਕਰੋੜ ਤੇ ਉੱਤੇ ਉਹਨੂੰ ਪ੍ਰੋਫਿਟ ਤੇ ਛੱਡ ਗਿਆ ਮਿਲਕ ਫੈਡ ਪੰਜਾਬ ਦਾ ਵੇਖਿਓ ਕਿ ਜਿਹੜੀ ਜਿਹੜੀ 16 ਲੱਖ ਲੀਟਰ ਸੀਗੀ ਪਾਡੇ ਮੈਂ ਉਹਨੂੰ 40 ਲੱਖ ਲੀਟਰ ਤੱਕ ਲੈ ਗਿਆ ਸੀ ਚਲੋ ਤੁਹਾਡੇ ਕੋਲੇ ਜੇਲ੍ਹ ਡਿਪਾਰਟਮੈਂਟ ਵੀ ਰਿਹਾ ਮੈਂ ਜੇਲਾ ਤੇ ਵੀ ਆਉਣਾ ਇੱਕ ਸਵਾਲ ਕੋਈ ਬੜਾ ਇੰਟਰਸਟਿੰਗ ਡਿਪਾਰਟਮੈਂਟ ਹੈ ਮੇਰਾ ਨਾਂ ਹੀ ਜੇਲ੍ਹ ਡਿਪਾਰਟਮੈਂਟ ਬਿਲਕੁਲ ਹੋਸ ਤੇ ਆਉਣਾ ਬੜਾ ਜ਼ਰੂਰੀ ਹੈ ਇੱਕ ਸਵਾਲ ਲੈ ਲਈਏ ਜੀ ਅੱਛਾ ਮੈਂ ਕਿਤੇ ਰਾਜੇ ਬੜੇ ਇਕਵਲਾ ਹੱਥ ਕੀਤਾ ਸਰ ਮੇਰਾ ਸਵਾਲ ਹੈ ਕਿ ਲੋਕ ਤੁਹਾਨੂੰ ਵੋਟ ਕਿਉਂ ਦੇਣ ਕੋਈ ਇੱਕ ਕਾਰਨ ਚਿੱਤਨ ਤੋਂ ਬਾਅਦ ਪਹਿਲਾਂ ਤੁਹਾਡਾ ਲੋਕਪੱਖੀ ਕੰਮ ਕੀ ਹੋਏਗਾ ਮੇਰੀ ਗੱਲ ਸੁਣੋ ਕਿ ਮੇਰਾ ਅੱਜ ਤੱਕ ਜਿਹੜਾ ਵੀ ਕੰਮ ਹੋਇਆ ਐ ਮੇਰੇ ਇਲਾਕੇ ਚ ਇਹਨਾਂ ਜਿਦਾ ਤੁਸੀਂ ਕਿਹਾ ਕਿ ਮੈਂ ਬੜੇ ਮਾਰਚ ਥੋੜੇ ਮਾਰਚਣਾ ਚਾਹਤਾਂ ਤੇ ਇੱਕ ਮੈਂ ਥੋੜਾ ਜਨਾ ਸੱਚ ਜਿਆਦਾ ਬੋਲ ਜਾਣਾ ਕਈ ਮੈਂਨ ਲੋਕ ਨਾਰਾਜ਼ ਵੀ ਹੋ ਜਾਂਦੇ ਨੇ ਉਹ ਵੈਸੇ ਪੋਲੀਟਿਕਲ ਆਦਮੀ ਨੂੰ ਤੇ ਬਾਕੀ ਲੀਡਰਾਂ ਵਰਗਾ ਹੋਣਾ ਚਾਹੀਦਾ ਹੂੰ ਉਹ ਮੇਰੇ ਕੋ ਥੋੜੀ ਜੀ ਪਤਾ ਨਹੀਂ ਇਹਨੂੰ ਮੈਂ ਆਪਣੇ ਆਪ ਚ ਹੀ ਕਿਵੜਾ ਸੋਚਦਾ ਮੇਰੇ ਬੱਚੇ ਵੀ ਕਹਿੰਦੇ ਕਿ ਡੈਡੀ ਥੋੜੇ ਜੇ ਆਪਣੇ ਆਪ ਨੂੰ ਸੁਧਾਰ ਲਓ ਕਿ ਇਹਨੂੰ ਨਾ ਨਾ ਜਾਂਦੇ ਕਰਦਿਆ ਕਰੋ ਆਰਾਮ ਨਾ ਕਰਦਿਆ ਕਰੋ ਹੌਲੀ ਜੀ ਮੈਂ ਇੱਕ ਚੀਜ਼ ਤੁਹਾਨੂੰ ਕਹਨਾ ਕਿ ਪਹਿਲਾ ਕੰਮ ਇਹ ਹੋਏਗਾ ਕਿ ਬਾਰਡਰ ਡਿਸਟ੍ਰਿਕਟ ਗੁਰਦਾਸਪੁਰ ਨੇ ਮੈਂ ਪੂਰੇ ਪੰਜਾਬ ਦੀ ਬਾਰਡਰ ਦੀ ਗੱਲ ਕਰ ਰਿਹਾ ਮੈਂ ਪੂਰੇ ਹਿੰਦੁਸਤਾਨ ਦੀ ਕਰਾਂਗਾ ਕਿ ਸਾਨੂੰ ਪਾਕਿਸਤਾਨ ਦੀ ਕੁਸਪੈਂਟ ਰੋਕਣੀ ਪਵੇਗੀ 50 ਕਿਲੋਮੀਟਰ ਤੱਕ ਕਿ ਬੀਐਸਐਫ ਬੈਠੀ ਆ ਆਪਾਂ ਧਿਆਨ ਨਹੀਂ ਦੇ ਰਹੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤੁਸੀਂ ਬੰਦ ਬਣਿਆ ਸੀ 1971 72 ਤੋਂ ਬਾਅਦ ਕੋਈ ਉਹਦੇ ਤੋਂ ਲੜਾਈ ਤੋਂ ਬਾਅਦ ਉਥੇ ਪਾਣੀ ਜਦੋਂ ਦਾ ਰਾਵੀ ਦੇ ਨਾਲ ਸਾਡਾ ਨੁਕਸਾਨ ਨਹੀਂ ਹੁੰਦਾ ਬਾਉਪੁਰ ਦੇ ਲਾਗੇ ਸਾਡਾ ਪਾਣੀ ਜਦੋਂ ਉਜ ਤੇ ਜਾਂ ਬਸੰਤਰ ਨਾਲੇ ਚ ਪਾਣੀ ਆਉਂਦਾ ਉਥੋਂ ਟੁੱਟਦਾ ਤੇ ਸਾਰਾ ਗੁਰਦਾਸਪੁਰ ਰੋੜ ਦਿੰਦਾ ਇਹ ਜਿਹੜੀਆਂ ਚੀਜ਼ਾਂ ਨੇ ਲੋਕਾਂ ਨੂੰ ਦੱਸਣੀਆਂ ਪੈਣਗੀਆਂ ਪੰਜਾਬ ਦੇ ਵਿੱਚ ਮੌਕਾ ਤੁਹਾਡੇ ਤੁਹਾਡਾ ਲਾਈਵ ਚੱਲ ਰਿਹਾ ਤੁਸੀਂ ਜਿਸ ਤਰੀਕੇ ਨਾਲ ਤੁਹਾਡੇ ਚੈਨਲ ਮੈਂ ਮੁਬਾਰਕਬਾਦ ਵੀ ਦੇਣਾ ਤੁਹਾਨੂੰ ਕਿ ਤੁਸੀਂ ਜਿਵੇਂ ਚੜੇ ਸੀ ਇਹਨੂੰ ਥੱਲੇ ਨਾ ਆਉਣ ਦਿਓ ਮੈਂ ਉਹਦੇ ਚ ਆ ਰਿਹਾ ਕਿ ਜੇ ਪੰਜਾਬ ਦਾ ਬਾਰਡਰ ਉਹ ਸੋਣਾ ਪੰਜਾਬ ਚੋਂ ਨਸ਼ਾ ਖਤਮ ਕਰਨਾ ਪੰਜਾਬ ਚੋਂ ਕਾਤੂਆਦ ਖਤਮ ਕਰਨਾ ਪੰਜਾਬ ਚੋਂ ਗੈਂਗਿਸਮ ਖਤਮ ਕਰਨਾ ਜਿਵੇਂ ਹਿਲਸ ਜਿਹੜੀਆਂ ਸਟੇਟਸ ਨੇ ਪਹਾੜੀ ਜਿਹੜੇ ਰਾਜ ਨੇ ਉਹਨਾਂ ਵਾਂਗੂ ਕੋਈ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ ਦੇ ਉੱਤੇ ਇੰਡਸਟਰੀਅਲ ਪੈਕੇਜ ਦੇਣਾ ਪਏਗਾ ਇੰਡਸਟਰੀਅਲਾਈਜੇਸ਼ਨ ਕਰਨੀ ਪਏਗੀ ਮੋਟੇ ਜ਼ਮੀਨਾਂ ਵੀ ਸਸਤੀਆਂ ਅੱਜ ਜੇ ਕਿਹਨਾਂ ਦੀ ਬਾਰਡਰ ਦੇ ਉੱਪਰ ਬੈਠੇ ਆ ਤੇ ਜੇ ਅੱਜ ਤੇ ਮਜ਼ਾਈਲਾਂ ਨੇ ਇਹੋ ਜਿਹੇ ਜਹਾਜ਼ ਆ ਗਏ ਨੇ ਸੈਕੰਡ ਤੇ ਪਹੁੰਚ ਜਾਣਗੇ ਉੱਥੇ ਬਾਂਬੇ ਜੇ ਨਾ ਅੱਜ ਬਾਂਬੇ ਨੂੰ ਖਤਰਾ ਉਹਨਾਂ ਡੇੜਾ ਬਾਬਾ ਉਹਨਾਂ ਨੂੰ ਖਤਰਾ ਪਰ ਪਰ ਯੂਪੀਏ 1 ਵੀ ਰਹਿ ਲਈ ਯੂਪੀਏ 2 ਵੀ ਰਹਿ ਲਈ ਉਦੋਂ ਵੀ ਮੈਂ ਕਿਹਾ ਸੀ ਉਹ ਮੈਂ ਕਿਹਾ ਇੱਥੇ ਕਰ ਦੋ ਸਾਨੂੰ ਕੋਈ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਤੇ ਸਾਨੂੰ ਦੋ ਵਾਕੀ ਪੰਜਾਬ ਨੂੰ ਰਹਿਨ ਦੋ ਬਾਰਡਰ ਡਿਸਟ੍ਰਿਕਟ ਕਰ ਦੋ ਤੇ ਇਹ ਮੈਂ ਕਿਹਦਾ ਬੈਤ ਇਹ ਵੀ ਕਿਹਾ ਕਿ ਸਾਡੇ ਬੜੀ ਉੜੈ ਗਏ ਇਹ ਚੀਜ਼ਾਂ ਕਰਨੀਆਂ ਪੈਣਗੀਆਂ ਜਿੰਨੀ देर ਗੱਲ ਸੁਣ ਲੋ ਪੰਜਾਬ ਦੇ ਵਿੱਚ ਇੰਡਸਟਰੀਲਾਈਜੇਸ਼ਨ ਨਹੀਂ ਹੁੰਦੀ ਪ੍ਰਤਾਪ ਸਿੰਘ ਕੈਰੋਂ ਦਾ ਨਹੀਂ ਫਾਰਮੂਲਾ ਲੈ ਕੇ ਆਉਂਦੇ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋਏਗਾ ਜੁਮਲੇਬਾਜੀ ਤੇ ਨਹੀਂ ਸਰਕਾਰ ਚੱਲੇਗੀ ਤੇ ਇੱਕ ਗੱਲ ਲੋਕਾਂ ਇੱਕ ਵਾਰਾਂ ਵੋਟਾਂ ਪਾਉਣਗੀਆਂ ਤੂੰ ਵੀ ਨੌਜਵਾਨ ਆ ਤੇ ਜਦੋਂ ਕਿਤੇ ਅਗਲੀ ਵਾਰਾਂ ਵੋਟਾਂ ਲੈਣਾ ਹੈ ਨਾ ਤੁਸੀਂ ਡਾਂਗਾ ਫੜ ਕੇ ਖਲੋਤੇ ਹੋਣਾ ਕਿ ਪੰਜਾਬ ਦੀ ਗੱਲ ਕਰੋ ਸਾਡੇ ਨਾਲ ਝੂਠ ਨਾ ਬੋਲੋ ਝੂਠੇ ਵਾਅਦੇ ਨਾ ਕਰੋ ਉਹ ਤਾਂ ਹੁਣ ਵੀ ਰਦਾਵਾ ਸਾਹਿਬ ਹੁਣ ਵੀ ਇਹ ਚੀਜ਼ਾਂ ਦੇਖਣ ਚ ਆ ਗਿਆਂ ਕਿ ਸਵਾਲ ਪੁੱਛੇ ਜਾਂਦੇ ਆ ਲੀਡਰਾਂ ਨੂੰ ਇਕੱਠੇ ਹੋ ਕੇ ਕਿਸਾਨ ਲੋਕ ਮੁੱਖ ਮੰਤਰੀ ਕਹਿੰਦਾ ਉੱਠ ਕੇ ਖੜੇ ਹੋਵੋ ਹੈ ਤੇ ਆਪ ਕਿਉਂ ਨਹੀਂ ਸੁਣਦਾ ਫਿਰ ਆਪ ਕਿਉਂ ਟੀਚਰਾਂ ਨੂੰ ਤੇ ਦੂਜਿਆਂ ਨੂੰ ਡਾਂਗਾ ਮਾਰ ਮਾਰ ਕੇ ਭਜਾਈ ਜਾਂਦੇ ਨੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੇਸ਼ੈਂਸ ਚਾਹੀਦੀ ਆ ਤੁਸੀਂ ਕਿਹਾ ਨਾ ਕਿ ਪੇਸ਼ੈਂਸ ਮੇਰੇ ਫਾਦਰ 72 ਚ ਮਿਨਿਸਟਰ ਬਣੇ ਤੇ ਉੱਥੇ ਸ਼ਾਹਪੁਰ ਗੁਰਾਇਆ ਪਿੰਡ ਅਤ ਸਦਾ ਦੀਵਾਨ ਸਿੰਘ ਨੂੰ ਸਰਪੰਚ ਸੀਗਾ ਅਕਾਲੀ ਦਲ ਦਾ ਸਰਪੰਚ ਜਿਹਸ ਵੇਲੇ ਪਿੰਡ ਦੇ ਕਿਹਾ ਮੈਂ ਤੁਹਾਨੂੰ ਕਰੈਕਟਰ ਲੋਕਾਂ ਦੇ ਦੱਸਣਾ ਅੰਗੂਠਾ ਲਾਉਂਦਾ ਸੀ ਸਰਪੰਚ ਤਾਂ ਉੱਠ ਕੇ ਖੜਾ ਹੋਇਆ ਕਹਿੰਦਾ ਰੰਦਾਵਾ ਸਾਹਿਬ ਆਹ ਚੀਜ਼ ਤੇ ਡੋਨੋ ਮਾਨ ਪੱਤਰ ਕਹਿੰਦੇ ਨੇ ਮੰਗ ਪੱਤਰ ਨਹੀਂ ਕਹਿੰਦੇ ਨੇ ਮਾਨ ਪੱਤਰ ਕਹਿੰਦੇ ਨੇ ਦੇ ਕਹੀਂ ਮਾਨ ਨੇ ਲਿਖਿਆ ਮੈਂ ਕਿਹਾ ਇਹ ਨਾ ਮੰਗ ਪੱਤਰ ਨਾ ਰੱਖਣੇ ਤੇ ਮੈਂ ਗੱਲ ਕੀਤੀ ਉਹਦੇ ਪੱਛੇ ਗਾਹੇ ਗਏ ਕਹਿੰਦੇ ਮਾਨ ਪੱਤਰ ਦਿੱਤਾ ਉਹਨਾਂ ਦੇ ਘਰ ਲੱਗਾ ਉਹ ਮਾਨ ਪੱਤਰ ਸ਼ੀਸ਼ੇ 'ਚ ਮੜਾ ਕੇ ਰੱਖਿਆ ਉਹਨਾਂ ਨੇ 1972 ਦਾ ਨਹੀਂ ਪਰ ਹੁਣ ਪੰਜਾਬ ਬਾਰੇ ਦੱਸਦਾ ਮੈਂ ਉਹਦੇ ਤੇ ਗੱਲ ਹੋਣਾ ਹੈ ਉਹਨਾਂ ਕਹ ਆ ਚੀ ਚੇਰੀ ਆ ਚੀ ਮੇਰੇ ਪਿੰਡ ਤੋਂ ਸਕੂਲ ਚਾਹੀਦਾ ਮੇਰੇ ਪਿੰਡ ਚ ਹਸਪੀਟਲ ਚਾਹੀਦਾ ਮੇਰੇ ਪਿੰਡ ਡਿਸਪੈਂਸਰੀ ਚਾਹੀਦੀ ਡੰਗਰਾ ਦੇ ਇਹ ਉੱਠ ਕੇ ਕਹਿੰਦੇ 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 ਸਰਪੰਚ ਸਭ ਅੱਜ ਤੱਕ ਤੁਸੀਂ ਮੈਨੂੰ ਦੋ ਵਾਰੀ ਮੈਂ ਇਲੈਕਸ਼ਨ ਲੜਦੀਆਂ ਠੋਕੇ ਮੈਨੂੰ ਪਿੰਡ ਚੋਂ ਹਰਾ ਕੇ ਪੇਰੋ ਕਹਿੰਦਾ ਸਰਦਾਰਾ ਮੇਰੇ ਪਿੰਡ ਪੰਜਾਬ ਸਰਕਾਰ ਆਈ ਆ ਮੇਰੇ ਪਿੰਡ ਸੰਤੋਖ ਸਿੰਘ ਨਹੀਂ ਆ ਜੇ ਤੂੰ ਆ ਜੇ ਸੰਤੋਖ ਸਿੰਘ ਹੁੰਦਾ ਤੈਨੂੰ ਮੈਂ ਇੱਕ ਗੱਲ ਨਹੀਂ ਸਿੱਖਣੀ ਤੇ ਯਾਰ ਮੁੱਖ ਮੰਤਰੀ ਆ ਪੰਜਾਬ ਦਾ ਜਿਹੜਾ ਹੱਕ ਬਣਦਾ ਸੁਣ ਨਹੀਂ ਲੋਕਾਂ ਨੇ ਹੁਣ ਪੰਜਾਬ ਬਾਰੇ ਬੰਦਾ ਆਵਾਜ਼ ਆਪ ਹੁਣ ਇਹ ਤਾਰਨਾ ਬਣਦੀ ਜਾ ਰਹੀ ਹੈ ਕਿ ਪੰਜਾਬ ਦਰਨੇ ਪ੍ਰਦਰਸ਼ਨਾਂ ਦਾ ਸੂਬਾ ਬਣ ਗਿਆ ਜਿੱਧਰ ਜਾਓ ਰੋਡ ਜਾਮ ਜਿੱਧਰ ਜਾਓ ਰੇਲਾ ਪੜ ਰੀਆਂ ਜਾਮ ਸੜਕਾਂ ਦੇ ਤੇ ਟੀਚਰ ਸਾਡੇ ਦੀ ਪੇਸ਼ੈਂਸ ਆ ਗਈ ਨਾ ਜਦੋਂ ਗੱਡੀ ਰੋਕ ਕੇ ਉਹਨਾਂ ਦੀ ਗੱਲ ਸੁਣ ਲਈ ਨਾ ਨੀ ਹੁੰਦਾ ਕਿਹਾ ਲੋਕਾਂ ਦੇ ਵਿੱਚ ਰੋਜ਼ ਜਾਂਣਾ ਉਹ ਤਾਂ ਸ਼ਰੇ ਆਮ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਲੋਕ ਦੁਖੀ ਤਜਰਬੇਕਾਰਾਂ ਤੋਂ ਸੀ ਅਸੀਂ ਸਾਨੂੰ ਤਜਰਬਾ ਹੈ ਨਹੀਂ ਪਤਾ ਅਸੀਂ ਤਾਂ ਲੋਕਾਂ ਝੋਟੇ 25 ਮਹੀਨੇ ਜੀ ਯਾਰ ਇਹ ਤਜਰਬਾ ਹੀ ਨਹੀਂ ਖਤਮ ਹੋਣਾ ਵੈਦਿਕ ਲਿਖਿਆ ਨਹੀਂ ਹੁੰਦਾ ਬਸਾਂ ਚ ਸ਼ਰਤੀਆ ਇਲਾਜ ਇਹਨਾਂ ਦੇ ਸ਼ਰਤੀਆ ਇਲਾਜ ਦਿੱਤਾ ਤੇ 25 ਮਹੀਨੇ ਚ ਇਹ ਕੇ ਦਾ ਬੁਖਾਰ ਵੀ ਨਹੀਂ ਲਾ ਸਕੇ ਨਹੀਂ ਮੁਹੱਲਾ ਕਲੀਨਿਕ ਦਾ ਫਾਇਦਾ ਨਹੀਂ ਹੋ ਰਿਹਾ ਤੁਹਾਨੂੰ ਨਹੀਂ ਲੱਗਦਾ ਮੇਰੇ ਨਾਲ ਆ ਜੀ ਮੇਰੇ ਇਲਾਕੇ ਜੀ ਸਿੱਖਿਆ ਕ੍ਰਾਂਤੀ ਦਾ ਉਹ ਦਾਵਾ ਕਰਦੇ ਨੇ ਬਿਜਲੀ ਮੁਫਤੋ ਕਹਿੰਦੇ ਅਸੀਂ ਆਪਦਾ ਵਾਅਦਾ ਪੂਰਾ ਕੀਤਾ ਮੇਰੀ ਗੱਲ ਸੁਣ ਲਓ ਮੇਰੇ ਕਿਉਂਕਿ ਅਗਲੇ ਦਿਨਾਂ ਚ ਇੰਨਾ ਹੀ ਸਵਾਲਾਂ ਨਾਲ ਤੁਹਾਡੇ ਤੁਹਾਡੇ ਪਬਲਿਕ ਦੇ ਦੋ ਚਾਰ ਰੋਲਾਈਜ਼ ਨਹੀਂ ਖਾਣਾ ਚਾਹੁੰਦਾ ਹੁਣ ਮੈਂ ਡਿਸਟ੍ਰਿਕ ਮੇਰੇ ਪਿੰਡ ਦਾ ਸਕੂਲ ਵੇਖ ਲਿਓ ਇਹਦੇ ਜਿਹੜੇ ਸਕੂਲ ਇਮਿਨੈਂਸ ਹੈ ਉਹ ਤਾਂ ਵਧੀਆ ਬਣਾ ਕੇ ਰੱਖਿਆ ਮੈਂ ਸਕੂਲ ਹੂੰ ਗੁਰੂਪਾਪਾ ਨਾਨਕ ਦਾ ਗਰਲ ਸਕੂਲ ਵੇਖ ਲਿਓ ਹੂੰ ਇੱਕ ਨੰਬਰ ਦਾ ਟੌਪ ਦਾ ਕਲਾ ਨੌਰ ਚਲੇ ਜਾਇਓ ਇਹਦੇ ਕਦੇ ਦਿੱਲੀ 'ਚ ਨਹੀਂ ਹੋ ਜੇ ਸਕੂਲ ਮੈਂ ਪੜਾ ਸਕਿਆ ਕਦੇ ਮੇਰੇ ਪਿੰਡ ਦੀ ਫੋਟੋ ਲਾ ਕੇ ਆਇਓ ਅਰੰਦਾਬਾ ਸਾਹਿਬ ਉਹ ਤਾਂ ਕਹਿੰਦੇ ਨੇ ਕਿ ਬਦਲਾਅ ਤਾਂ ਹੁਣ ਆਇਆ ਨਾ ਬਦਲਾਅ ਤੇ ਆਇਆ ਵਾਕੇ ਹੀ ਆਇਆ ਕਿ ਲੋਕਾਂ ਨੂੰ ਡਾਂਗਾਂ ਵਜਾਈ ਦੀਆਂ ਟੀਚਰਾਂ ਦੀਆਂ ਪੱਗਾਂ ਲਾਉਂਦੇ ਨੇ ਟੀਚਰਾਂ ਦੀਆਂ ਲੜਕੀਆਂ ਦੀਆਂ ਜਿਹੜੀ ਉੱਥੇ ਚੜੀਆਂ ਸੀ ਉਹਨਾਂ ਦੀਆਂ ਲਾਲਾ ਕੁੱਟਦੇ ਨੇ ਕਿਸਾਨਾਂ ਨੂੰ ਮਗਰ ਦੌੜ-ਦੌੜ ਕੇ ਡਾਂਗ ਫਿਰਦੀ ਆ ਅ ਸ਼ੰਭੂ ਬੈਡਗਰ ਦੇ ਉੱਤੇ ਹਰਿਆਣੇ ਵਾਲੇ ਗੋਲੀਆਂ ਮਾਰ ਦਿੰਦੇ ਨੇ ਅਸੀਂ ਜ਼ੀਰੋ ਐਫ ਆਈ ਆਰ ਕਰਦੇ ਆ ਮੋਨਾਂ ਨੂੰ ਅਸੀਂ ਰੋਕ ਨਹੀਂ ਸਕੇ ਪਰ ਸਾਡੇ ਵੇਲੇ ਵੀ ਤੇ ਸੀਗਾ ਤੁਸੀਂ ਆਉਂਦੇ ਰਹੇ ਹੋ ਮੈਂ ਕਿਸਾਨਾਂ ਨਾਲ ਮੈਂ ਹੀ ਗੱਲ ਕਰਦਾ ਹੁੰਦਾ ਸੀ ਅਸੀਂ ਦਿੱਲੀ ਤੱਕ ਪਹੁੰਚਾ ਦਿੱਤੇ ਤੇ ਇਹਨੇ ਕਿਸਾਨਾਂ ਨਾਲ ਜਾ ਕੇ ਪਿਊਸ਼ ਕੋਇਲ ਨਾਲ ਜਿਹੜਾ ਸਭ ਤੋਂ ਵੱਧ ਕਿਸਾਨਾਂ ਦੇ ਅਗੇਂਸਟ ਸੀ ਇਹ ਮੁੱਖ ਮੰਤਰੀ ਕਹਿੰਦਾ ਮੈਂ ਤੇ ਸਾਰੀ ਰਾਤ ਜਾਗਦਾ ਰਿਆ ਤੇ ਤੈਨੂੰ ਜਾਗਣ ਨੂੰ ਕਿੰਨੇ ਕਿਹਾ ਸੀ ਤੂੰ ਸੌਂ ਜਾਂਦਾ ਉੱਠ ਕੇ ਕਿਸਾਨਾਂ ਦੀ ਗੱਲ ਕਰਦਾ ਆਹ ਗੱਲ ਮੰਨਣੀ ਆ ਮੰਨੋ ਨਹੀਂ ਤੇ ਮੈਂ ਜਾ ਰਿਆ ਤੇ ਅੱਜ ਕਿਸਾਨ ਸੜਕਾਂ ਦੇ ਬੈਠੇ ਅੱਜ ਵੀ ਬੈਠੇ ਨੇ ਤੇ ਮੁੱਖ ਮੰਤਰੀ ਦੀ ਕਦੀ ਸਟੇਟਮੈਂਟ ਆਈ ਆ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਜ਼ਿਆਦਾਤਰ ਕਾਂਗਰਸ ਰਹਿੰਦੀ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਏਕਤੀ ਕਾਂਗਰਸ ਉਹ ਕਹਿੰਦੇ ਕਾਂਗਰਸ ਤੇ ਖਤਮ ਹੋ ਗਏ ਏਕਤੀ ਕਾਂਗਰਸ ਭਾਜਪਾ ਤੇ ਵੀ ਉਹੋ ਜਿਹ ਕਿਤੇ ਜਾਂਦੇ ਆ ਬੋਲਦੇ ਆ ਜ਼ਿਕਰ ਕਰਦੇ ਆ ਪਰ ਪੰਜਾਬ ਕਾਂਗਰਸ ਦੇ ਨਾਲ ਉਹਨਾਂ ਦਾ ਜਿਆਦਾ ਪਿਆਰ ਲੱਗਦਾ ਜਿਹਦੇ ਕੋਲ ਧਾਰਿਆ ਉਹਦੇ ਤੇ ਬੋਲੇਗਾ ਉਹ ਜੜ ਜਿਹਦੇ ਕੋਲ ਡਾਰੂ ਦਾ ਉਹਦੇ ਬੰਦਾ ਅਗੇਂਸਟ ਬੋਲਦਾ ਹੂੰ ਹੈ ਸੋ ਤੁਸੀਂ ਕਹਿੰਦੇ ਮੁੱਖ ਮੰਤਰੀ ਨੂੰ ਕਾਂਗਰਸ ਤੋਂ ਡਰ ਹੈ ਬਿਲਕੁਲ ਕਾਂਗਰਸ ਤੋਂ ਡਰ ਅਕਾਲੀ ਦਾਲੀਆ ਭਾਜੀਪੀ ਤੋਂ ਨਹੀਂ ਕਾਂਗਰਸ ਨਾਲ ਭਾਜੀਪੀ ਭਾਜੀਪੀ ਨਹੀਂ ਤੇ ਬੀ ਟੀਮ ਹੈ ਹੂੰ ਯਾਰ ਗੱਲ ਸੁਣੋ ਉੱਥੇ ਤੇ ਉੱਥੇ ਤੇ ਐਕਸਾਈਜ਼ ਪਾਲਿਸੀ ਤੇ ਕਰ ਦਿੱਤਾ ਅੰਦਰ ਤੇ ਪੰਜਾਬ ਦੀ ਵੀ ਤੇ ਉਹੀ ਐਕਸਾਈਜ਼ ਪਾਲਿਸੀ ਆ ਰੰਧਾਵਾ ਸਾਹਿਬ ਉੱਥੇ ਫੜਨ ਕਹਿੰਦੇ ਜੀ ਸਾਡੇ ਨਾਲ ਧੱਕਾ ਹੁੰਦਾ ਤੇ ਪੰਜਾਬ ਚ ਬੋਲਣ ਅਸੀਂ ਇਨਕਲਾਬ ਲਿਆ ਰਹੇ ਆ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੇ ਜੇਤੇ ਆ ਵੀ ਇਨਕਲਾਬ ਉਹ ਜੇਤੇ ਹੋ ਜੇ ਸਕਸੈਸਫੁਲ ਹੋ ਉਹਨੂੰ ਕਹਿੰਦੇ ਇਨਕਲਾਬ ਜੇ ਜੇ ਫੇਲ ਹੋ ਜੇ ਤਾਂ ਉਹਨੂੰ ਬਗਾਵਤ ਕਹਿੰਦੇ ਨੇ ਪੰਜਾਬੀਆਂ ਬਗਾਵਤ ਕਰਦੇ ਤੁਹਾਡੇ ਹਿਸਾਬ ਨਾਲ ਅਰਵਿੰਦ ਕੇਜਰੀਵਾਲ ਨੂੰ ਠੀਕ ਫੜਿਆ ਕਿ ਗਲਤ ਫੜਿਆ ਕੀ ਉਹ ਪੋਲੀਟੀਕਲ ਵੈਂਡੇਟਾ ਹੈ ਜਾਂ ਵਾਕਈ ਸਹੀ ਕਾਰਵਾਈ ਮੈਂ ਬਿਲਕੁਲ ਪੋਲੀਟੀਕਲ ਵੈਂਡੇਟਾ ਦੋਨਾਂ ਦਾ ਹੀ ਮੰਨਦਾ ਜੇ ਉਹਦੇ ਤੇ ਕੀਤਾ ਉਹਦਾ ਫਾਸਟ ਟ੍ਰੈਕ ਕੋਡ ਕਾਨੂੰਨ ਅੰਦਰ ਰੱਖਿਆ ਜੀ ਉਹਦਾ ਚਲਾਨ ਪੇਸ਼ ਕਰਕੇ ਉਹ ਕੋਰਟ ਦੇ ਵਿੱਚ ਕਰੋ ਕਿ ਆ ਸਾਡਾ ਫੁੱਲ ਐਂਡ ਫਾਈਨਲ ਚਲਾਣਿਆ ਆ ਲੋ ਤੇ ਨਾਲ ਹੀ ਮੈਂ ਪੁੱਛਣਾ ਚਾਹੁੰਦਾ ਕਿ ਜੇਲ੍ਹ ਤੇ ਉਹਨਾਂ ਦੀ ਸੀ ਨਾ ਗਵਰਨਮੈਂਟ ਆਫ ਦਿੱਲੀ ਦੇ ਅੰਦਰ ਹੈ ਨਾ ਯਾਰ ਰੋਜ ਤਰਲੇ ਲਈ ਜਾਣੇ ਜਿਹੜੇ ਕਹਿੰਦਾ ਮੈਂ ਤੋਂ ਮੈਂ ਤੋਂ ਜੀ ਪੋਲਿਟਿਕਲ ਨਹੀਂ ਮੈਂ ਤੋਂ ਚੀ ਮਿਸਟਰੀ ਨਹੀਂ ਬਣੂਗਾ ਮੈਂ ਤੇ ਇਲੈਕਸ਼ਨ ਵੀ ਨਹੀਂ ਲੜੂਗਾ ਮੈਂ ਤੋਂ ਖਾਣਾ ਵੀ ਨਹੀਂ ਖਾਊਗਾ ਮੈਂ ਤੋਂ ਗਾੜੀ ਵੀ ਨਹੀਂ ਲਊਗਾ ਮੈਂ ਕੋਠੀ ਨਹੀਂ ਲਊਗਾ ਮੈਂ ਘਰ ਨਹੀਂ ਲਊਗਾ ਮੈਂ ਆਪਣੇ ਘਰ ਮੈਂ ਇੱਕ ਕਮਰੇ ਦੇ ਕੁਆਟਰ ਮੈਂ ਰਹੂਗਾ ਤੇ ਅੱਜ ਵੇਖੋ ਉਹੀ ਉਹ ਕੰਨਾ ਹਜ਼ਾਰੇ ਨੁਕਦੇ ਉਹਨੇ ਯਾਦ ਵੀ ਨਹੀਂ ਕੀਤਾ ਕਿ ਜੇ ਉਹਦੇ ਪੈਰੀ ਹੱਥ ਥਿਲਾਉਂਦਾ ਤੇ ਮੇਰਾ ਖਲਾਜ ਜੇਲ੍ਹ ਚ ਨਾ ਜਾਂਦਾ ਜਿਹੜਾ ਸੰਪਰਪ ਜਿਹੜੀ ਪਾਰਟੀ ਤੁਸੀਂ ਗੱਲ ਕਰ ਰਹੇ ਹੋ ਆਲੋਚਨਾ ਕਰ ਰਹੇ ਹੋ ਉਸੇ ਪਾਰਟੀ ਨਾਲ ਤੁਸੀਂ ਅਲਾਈਅੰਸ 'ਚ ਹੋ ਹਰਿਆਣਾ 'ਚ ਤੁਸੀਂ ਅਲਾਈਅੰਸ 'ਚ ਹੋ ਦਿੱਲੀ 'ਚ ਤੁਸੀਂ ਅਲਾਈਅੰਸ 'ਚ ਹੋ ਮੈਂ ਗੁਜਰਾਤ ਦੇ ਵਿੱਚ ਮੈਂ ਤੇ ਆਪਣੀ ਸਟੇਟ ਦੀ ਗੱਲ ਕਰਾਂ ਠੋਕ ਕਿ ਉਹਨਾਂ ਦੇ ਅਗੇਂਸਟ ਗੱਲ ਕੀਤੀ ਕਿ ਅਸੀਂ ਪੰਜਾਬ 'ਚ ਅਲਾਈਅੰਸ ਨਹੀਂ ਕਰਾਂਗੇ ਨਹੀਂ ਕੀਤਾ ਪਰ ਬਾਕੀ ਸਟੇਟਸ 'ਤੇ ਕੀਤਾ ਉਹ ਦਿੱਲੀ ਵਾਲੇ ਜਵਾਬ ਦੇਣ ਅਸੀਂ ਯਾਰ ਗੱਲ ਸੁਣੋ ਜਿੰਨੀ ਭਗਵੰਤ ਭਗਵੰਤ ਨੇ ਕੀਤੀ ਕਰੈਕਟਰ ਅਸੈਸੀਨੇਸ਼ਨ ਤੇ ਸਾਡੇ ਲਈ ਤੇ ਲਹੰਦ ਵਾਲੀ ਗੱਲ ਸੀ ਕਰ ਬੈਠ ਜਾਣਾ ਸੀ ਪਾਰਟੀ ਨਹੀਂ ਸੀ ਛੱਡਣੀ ਕਿ ਇਹਨਾਂ ਨੇ ਕਰਦੇ ਸੁਰਜਿੰਦਰ ਸਿੰਘ ਰੰਦਾਵਾ ਐਮਐਲਏship ਛੱਡ ਕੇ ਆਪਣੇ ਘਰ ਚਲਾ ਜਾਂਦਾ ਤੁਸੀਂ ਸੋਚ ਲਿਆ ਸੀ ਮੈਂ ਸੋਚ ਲਿਆ ਸੀ ਤੁਸੀਂ ਪਾਰਟੀ ਪਲੇਟਫਾਰਮ ਤੇ ਕਿਹਾ ਹੀ ਕਈਆਂ ਗੱਲਾਂ ਕਈਆਂ ਪਰ ਤੁਹਾਡੇ ਵਿੱਚੋਂ ਹੀ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਹੋ ਜਾਣਾ ਚਾਹੀਦਾ ਉਹ ਕਹਿੰਦੇ ਰਹਣ ਉਹ ਤਾਂ ਆਪਣਾ ਮੇਰਾ ਆਪਣਾ ਤੇ ਮੈਂ ਇਸੇ ਕਰਕੇ ਕਹਾਂ ਨਾ ਕਿ ਮੇਰੇ ਵਰਗੇ ਘੱਟ ਕਾਮਯਾਬ ਹੁੰਦੇ ਨੇ ਠੀਕ ਹੈ ਇੱਕ ਇੱਕ ਛੋਟਾ ਜਿਹਾ ਸਵਾਲ ਇਹਦੇ ਵਿਚਾਲੇ ਇਹ ਹੈ ਕਿ ਇਸ ਵਾਰ ਜਿਹੜੀਆਂ ਤੁਸੀਂ ਕੈਂਡੀਡੇਟਸ ਉਤਾਰੇ ਨੇ ਸਖਪਾਲ ਸਿੰਘ ਖੈਰਾ ਦੁਆਬੇ ਚੋਂ ਲੈ ਕੇ ਸੰਗਰੂਰ ਵਿਜੇ ਇੰਦਰ ਸਿੰਘਲਾ ਸੰਗਰੂਰ ਤੋਂ ਲੈ ਕੇ ਆਨੰਦਪੁਰ ਸਾਹਿਬ ਰਾਜਾ ਬੜਿੰਗ ਬਠਿੰਡਾ ਤੋਂ ਲੈ ਕੇ ਲੁਧਿਆਣਾ ਮਤਲਬ ਇਹ ਚੇਂਜ ਕਿਉਂ ਹੈ ਇਸ ਤਰ੍ਹਾਂ ਦੀ ਚੇਂਜ ਕਿਉਂ ਹੈ ਜਿੱਥੇ ਤਾਲ پارਲੀਮੈਂਟ ਹੁੰਦੀ ਹੈ ਨਾ ਇਹ ਇਹਨੂੰ ਲੋਕਲਾਈਜ਼ਿੰਗ ਕੀਤਾ ਜਾ ਸਕਦਾ ਇਹ ਨੈਸ਼ਨਲ ਜਾ ਕੇ ਅਸੀਂ ਬੈਠਣਾ پارਲੀਮੈਂਟ ਚ ਉੱਥੇ ਇਹ ਵੇਖਣਾ ਕਿ ਕਿਸ ਜ਼ਿਲ੍ਹੇ ਚ ਕਿਸ ਕੈਲੀਬਰ ਦਾ ਕੇ ਵਿਧਾ ਬੰਦਾ ਪੇਜੀ ਜੀ ਤੁਸੀਂ ਆਪਣੇ ਇਲਾਕੇ ਨੂੰ ਚੰਗਾ ਸਮਝਦੇ ਹੋ ਆਪਣੇ ਇਲਾਕੇ ਨੂੰ ਦੀ ਸਮਝ ਰੱਖਦੇ ਹਾਂ ਗੁਰਦਾਸਪੁਰ ਦੀ ਜਿਹੜਾ ਬੰਦਾ ਜਿੱਥੇ ਦਾ ਹੁੰਦਾ ਉੱਥੇ ਦੀ ਸਮਝ ਰੱਖਦਾ ਕਿ ਇੱਥੇ ਦੇ ਇਲਾਕੇ ਦੀ ਕੀ ਲੋੜ ਹੈ ਇੱਥੇ ਦੇ ਲੋਕਾਂ ਨੂੰ ਕੀ ਚਾਹੀਦਾ ਮੈਨੂੰ ਜੇ ਮੈਨੂੰ ਜੇ ਉੱਥੇ ਭੇਜ ਦਿੰਦੇ ਲੋ ਜਾਣੇ ਤੇ ਮੈਨੂੰ ਲੋ ਜਾਣੇ ਨਹੀਂ ਪਤਾ ਇੱਕ ਇੱਕ ਚੀਜ਼ ਦਾ ਪਤਾ ਜਿਹੜੇ ਸਾਰਾ ਦਿਨ ਫਿਰਦੇ ਹੋ ਮੈਂ ਕਿ ਕਿੱਥੇ ਮਰਜ਼ੀ ਹੋਣਾ ਚਾਹੀਦਾ ਸਾਨੂੰ ਕਲੈਰਿਟੀ ਹੋਣੀ ਚਾਹੀਦੀ ਤੁਹਾਨੂੰ ਡਰ ਨਹੀਂ ਹੋਣਾ ਚਾਹੀਦਾ ਕਿ ਦਾ ਖੌਫ ਨਹੀਂ ਹੋਣਾ ਚਾਹੀਦਾ ਸਾਨੂੰ ਸਿੱਧਾ ਹਿੱਕ 'ਚ ਹੋ ਜਾਣਾ ਚਾਹੀਦਾ ਜੇ ਲੀਡਰ ਹਿੱਕ 'ਚ ਨਹੀਂ ਵੱਜਦਾ ਤੇ ਅੱਖ ਚ ਅੱਖ ਪਾ ਕੇ ਨਹੀਂ ਗੱਲ ਕਰਦਾ ਉਹ ਲੀਡਰ ਕਦੀ ਨਹੀਂ ਬਣ ਸਕਦਾ ਤੁਹਾਡੇ ਕੋਲੇ ਇਥੇ ਲੀਡਰ ਆਉਂਦੇ ਹੋਣਗੇ ਬਰਾੜ ਸਾਹਿਬ ਤੁਸੀਂ ਵੇਚਦੇ ਹੋਣਗੇ ਕਈ ਲੀਡਰ ਅੱਖ ਚਰਾ ਕੇ ਗੱਲ ਕਰਦੇ ਤੇ ਜਿੱਦਣ ਅੱਖ ਚੱਕ ਪਾ ਕੇ ਕਰਦੇ ਤੁਹਾਨੂੰ ਵੀ ਉਹਦੇ ਜੱਜਮੈਂਟ ਹੋ ਜਾਂਦੀ ਐ ਖਲੋਤਾ ਕਿੱਥੇ ਹੈ ਤੇ ਇਸ ਕਰਕੇ ਅੱਖ ਚ ਅੱਖ ਪਾ ਕੇ ਗੱਲ ਕਰਨੀ ਪਈ ਚਲੋ ਇੱਕ ਸਵਾਲ ਹਰਵਿੰਦਰ ਪੁੱਛਣਾ ਚਾਹੁੰਦੇ ਨੇ ਜੀ ਸਰ ਮੈਂ ਬਟਾਰਾ ਦੇ ਕੋਲ ਮੇਰਾ ਪਿੰਡ ਹੈ ਤੇ ਮੈਂ ਕੋਹਾਲੀ ਕੋਹਾਲੀ ਅੱਛਾ ਜੀ ਤੇ ਮੈਂ ਅਬ ਸ੍ਰੀ ਗੰਗੋਦਪੁਰ ਵਾਲੀ ਹਾਂਜੀ ਹਾਂਜੀ ਅੱਛਾ ਅੱਛਾ ਤੇ ਮੁਸ਼ਕਿਲਾਂ ਹੀ ਦੱਸਣਾ ਚਾਹਾਂਗਾ ਸਾਡੇ ਉਧਰ ਟਾਂਡਾ ਸ਼੍ਰੀ ਹਰ ਗੁਪਨੁਰ ਬਟਾਲਾ ਵਾਲੇ ਰੂਟ ਦੀਆਂ ਬੱਸਾਂ ਹੀ ਨਹੀਂ ਹੈਗੀਆਂ ਦੂਸਰਾ ਗੱਲ ਕਰੀਏ ਕਿ ਸਾਨੂੰ ਗਰਦਾਸਪੁਰ ਬੜਾ ਦੂਰ ਪੈਂਦਾ ਜਾਂਦ ਕੇ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਵੀ ਉੱਠੀ ਸੀ ਤੇ ਕੀ ਇਹ ਤੁਹਾਡੇ ਕੰਮਾਂ ਦੇ ਮੁੱਦੇ ਕੈਂਪਨ ਦੇ ਮੁੱਦੇ ਹੋਣਗੇ ਤੇ ਪੂਰੇ ਵੀ ਹੋਣਗੇ ਵੇਖੋ ਇੱਕ ਚੀਜ਼ ਤੇ ਬੈਠੋ ਜਿਹੜੀ ਛੋਟੀ ਹੈ ਇਹ ਮੋਟਰ ਦਿਲੋਂ ਬੋਲ ਰਿਹਾ ਹੈ ਲੋਈ ਘਟ ਹੈ ਤੇ ਮੋਟਰ ਨਹੀਂ ਹੁਣ ਵੇਖ ਲਓ ਮੈਨੂੰ ਮੈਨੂੰ ਆਪ ਨੂੰ ਪਤਾ ਕਿ ਕੋਹਾਲੀ ਇੱਕ ਮੇਰੇ ਇਲਾਕੇ ਚ ਵੀ ਡੇਰ ਬਾਬਾ ਨੇ ਕੋਟਰੀ ਸੂਰਤਵਾਲੀ ਦੇ ਲਾਗੇ ਮੰਨਦੇ ਕਹ ਮੈਂ ਕੋ ਕੋਹਾਲੀ ਤੇਰੀ ਸਿਰਗਰ ਰੋਡ ਪਰ ਲਈ ਤੇ ਇਹ ਕਰਕੇ ਲੀਡਰ ਨੂੰ ਪਤਾ ਤਾਂ ਹੈ ਕਿ ਕਿਹੜੇ ਲੀਡਰ ਕਿਹੜੇ ਪਾਸੇ ਆ ਮੈਂ ਬਿਲਕੁਲ ਤੇ ਨਾ ਇੱਕ ਕਰਦਾ ਮੇਰੇ ਨਾਨਕ ਵੀ ਉੱਥੇ ਸਿਰਗਰ ਰੋਡ ਤੇ ਹੀ ਸੋਈਆਂ ਸੇ ਘੰਟੇ ਘੰਟੇ ਬਸ ਤੇ ਘੰਟੇ ਘੰਟੇ ਯਾਰ ਉੱਥੇ ਤੇ 10 10 ਘੰਟੇ ਬਸ ਨਹੀਂ ਆਉਂਦੀ ਤੁਹਾਨੂੰ ਅਗਲੇ ਦਿਨਾਂ ਚ ਇਹੋ ਜਿਹੇ ਸਵਾਲਾਂ ਦੇ ਸਾਹਮਣਾ ਕਰਨਾ ਪੈਣਾ ਇਹ ਮੈਂ ਬਿਲਕੁਲ ਮੈਂ ਤੂੰ ਤਾਂ ਇੱਕ ਹੀ ਟਾਕਿਆ ਉੱਥੇ ਅਸੀਂ ਛੋਟੇ ਹੁੰਦੇ 4 ਘੰਟੇ ਬਾਅਦ ਬਸ ਆਉਂਦੀ ਹੁੰਦੀ ਆ ਆਜ਼ਾਦੀ ਤੋਂ ਬਾਅਦ ਇਹ ਸੋਚ ਰਹੇ ਹਨ ਕਿ ਇੰਨੇ ਸਾਲ ਇੰਨੀਆਂ ਸਰਕਾਰਾਂ ਰਹਿ ਗਈਆਂ ਜਿਹੜੀਆਂ ਵੇ ਬਿਲਕੁਲ ਇਹ 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 ਵੇਖੋ ਜਿੰਨਾ ਚਿਰ ਪਬਲਿਕ ਟਰਾਂਸਪੋਰਟ ਸਾਨੂੰ ਮਜ਼ਬੂਤ ਕਰਨੀ ਪਏਗੀ ਆਪਾਂ ਲੋਕਾਂ ਨੂੰ ਮਜਬੂਰ ਕਰ ਦਿੱਤਾ ਕਿ ਆਪਣੇ ਵਹੀਕਲ ਤੇ ਚੜ ਕੇ ਜਾਓ ਜੇ ਪਬਲਿਕ ਟਰਾਂਸਪੋਰਟ ਹੋਏਗੀ ਤੇ ਦੁਨੀਆ ਜਿਹੜੀ ਆ ਉਹ ਮੋਟਰ ਕਾਰਾਂ ਤੇ ਮੋਟਰਸਾਈਕਲਾਂ ਤੋਂ ਘੱਟ ਆਈ। ਇਹ ਵੀ ਇਹ ਵੀ ਮੁੱਦਾ ਹੈ। ਬੜਾ ਵੱਡਾ ਮੁੱਦਾ ਹੈ। ਮਤਲਬ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਐਸਾ ਸਵਾਲ ਪੁੱਛਿਆ ਜਾਏਗਾ। ਇਹ ਇਹ ਬਹੁਤ ਵੱਡਾ ਮੁੱਦਾ ਹੈ। ਮੈਂ ਇਸ ਤਰੀਕੇ ਦੇ ਮੁੱਦੇ ਹੁੰਦੇ ਰਹੇ। ਮੈਂ ਜ਼ੋਰ ਲਾਉਂਦਾ ਰਿਹਾ ਮੇਰੇ ਕੋਲ ਡੇਰਾ ਬਟਾਲਾ ਦੀ ਬੱਸ ਨਹੀਂ ਸੀ ਚੱਲੀ। ਉਹਨਾਂ ਨੇ ਲੋਕ ਸਭਾ 'ਚ ਕੌਣ ਬਣ ਰਿਹਾ ਰੰਧਾਵਾ ਸਾਹਿਬ ਕੌਣ ਨਹੀਂ ਬਣ ਰਿਹਾ ਜਿਹੜੀ ਸਰਕਾਰ ਉਹਨਾਂ ਦੇ ਪਿੰਡ 'ਚ ਹੋਣੀ ਚਾਹੀਦੀ। ਮੈਂ ਇਹ ਕਹਿ ਰਿਹਾ ਕਿ ਮੇਰੇ ਕੋਲ ਡੇਰਾ ਬਟਾਲਾ 'ਚ ਦੋ ਬੱਸਾਂ ਚਲਾਉਣ ਦੀ ਜ਼ੋਰ ਲਾਉਂਦਾ ਰਿਹਾ ਉਹ ਨਹੀਂ ਚੱਲੀਆਂ। ਸਰਬਜੀਤ ਸਵਾਲ ਪੁੱਛੋ। ਸੈ ਸਭ ਦੇਖਿਆ ਜਾਵੇ ਤਾਂ ਮਤਲਬ ਜਦੋਂ ਹੀ ਇਲੈਕਸ਼ਨ ਸਿਰ ਤੇ ਹੁੰਦੀ ਆ ਕਿ ਬਹੁਤ ਸਾਰੇ ਮੰਤਰੀ ਪਾਰਟੀਆਂ ਵਗੈਰਾ ਬਦਲਦੇ ਆ ਤੇ ਮੇਰਾ ਇਹੀ ਕੁਐਸਚਨ ਆ ਕਿ ਇੱਕ ਵੋਟਰ ਜਿਹੜਾ ਆ ਜਿਨੇ ਆਪਣੀ ਕੀਮਤੀ ਵੋਟ ਦੇਣੀ ਆ ਉਹ ਕਿੱਦਾਂ ਮੰਤਰੀ ਤੇ ਜਾਂ ਫਿਰ ਪਾਰਟੀ ਤੇ ਕਾਂਗਰਸ ਚ ਕਾਫੀ ਸਾਰੇ ਮੰਤਰੀ ਗਏ ਆ ਉਹ ਕਿੱਦਾਂ ਕਾਂਗਰਸ ਤੇ ਯਕੀਨ ਕਰੇ ਕਿ ਉਹਨਾਂ ਦੀਆਂ ਉਮੀਦਾਂ ਤੇ ਉਹ ਪੂਰਾ ਉਤਰੇਗੀ ਮੈਂ ਬੇਟਾ ਤੈਨੂੰ ਇੱਕ ਬੈਂਚ ਤੈਨੂੰ ਉਲਟਾ ਸਵਾਲ ਕਰਦਾ ਕਿ ਤੂੰ ਉਹਨਾਂ ਲੋਕਾਂ ਨੂੰ ਬੇਈਮਾਨਾਂ ਨੂੰ ਵਿਸ਼ਵਾਸ ਕਰਦੇ ਨੂੰ ਚੱਗਾ ਸਮਝੇਂ ਕਿ ਜਿਹੜੇ ਪਾਰਟੀ ਛੱਡ ਕੇ ਬਿਲਕੁਲ ਵੀ ਨਹੀਂ ਸਰ ਬਸ ਫਿਰ ਮੇਰਾ ਵੀ ਉਹੀ ਜਵਾਬ ਹੈ ਪਰ ਤੁਸੀਂ ਵੀ ਦੂਜੀਆਂ ਪਾਰਟੀਆਂ ਚੋਂ ਆਏ ਲੋਕਾਂ ਨੂੰ ਟਿਕਟਾਂ ਦਿੰਦੇ ਰਹੇ ਹੋ ਦਿੰਦੇ ਹੋ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਵਾਕਈ ਇਹ ਚੀਜ਼ ਆਰਾਮ 11 ਮ ਰੁਕਣਾ ਚਾਹੀਦਾ ਹੂੰ ਬਹੁਤ ਪੁਰਾਣੀ ਗੱਲ ਆ ਤੁਸੀਂ ਤੇ ਉਦੋਂ ਪੈਦਾ ਵੀ ਨਹੀਂ ਹੋਏ ਹੋਣੇ 80 ਦੀ ਗੱਲ ਆ ਕਾਫੀ ਮਸ਼ਹੂਰ ਕਹਾਵਤ ਹੈ ਹਾਂ ਆਯाराम ਹਰਿਆਣੇ ਚੋਂ ਦਾ ਸੀ ਹਰਿਆਣੇ ਵਾਲੇ ਬਾਅਦ ਐਸੇ ਮਾਂਝੇ ਆਯाराम ਗਿਆਰਾਮ ਉਹਨਾਂ ਨੇ ਕਦੀ ਉਹ ਹਰਿਆਣੇ ਚੋਂ ਚੀਜ਼ ਨਹੀਂ ਪੰਜਾਬੀ ਜਿਹੜੇ ਨੇ ਇਹ ਬੜੇ ਅਣਖੀ ਨੇ ਤੇ ਜਿਹੜੇ ਆਯाराम ਗਿਆਰਾਮ ਦਾ ਇਹਦਾ ਇਹਦਾ ਸਿੱਟਾ ਪੰਜਾਬੀ ਦੇ ਦੇਣਗੇ ਇਹ ਲਾਸਟ ਆ ਹਾਂ ਲਾਸਟ ਆ ਅਸੀਂ ਇਹ ਤੋਂ ਇਸ ਗੱਲੋਂ ਹੈਰਾਨ ਹੁੰਨੇ ਆ ਕਿ ਇੱਕ ਦਿਨ ਪਹਿਲਾਂ ਆਲੋਚਨਾ ਕਰ ਰਹੇ ਸੀ ਵੱਡੇ ਵੱਡੇ ਮਤਲਬ ਮੁਖਾਲਫਤ ਕਰ ਰਹੀ ਸੀ ਦੂਜੇ ਦਿਨ ਉਨੀਆਂ ਹੀ ਤਾਰੀਫਾਂ ਕਰ ਰਹੀ ਸੀ ਉਸ ਦਿਨ ਦੱਸ ਦਿਆ ਕਿ ਇੰਨਾ ਬਦਲਾਅ ਕਿਵੇਂ ਆ ਜਾਂਦਾ ਕੁਝ ਸੈਕੰਡਾਂ ਵਿੱਚ ਮੈਂ ਹੁਣ ਉਹਦਾ ਨਾਂ ਨਹੀਂ ਲੈਣਾ ਮੈਂ ਬਹੁਤ ਵਾਰਾ ਤੁਹਾਡੇ ਕੋਲ ਨਾਂ ਲੈ ਦਿੱਤਾ ਅਸੀਂ ਅਸੈਂਬਲੀ 'ਚ ਬੈਠੇ ਕਿਹਾ ਯਾਰ ਅੱਖ ਦੀ ਝਿੱਲੀ ਕੀ ਪਤਾ ਨਹੀਂ ਕਿਦਾਂ ਬਦਲ ਲੈਂਦੇ ਆ ਤੇ ਅੱਜ ਉਹ ਸਭ ਤੋਂ ਵੱਧ ਝਿੱਲੀ ਬਦਲ ਕੇ ਬੈਠਾ ਮੈਨੂੰ ਉਹਦੇ ਤੇ ਬੜੀ ਹਰਾਨੀ ਕਿ ਹੁੰਦੀ ਹੈ ਤੇ ਇਸ ਕਰਕੇ ਮੈਂ ਪਹਿਲਾਂ ਹੀ ਕਿਹਾ ਤੁਹਾਨੂੰ ਦੋਨਾਂ ਨੂੰ ਕਿਹਾ ਕਿ ਯਾਰ ਜੇ ਅੱਖ ਮਿਲਾ ਕੇ ਬੇਟਾ ਕੋਈ ਗੱਲ ਨਾ ਨਾ ਕਰੇਗਾ ਹਮ ਉਹ ਲੀਡਰਾਂ ਨੂੰ ਮੂੰਹ ਨਾ ਲਾਓ ਇਹ ਦੇਸ਼ ਪਟਿਆ ਗਿਆ ਸਾਡਾ ਇੱਕ ਸਵਾਲ ਹੋਰ ਜੀ ਹੈਲੋ ਸਰ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਕਿ ਹੁਣ ਜੇ ਕੋਈ ਸੈਂਟਰਲ ਗਵਰਨਮੈਂਟ ਦੇ ਅਗੇਂਸਟ ਬੋਲਦਾ ਹੈ ਤਾਂ ਉਹਨੂੰ ਕਹਿ ਲੈਂਦੇ ਆ ਕਿ ਇਹਨਾਂ ਨੇ ਯੂਏਪੀਏ ਜਾਂ ਤਾੜਾਉਂ ਦਾ ਤੇ ਲੱਗ ਜਾਂਦਾ ਐਕਟ ਪਰ ਆਪਾਂ ਸਾਰਿਆਂ ਨੂੰ ਕੀ ਪਤਾ ਹੀ ਹੈ ਕਿ ਕਾਂਗਰਸ ਦੇ ਟਾਈਮ ਦੇ ਵਿੱਚ ਪਾਸ ਕੀਤਾ ਗਿਆ ਸੀ ਉਹ ਜੇ ਕਾਂਗਰਸ ਕਰਦੀ ਵੀ ਨਾ ਤੇ ਇਹ ਬੜਾ ਵਧੀਆ ਕੌਣ ਸੇ ਤੁਸੀਂ ਕੀਤਾ ਇਹਦੇ ਤੇ ਉਹ ਜਿਹੜਾ ਹੈ ਕਹਿੰਦਾ ਈਡੀ ਵੀ ਇਹ ਵੀ ਕਾਂਗਰਸ ਨੇ ਕੀਤਾ ਸਭ ਤੋਂ ਪਹਿਲਾਂ ਚਤਾਂਬਰ ਵੀ ਹੰਦਰ ਦਿੱਤਾ ਜਿਹਨੇ ਪਾਸ ਕੀਤਾ ਸੀ ਚੰਗੇ ਕੰਮ ਲਈ ਇਹ ਕਾਨੂੰਨ ਪਾਸ ਕੀਤੇ ਗਏ ਸੀ ਨਾ ਕਿ ਪੋਲਿਟਿਕਲ ਆਪਣੀਆਂ ਅੰਦਰ ਦੇ ਪੋਲਿਟਿਕਲ ਆਪੋਨੈਂਟਸ ਨੇ ਉਹਨਾਂ ਨੂੰ ਦਰਦ ਦੇ ਤੁਸੀਂ ਜਿਹੜੀ ਕੱਲ ਕਿਤੇ ਕਿ ਕੱਲ ਨੂੰ ਇਹ ਚੀਜ਼ ਹੋ ਜਾਏਗੀ ਜਿਹੜੇ ਕੰਮ ਕੀਤੇ ਜਾਂਦੇ ਤੁਹਾਨੂੰ ਇਹ ਪਤਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਇਆ ਜਿਨ੍ਹਾਂ ਨੂੰ ਫਾਂਸੀ ਦੇ ਫੰਦੇ ਆ ਤੇ ਚੜੇ ਜਿਹੜੇ ਕਈ-ਕਈ ਸਾਲ ਜੇਲ੍ਹ ਦਾ ਚਲੇ ਗਏ ਉਹਨਾਂ ਨੂੰ ਕਦੀ ਇਹ ਨਹੀਂ ਸੀ ਪਤਾ ਕਿ ਦੇਸ਼ ਆਜ਼ਾਦ ਹੋਏਗਾ ਹੁਣ ਇਹ ਆ ਗਿਆ ਕਿ ਆਪਾਂ ਨੂੰ ਦੂਜੀ ਆਜ਼ਾਦੀ ਦੀ ਜੰਗਲ ਲੜਦੀ ਪੈਣੀ ਹੈ ਜਿਹੜੇ ਕਿਸ ਤਰ੍ਹਾਂ ਨਾਂ ਕੀ ਨੇ ਕਾਲੀ ਰੈਸਪੀ ਕਿਤੇ ਸੀ ਬੈਤ ਇਹੀ ਕਹੀ ਜਾਂਦਾ ਪਰ ਉਹਨੂੰ 77 ਦੇ ਵਿੱਚ ਇਹੋ ਜਿਹਾ ਮਜ਼ਾ ਚ ਖਾਇਆ ਲੋਕਾਂ ਨੇ ਉਹਨੂੰ ਵੀ ਹਰਾ ਦਿੱਤਾ ਹੂੰ ਤੇ ਇਸ ਕਰਕੇ ਜਿਹੜਾ ਐਰੋਗੈਂਸੀ ਜਾਂ ਦੇਸ਼ ਦੇ ਨਾਲ ਜਾਂ ਵੋਟਰ ਦੇ ਨਾਲ ਜੋ ਕਰੇਗਾ ਉਹਨੂੰ ਫਲ ਜ਼ਰੂਰ ਮਿਲਦਾ ਕਈਆਂ ਨੂੰ ਬਹੁਤੀ ਜਲਦੀ ਮਿਲ ਜਾਂਦਾ ਕਈਆਂ ਨੂੰ ਥੋੜਾ ਲੇਟ ਹੁੰਦਾ ਇਹ ਮਿਲਣਾ ਚਾਹੀਦਾ ਤੇ ਇਹ ਤੁਸੀਂ ਤਾਂ ਹੀ ਮਿਲਣਾ ਜੀ ਅੱਜ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਤੁਸੀਂ ਇੱਥੇ ਬੈਠ ਕੇ ਇਹੋ ਜਿਹੇ ਕੁਐਸਚਨ ਸਾਨੂੰ ਪੁੱਛੋ ਅਜੇ ਤੁਸੀਂ ਮੈਨੂੰ ਬਹੁਤ ਪੋਲਾਈਟਲੀ ਗੱਲਾਂ ਕੀਤੀਆਂ ਨੇ ਇਹੋ ਜੇ ਕਰਨੀ ਚਾਹੀਦੀ ਕਿ ਮੈਂ ਤੁਹਾਡੇ ਚੋਂ ਉੱਠ ਕੇ ਭਜਦਾ ਯਾਰ ਮੈਨੇ ਕੋਲ ਜਾਣ ਕਿਵੇਂ ਬਚਾਉਣੀ ਆ ਨਹੀਂ ਜਦੋਂ ਤੁਹਾਡੇ ਚੋਂ ਉਹ ਜ਼ਰੂਰਤ ਆ ਗਈ ਨਾ ਲੋ ਤੁਹਾਡੀਆਂ ਨਾ ਸਟੇਜਾਂ ਤੇ ਖਲੋ ਕੇ ਡਰਦੇ ਨਹੀਂ ਬੜਿਆ ਕਰਨਾ ਤੇ ਅਸੀਂ ਪਹਿਲਾਂ ਤਿਆਰੀ ਕਰਕੇ ਆਉਂਗੇ ਕਿ ਆਪਣੇ ਆਪ ਨੂੰ ਸਾਫ਼ ਰੱਖੋ ਅਸੀਂ ਨੁਕਸਾਨ ਵੀ ਨਾ ਕਰ ਲਈਏ ਯਾਰ ਤੁਹਾਡਾ ਵੱਧ ਚੱਲੇ ਤੁਹਾਡੇ ਚੈਨਲ ਵੱਧ ਚੱਲਣਗੇ ਚਲੋ ਅਸੀਂ ਇਹ ਗੁਰਬਾਜ ਨੇ ਸਾਡੇ ਐਮਪਲੋਈ ਇਹ ਵੀ ਸਰ ਸ਼੍ਰੀ ਅਰਗੁੰਦਰ ਦੇ ਲਾ ਕੇ ਪਿੰਡਿਆ ਮਾੜੀ ਪਨਵਾ ਕਿਹੜਾ ਮਾੜੀ ਪਨਵਾ ਸ਼੍ਰੀ ਅਰਗੁੰਦਰ ਮਾੜੀ ਪਨਵਾ ਅੱਛਾ ਅੱਛਾ ਉਥੋਂ ਦਾ ਜਦ ਤੁਹਾਡੇ ਪਿੰਡ ਦਾ ਮੈਨੂੰ ਹੁਣ ਮਾੜੀ ਪਨਵਾ ਦਾ ਦਰਸ਼ਨ ਹੁੰਦਾ ਸੀ ਹਾਂਜੀ ਤੇ ਸਰ ਮੈਂ ਮਤਲਬ ਮੈਨੂੰ ਵੀ ਉਹ ਜਿਹੜਾ ਉਹਨੇ ਸਵਾਲ ਕਿਹਾ ਨਾ ਕਿ ਸੜਕਾਂ ਵਗੈਰਾ ਮੈਂ ਵੀ ਨਾ ਚੰਡੀਗੜ੍ਹ ਬਣਾਇਆ ਮੈਂ ਡੇਡ ਡੇਡ ਘੰਟਾ ਵੇਟ ਕਰਦੇ ਰਹਿੰਦਾ ਓਡੇ ਤੇ ਖਲੋ ਕੇ ਕਾਫੀ ਟਾਈਮ ਲੱਗ ਜਾਂਦਾ ਹੈ ਡੇਡ ਡੇਡ ਘੰਟਾ ਤੋਂ ਬਾਅਦ 6 ਘੰਟੇ ਚੰਡੀਗੜ੍ਹ ਹੁੰਦੇ ਆ ਇਹ ਇਹ ਵੇਖੋ ਇਹ ਇਹ ਪਾਰਲੀਮੈਂਟ ਵਿੱਚ ਠੀਕ ਹੈ ਕਿ ਨਹੀਂ ਤੇ ਵਾਕਈ ਤੁਹਾਡੀ ਬਿਲਕੁਲ ਗੱਲ ਠੀਕ ਹੈ ਕਿ ਮੈਂ ਇਹ ਬੜੀ ਇੰਟਰਸਟਿੰਗ ਗੱਲ ਹੈ ਕਦੀ ਕੈਪਟਨ ਸਾਹਿਬ ਜਦੋਂ ਕਿਤੇ ਆਉਣਗੇ ਤੁਹਾਡੇ ਇੱਥੇ ਚੈਨਲ ਤੇ ਉਹਨਾਂ ਨੂੰ ਪੁੱਛੋ ਮੈਂ ਉਹਨਾਂ ਨੂੰ ਪੜੇ ਹੱਥ ਚੋੜੇ ਮੈਂ ਜੀ ਮੈਨੂੰ ਜੇਲ੍ਹ ਦੇ ਲਓ ਇਹਦੇ ਵਿੱਚ ਕੀ ਰੱਖਿਆ ਸਾਰਾ ਦਿਨ ਮੈਂ ਕਿਹਾ ਮੈਨੂੰ ਨੀਂਦ ਵੀ ਨਹੀਂ ਆਉਦੀ ਮੇਰੇ ਮੋਬਾਈਲ ਤੇ ਮੈਂ ਵੇਖਦਾ ਰਹਣਾ ਕਿ ਯਾਰ ਹੁਣ ਨਾ ਫਸ ਜਾਵਾਂ ਹੁਣ ਨਾ ਫਸ ਜਾਵਾਂ ਮੈਂ ਸਾਰਾ ਦਿਨ ਮੈਂ ਮੋਬਾਈਲ ਹੀ ਵੇਖਦਾ ਰਹਿਣਾ ਕਿ ਕੋਈ ਕੌਣ ਸੁੱਤਾ ਕੌਣ ਜ਼ਿਆਦਾ ਕੌਣ ਭੱਜਣ ਲੱਗਾ ਤੇ ਮੈਂ ਕਿਹਾ ਜੀ ਮੈਨੂੰ ਟਰਾਂਸਪੋਰਟ ਦੇ ਦਿਓ ਪਰ ਕੈਪਟਨ ਮ ਉਹ ਤਖفیر ਬਾਤਲ ਹੋਣਾ ਦੇ ਨਾਲ ਸਮਝੌਤਾ ਹੋ ਗਿਆ ਸੀ ਉਹ ਸੁਖਜਿੰਦਰ ਸਿੰਘ ਰਦਾਵੇ ਨੂੰ ਦੇਣਾ ਮੈਂ ਕਿਹਾ ਜੀ ਮੈਂ ਇਹਨਾਂ ਦੀ ਬੱਸਾਂ orbit ਨਹੀਂ ਫੜੂੰਗਾ ਮੈਂ ਬੱਸਾਂ ਦੇ ਚਲਾ ਲਈਏ ਕਿਤੇ ਪੰਜਾਬ ਚ ਮੈਂ ਇਹ ਉਹਨਾਂ ਨੂੰ ਇਹ ਕਿਹਾ ਸੀ ਤੇ ਇਹ ਮੇਰੀ ਗੱਲ ਸੁਣੋ ਸਾਨੂੰ ਜਿਹੜੀ ਪਬਲਿਕ ਟਰਾਂਸਪੋਰਟ ਆ ਇਹਨੂੰ ਸਾਨੂੰ ਪੰਜਾਬ ਚ ਲੈ ਕੇ ਆਉਣਾ ਪੈਣਾ ਦੇਖੋ ਇਹ ਤਰਾਸਦੀ ਹੈ ਰਦਾਵਾ ਸਾਹਿਬ ਕੇ ਅਸੀਂ ਜਰਨਲਿਸਟ ਐ ਲੋਕ ਸਾਡੇ ਬੰਨੀ ਇਹ ਦੇਖਦੇ ਆ ਕਿ ਸਾਡੇ ਮੁੱਦੇ ਚੱਕਣਗੇ ਔਰ ਸਾਡੇ ਮੁੱਦੇ ਸੁਲਝਾਉਣਗੇ ਔਰ ਸਾਡੇ ਆਪਣੇ ਕਲੀਗਜ਼ ਦੇ ਉਹ ਇਹ ਈਸ਼ੂ ਚੱਕਰੀਏ ਕਿ ਸਾਨੂੰ ਬੱਸ ਨਹੀਂ ਮਿਲਦੀ ਜੀ ਸਾਡੇ ਵਜ਼ੀਰਾਂ ਨੂੰ ਪੁੱਛਿਆ ਕਰੋ ਟ੍ਰਾਂਸਪੋਰਟ ਮਨਿਸਟਰ ਨੂੰ ਬੁਲਾ ਕੇ ਪੁੱਛਿਓ ਹੈ ਜਿਹੜਾ ਕਹਿੰਦਾ ਕਹਿੰਦਾ ਮੈਂ ਗੁੱਲੀ ਕਾੜੇ ਦੀ ਠੀਕ ਨਹੀਂ ਇਹੋ ਜਿਹਾ ਸਾਨੂੰ ਜ਼ਬਾਨ ਨਹੀਂ ਚਲਉਣੀ ਸਾਨੂੰ ਸਾਨੂੰ ਤਾਂ ਸੋ ਉਹ ਚਲਉਣੀ ਚਾਹੀਦੀ ਆ ਕਿ ਉਹਨੂੰ ਕਹਿੰਦੇ ਜੇ ਬੱਸ ਚਲਾਵਾਂਗਾ ਜਿਹੜੀਆਂ ਬੱਸਾਂ ਨਹੀਂ ਚੱਲਦੀ। ਬੜਾ ਦੇਖੋ ਹਰ ਤੁਸੀਂ ਵੀ ਸੱਤਾ ਦੇ ਵਿੱਚ ਰਹੇ ਹੋ ਜੀ 2002 ਤੋਂ 7 ਤੱਕ ਸਰਕਾਰ ਰਹੀ ਫਿਰ 17 20 ਤੱਕ ਬੜਾ ਯਾਰ ਜ਼ੋਰ ਲਾਇਆ ਇੱਕ ਨੇ ਨਹੀਂ ਲਾਇਆ ਬਹੁਤ ਬੰਦਿਆਂ ਨੇ ਜ਼ੋਰ ਲਾਇਆ ਉੱਥੇ ਨਾ ਸਾਡੀ ਮੀਟਿੰਗ ਚਲੋ ਹੁਣ ਹੁਣ ਤੇ ਕੰਮ ਮੁੱਕ ਗਿਆ ਉੱਥੇ ਸਾਡੀ ਮੀਟਿੰਗ ਚੱਲੀ ਬਿਊਰੋ ਆਫ ਵਿਜੀਲੈਂਸ ਤੇ ਮੈਂ ਉਦੋਂ ਹੀ ਕਹਤਾ ਮੈਂ ਕੈਪਟਨ ਸਾਹਿਬਾਂ ਦਾ ਬਿਊਰੋ ਆਫ ਕਰਪਸ਼ਨ ਰੱਖ ਦੋ ਕਿ ਇਹ ਕਰਪਸ਼ਨ ਖਤਮ ਕਰਨ ਦੀ بجائے ਅਸੀਂ ਇੱਕ ਸੈਂਟਰ ਖੋਲ੍ਹ ਦਿੱਤਾ ਤੇ ਮੇਰੇ ਨਾਲ ਬਹੁਤ ਨਾਰਾਜ਼ਗੀ ਜ਼ਾਹਰ ਕੀਤੀ ਤੇ ਮੈਂ ਤਾਂ ਹੀ ਕਿਹਾ ਕਿ ਥੋੜਾ ਜਿਹਾ ਨਾ ਘੱਟ ਬੋਲਣਾ ਕਿ ਇਹਦਾ ਨੁਕਸਾਨ ਹੋ ਜਾਂਦਾ ਕੈਪਟਨ ਸਾਹਿਬ ਕਈ ਦਿਨ ਮੇਰੇ ਨਾਲ ਬੋਲੇ ਹੀ ਨਹੀਂ ਮਖਾਜੀ ਚਲੋ ਕੋਈ ਗੱਲ ਫੇਰ ਮੈਂ ਮਨਾ ਮਨਾ ਜੱਫੀ ਜੂਰੀ ਪਾ। ਤੁਹਾਨੂੰ ਓਵਰ ਆਲ ਕੈਪਟਨ ਸਾਹਿਬ ਦੀ ਲੀਡਰਸ਼ਿਪ ਦਾ ਨੁਕਸਾਨ ਹੋਇਆ ਪੰਜ ਸਾਲਾਂ 'ਚ। ਇਹ ਕਾਂਗਰਸ ਨੂੰ ਕਿਉਂ ਕੈਪਟਨ ਅਮਰਦਰ ਸਿੰਘ ਨੂੰ ਜ਼ਰੂਰ ਹੋਇਆ। ਜ਼ਿਆਦਾ ਕਾਂਗਰਸ ਨੂੰ ਨਹੀਂ ਹੋਇਆ। ਠੀਕ ਹੈ। ਅ ਵੀ ਜੇ ਹਰਵਿੰਦਰ ਕੁਝ ਪੁੱਛਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਸਰ ਮੇਰਾ ਜਿਹੜਾ ਸਵਾਲ ਹੈ ਥੋੜਾ ਸਿਆਸਤ ਤੋਂ ਹਟ ਕੇ ਹੈ। ਮੈਂ ਮਤਲਬ ਤੁਸੀਂ ਬਹੁਤ ਸਕਸੈਸਫੁਲ ਪੋਲੀਟੀਸ਼ੀਅਨ ਰਹੇ ਹੋ ਤੁਸੀਂ ਡਿਪਟੀ ਸੀਐਮ ਰਹੇ ਐਮਐਲਏ ਰਹੇ ਐਮਪੀ ਦਾ ਫਤਵਾ ਤਾਂ ਉਹਨਾਂ ਨੂੰ ਲੋਕਾਂ ਨੇ ਦੇਣਾ ਹੈ ਹਨਾ। ਅਗਰ ਤੁਸੀਂ ਸਿਆਸਤ ਪਲਾਨ ਬੀ ਕੀ ਸੀਗਾ ਤੁਹਾਡਾ ਏਮ ਮਤਲਬ ਸਿਆਸਤ ਤੋਂ ਹਟ ਕੇ ਕੀ ਸੀਗਾ ਮੇਰਾ ਨਾ ਅੱਜ ਵੀ ਜਿਹੜਾ ਕੋਈ ਹੈਗਾ ਨਾ ਬਹੁਤਾ ਮੈਂ ਜਦੋਂ ਆਪਣੇ ਘਰ ਹੂੰ ਆ ਤੇ ਮੇਰਾ ਤੇ ਥੋੜਾ ਜਿਹਾ ਫਿਰ ਐਗਰੀਕਲਚਰ ਵਾਲੀ ਧਿਆਨ ਰਹਿੰਦਾ ਮੇਰਾ ਇਹ ਹੁੰਦਾ ਕਿ ਕੁੱਤੇ ਸੋਨੇ ਜੇ ਰੱਖੋ ਉਹ ਤਿੰਨ ਚਾਰ ਮੈਂ ਰੱਖੇ ਨੇ ਉਹਨਾਂ ਦੇ ਨਾਲ ਖੇਡ ਖੁੱਡ ਲੈਂਦਾ ਤੇ ਜ਼ਿਆਦਾ ਮੇਰਾ ਸੀਗਾ ਕਿ ਆ ਆਪਣੇ ਪਰਿਵਾਰ ਚ ਰੋ ਮੇਰੇ ਐਕਚੁਅਲੀ ਜੇ ਅੱਜ ਮੈਂ ਜੋ ਵੀ ਹੈਗਾ ਮੈਂ ਆਪਣੀ ਮਾਂ ਕਰਕੇ ਤੇ ਜਦੋਂ ਵੀ ਮੇਰੀ ਮਾਂ ਨੂੰ ਗਈ ਨੂੰ 97 898 ਤੇ ਗਈ ਸੀ ਅੱਜ ਵੀ ਮੈਨੂੰ ਆਪਣੀ ਮਾਂ ਨੂੰ ਮੈਂ ਜਦੋਂ ਯਾਦ ਕਰਦਾ ਤੇ ਮੇਰੀ ਅੱਖਾਂ ਪਰ ਆਉਂਦੀਆਂ ਤੇ ਜਿਹੜਾ ਬੱਚਾ ਆਪਣੇ ਮਾਂ ਬਾਪ ਨੂੰ ਭੁੱਲ ਜਾਂਦਾ ਉਹ ਕਦੀ ਸੁਖੀ ਨਹੀਂ ਰਹਿੰਦਾ ਜਿੰਨਾ ਆਪਣਾ ਮਾਂ ਨੂੰ ਯਾਦ ਕਰਦਾ ਤੇ ਖੁਸ਼ ਹੁੰਦੇ ਹੋਂਗੇ ਜੇ ਆਪਣੀ ਤੁਸੀਂ ਜਿਸ ਮਕਾਮ ਤੇ ਪਹੁੰਚੇ ਆਪਣੇ ਸਟੇਟ ਨੂੰ ਯਾਦ ਰੱਖਿਆ ਉਹ ਕਦੀ ਫੀਲਿੰਗ ਦਾ ਜਿਹੜਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਛੱਡ ਜੇਗਾ ਉਹ ਕਦੀ ਜਿੰਨੀ ਕਿ ਜੇ ਬੇਟਾ ਕਾਮਯਾਬੀ ਹੋ ਸਕਦਾ ਜੋ ਆਪਣੀ ਧੀ ਨੂੰ ਆਪਣੀ ਬੋਕਲ ਚ ਲੈ ਕੇ ਮੇਰੀਆਂ ਦੋਵੇਂ ਬੇਟੀਆਂ ਨੇ ਤੇ ਇੱਕ ਮੇਰਾ ਬੇਟਾ ਮੈਂ ਫੇਟਿਆਂ ਨਾਲ ਨਹੀਂ ਜਿੰਨਾ ਚਿਰ ਮੈਨੂੰ ਸ਼ਾਮ ਨੂੰ ਮੈਂ ਆਪਣੀਆਂ ਦੋਵਾਂ ਬੇਟੀਆਂ ਨੂੰ ਦੋਵੇਂ ਮੈਰਿਡ ਨੇ ਜਿੰਨਾ ਚਿਰ ਮੈਂ ਉਹਨਾਂ ਦੋਨਾਂ ਚ ਨੀਂਨਾ ਬੈਠਦਾ ਉਹਨਾਂ ਚਿਰ ਮੈਨੂੰ ਤਸੱਲੀ ਨਹੀਂ ਹੁੰਦੀ ਤੇ ਜੇ ਮੈਨੂੰ ਉਹਨਾਂ ਨੇ ਟਿਕਟ ਮੈਨੂੰ ਮੇਰੇ ਮੇਰੀ ਵਾਈਫ ਕਹਿੰਦੀ ਕਿ ਜੀ ਪਾਰਲੀਮੈਂਟ ਦੀ ਟਿਕਟ ਦੇ ਦਿਆ ਲੈ ਲਓ ਤੇ ਮੈਂ ਕਿਹਾ ਕਿ ਇਹ ਕੁੜੀਆਂ ਚੰਡੀਗੜ੍ਹ ਰਹਿਣੀਆਂ ਮੈਂ ਦਿੱਲੀ ਰਹਿਣਾ ਤੇ ਮੇਰਾ ਜੀ ਕਦਾ ਲੱਗੂ ਤੇ ਮੈਂ ਕਿਹਾ ਫਿਰ ਮੈਂ ਦੌੜਿਆ ਕਰੂੰਗਾ ਸ਼ੁਕਰਵਾਦ ਸ਼ਾਮ ਨੂੰ ਕਿ ਚੱਲ ਆਪਣੀ ਪੋਤੀ ਦੇ ਨਾਲ ਦੋਤੀ ਦੇ ਨਾਲ ਜਾ ਕੇ ਖੇਡਾਂ ਜਿਹੜੀ ਸਵਾ ਸਾਲ ਦੀ ਆ ਤੇ ਮੈਂ ਕਿਹਾ ਇਹ ਜਿਹੜੀਆਂ ਚੀਜ਼ਾਂ ਨੇ ਬੇਟਾ ਵਾਕਿਆ ਹੀ ਇਹ ਤੇਰਾ ਕੁਐਸ਼ਨ ਬਹੁਤ ਵਧੀਆ ਮੇਰਾ ਮੈਂ ਪੋਲਿਟਿਕਸ ਦੇ ਵਿੱਚ ਮੈਂ ਪਹਿਲਾਂ ਹੀ ਕਹ ਦਿੱਤਾ ਸੀ ਮੇਰਾ ਕੋਈ ਇੰਟਰਸਟ ਨਹੀਂ ਸੀ ਇਹ ਪਤਾ ਨਹੀਂ ਉੱਪਰੋਂ ਹੀ ਗੱਲ ਆ ਗਈ ਪ੍ਰਮਾਤਮਾ ਵੱਲੋਂ ਤੇ ਉਹੋ ਹੀ ਚੀਜ਼ਾਂ ਦਿੰਦਾ ਤੇ ਉਹੋ ਹੀ ਚੀਜ਼ਾਂ ਖੋਦਾ ਤੇ ਪ੍ਰਮਾਤਮਾ ਨੂੰ ਯਾਦ ਰੱਖੋ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਤੇ ਜਿੱਦੋਂ ਤੋਂ ਹੀ ਪੋਲਿਟਿਕਸ ਦੇ ਵਿੱਚੋਂ ਉਹ ਸਿਰ ਤੁਹਾਡਾ ਜਿਹੜਾ ਪਰਿਵਾਰ ਹੈ ਪਬਲਿਕ ਹੈ ਤੁਹਾਡੇ ਵੋਟਰ ਨੇ ਤੁਹਾਡੇ ਸਪੋਰਟਰ ਨੇ ਜੇ ਉਹਨਾਂ ਨਾਲ ਬੇਈਮਾਨੀ ਕੀਤੀ ਤੇ ਆਪਣਾ ਘਰ ਭਰਨ ਦੀ ਕੋਸ਼ਿਸ਼ ਕੀਤੀ ਜੇ ਮੈਂ ਆਪਣੇ ਵਰਕਰ ਦੀ ਜੇਬ 'ਚ ਪੈਸੇ ਪਾਉਣਾ ਉਹ ਵਰਕਰ ਮੇਰੇ ਲਈ ਪੈਸਾ ਖਰਚ ਕਰਦਾ ਜੇ ਮੈਂ ਆਪਣੀ ਜੇਬ 'ਚ ਪਾਉਣਾ ਤੇ ਉਹ ਵਰਕਰ ਕਹਿੰਦਾ ਕਿ ਬੇਈਮਾਨ ਹੈ ਮੇਰਾ ਲੀਡਰ ਇਹ ਲੀਡਰ ਨੂੰ ਆਪਣੀ ਪਰਸੈਪਸ਼ਨ ਬਣਾਉਣੀ ਪਏਗੀ ਚਲੋ ਆਪਾਂ ਆਖਰੀ ਨੋਟ ਤੇ ਆ ਇਸ ਨੂੰ ਵਾਈਂਡ ਅਪ ਕਰਨਾ ਹੈ ਜੀ ਮੰਨਦੇ ਪੋਲਿਟਿਕਸ ਚ ਆਈ ਗਏ ਹੋ ਤੇ ਆਪਣੇ ਆਪ ਨੂੰ ਸੀਐਮ ਦੀ ਕੁਰਸੀ ਤੇ ਦੇਖਦੇ ਹੋ ਤੁਸੀਂ ਮੈਂ ਮੇਰੀ ਉਹ ਮੈਨੂੰ ਤੇ ਬੇਟਾ ਮੈਨੂੰ ਤੇ ਤੁਰੇ ਜਾਂਦੇ ਤੂੰ ਸੀਐਮ ਨੂੰ ਨਹੀਂ ਬਣਾਇਆ ਕਿ ਇਹਨੇ ਤੇ ਜੇ ਮੈਂ ਫੇਰ ਮੈਂ ਫੇਰ ਖਵਾਬ ਵੇਖਣ ਲੱਪਿਆ ਤੇ ਮੈਂ ਤੇ ਕੋਈ ਨਹੀਂ ਮੈਂ ਤੇ ਸੁਪਨਾ ਲੈਂਦਾ ਹੀ ਨਹੀਂ ਨਹੀਂ ਇਹ ਸਵਾਲ ਮਨਪ੍ਰੀਤ ਹੋਰਾਂ ਨੇ ਇਸ ਲਈ ਪੁੱਛਿਆ ਕਿ ਅਸੀਂ ਸਾਰਾ ਦਿਨ ਨਿਊਜ਼ ਐਡਿਟ ਕਰਦੇ ਆ ਨਿਊਜ਼ ਚਲਾਉਂਦੇ ਆ ਬਣਾਉਂਦੇ ਆ ਤਿਆਰ ਕਰਦੇ ਆ ਹਰ ਰੋਜ਼ ਸਟੇਟਮੈਂਟ ਆਪਣੇ ਰਾਜਾ ਵੜਿੰਗ ਹੋਰਾਂ ਦੀ ਕੱਲ ਪਰਸੋ ਸਟੇਟਮੈਂਟ ਆਈ ਕਿ ਮੈਂ ਬਿਲਕੁਲ ਸੀਐਮ ਬਣਨਾ ਚਾਹਣਾ ਹੈ ਮੇਰੇ ਹੱਥ ਨੇ ਲਕੀਰ ਤੇ ਲਕੀਰ ਵੀ ਹੈਗੀ ਹੈ ਉਹ ਮੇਰੀ ਲਕੀਰ ਤੇ ਪੁਰੀ ਜਿਹੇ ਮੈਂ ਲਕੀਰ ਪੁੱਛਣਾ ਚਾਹੁੰਦਾ ਕਿ ਹੈਗੀ ਹੈ ਕਿ ਨਹੀਂ ਮੇਰੀ ਮੇਰੀ ਗੱਲ ਸੁਣ ਲਓ ਮੈਂ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਰੱਖਦਾ ਜੋ ਦੇਣਾ ਪ੍ਰਮਾਤਮਾ ਨੇ ਦੇਣਾ ਮੈਂ ਕਦੀ ਨਹੀਂ ਸੀ ਸੋਚਿਆ ਕਿ ਮੇਰੇ ਬੂਏ ਦੇ ਬਾਹਰ ਇਨਚਾਰਜ ਹੋ ਕੇ ਮੇਰੇ ਚੀਫ ਮਿਨਿਸਟਰ ਮੇਰੇ ਬਾਹਰ ਖਲੋਤਾ ਹੋਏਗਾ ਕਿ ਜੀ ਤੁਹਾਨੂੰ ਕਿੰਨੇ ਵਜੇ ਮੈਂ ਮਿਲ ਸਕਦਾ ਇਹਦੇ ਤੋਂ ਵੱਡਾ ਕੋਈ ਆਨੰਦ ਨਹੀਂ ਹੋ ਸਕਦਾ ਤੇ ਇਸ ਕਰਕੇ ਜਿੱਥੇ ਕਿ ਮੈਂ ਪਹੁੰਚ ਗਿਆ ਮੈਂ ਸੈਟੀਸਫਾਈਡ ਨਹੀਂ ਚਲੋ ਜੇ ਚੀਫ ਮਿਨਿਸਟਰੀ ਦਰਵਾਜ਼ੇ ਤੇ ਆ ਕੇ ਮੁੜ ਗਈ ਕਿਸ ਦਿਨ ਲੰਘ ਵੀ ਆਉ ਅੰਦਰ ਇਹ ਆਸ ਫਿਰ ਇੱਕ ਇਸ ਤਰ੍ਹਾਂ ਦੀ ਚੀਜ਼ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਝੂਠ ਤੇ ਨਹੀਂ ਮੈਂ ਬੋਲਣਾ ਪਰ ਆ ਜਿੰਨਾ ਆਪਾਂ ਡਾਂਗਾ ਡੋਂਗਾ ਫੇਰਦੇ ਆ ਨਾ ਇਹ ਨਹੀਂ ਫੇਰਦਾ ਤੇ ਅੱਜ ਤੁਸੀਂ ਵੇਖਿਆ ਮੇਰੇ ਕੋਲ ਭਾਵੇਂ 3 ਮਹੀਨੇ ਹੀ ਹੋਮ ਰਿਹਾ ਮੈਨੂੰ ਕਹਦੇ ਨੇ ਜੀ ਤੂੰ ਡਿਪਟੀ ਸੀਐਮ ਹੋ ਰਿਹਾ ਮੇਰੇ ਨਾਲ ਤੇ ਉਹੀ ਗੱਲ ਹੋਈ ਉਹ ਜਿਹੜਾ 2 ਦਿਨ ਦਾ ਸਰਪੰਚ ਬਣਦਾ ਸਾਰੀ ਉਮਰ ਸਰਪੰਚਾਇਤ ਕਿੱਧਰ ਫਿਰਦਾ ਤੇ ਮੇਰੇ ਨਾਲ ਤੇ ਉਹ ਚੀਜ਼ ਹੋ ਗਈ ਆ ਤੇ ਮੈਨੂੰ ਕਹਿਣ ਤੇਰੇ ਕੋਲ ਹੋਮ ਰਿਆ ਉਹ ਯਾਰ 3 ਮਹੀਨੇ ਮੈਂ ਹੋਮ ਮਿਨਿਸਟਰ ਰਿਆ ਉਹਦੇ ਚੋਂ 1.5 ਮਹੀਨੇ ਤੇ ਰਾਤ ਹੀ ਰਹੀ ਤੇ ਉਹਦੇ ਚੋਂ 15 ਤੇ ਛੁੱਟੀਆਂ ਹੀ ਰਹੀਆਂ ਤੇ ਬਾਕੀ ਗਿਣ ਲਓ ਮੈਂ ਕਿੰਨੇ ਦਿਨ ਦਾ ਹੋਮ ਮਿਨਿਸਟਰ ਰਿਆ ਤੇ ਫੇਰ ਵੀ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਡਿਊਟੀ ਨੂੰ ਬਖੂਬੀ ਨਿਭਾਵਾਂ ਠੀਕ ਹੈ ਨਾ ਇਹ ਕਰਕੇ ਬੇਟਾ ਜਿਹੜੀ ਚੀਜ਼ ਜੇ ਤੂੰ ਇੱਥੇ ਬੈਠੇ ਹੋ ਪਬਲਿਕ ਦੇ ਵਿੱਚ ਸਟੇਜ ਤੇ ਖਲੋਗੇ ਕਹੋਗੇ ਆਹ ਚੀਜ਼ ਗਲਤ ਹੈ ਮੈਂ ਨਹੀਂ ਸੁਣੂੰ ਤੇ ਲੋਕ ਤੁਹਾਨੂੰ ਪਿਆਰ ਕਰਨਗੇ ਤੇ ਜੇ ਝੂੜਵਾ ਗਾਣਾ ਤੇ ਕੱਲ ਝੂਠ ਬੋਲ ਕੇ ਗਿਆ ਤੇ ਅੱਜ ਕੀ ਗੱਲਾਂ ਕਰਦਾ ਕਰਦੇ ਕਿ ਨਹੀਂ ਲੋਕ ਤੁਹਾਡੀ ਪਿੱਠ ਪਿੱਛੇ ਨਹੀਂ ਸਾਹਮਣੇ ਕਹਿਣ ਲੱਗ ਪਏ ਨੇ ਕਿ ਲੋਕਾਂ ਨੂੰ ਜਦੋਂ ਬੋਲਦੇ ਆ ਜੇ ਇਥੇ ਲੋਕ ਕੋ ਤਾੜੀਆਂ ਮਾਰਦੇ ਹੋ ਲੀਡਰਾਂ ਤੇ ਜੇ ਕਹਦੇ ਆ ਬੰਦਵਾ ਮਜ਼ਦੂਰਾ ਨੂੰ ਤਾੜੀਆਂ ਮਾਰਦੇ ਹੋ ਤੇ ਫਿਰ ਸਾਨੂੰ ਸਾਹਮਣੇ ਪਤਾ ਲੱਗ ਜਾਂਦਾ ਹੁੰਦਾ ਤੇ ਤੇਰਾ ਬਹੁਤ ਵਧੀਆ ਵਾਕਿਆ ਹੀ ਐਂਬੀਸ਼ਨ ਓਵਰ ਐਂਬੀਸ਼ੀਅਸ ਨਹੀਂ ਐਂਬੀਸ਼ਨ ਹੁੰਦੀ ਹੈ ਸਾਰੇ ਬੰਦਿਆਂ ਨੂੰ ਤੇ ਪਰ ਮੇਰੀ ਤੇ ਉਹ ਵੀ ਹੁਣ ਖਤਮ ਹੋ ਗਿਆ ਕਿ ਮੈਂ ਤੇ ਤੁਰੇ ਤੁਰੇ ਜਾਂਦੇ ਆ ਵਾਪਸ ਆ ਗਿਆ ਤੇ ਐਵੇਂ ਸੌਂ ਚੁੱਕਣ ਦਾ ਕੀ ਫਾਇਦਾ ਸੀ ਮੈਂ ਜਿੰਨੇ ਕਿ ਮੈਂ ਫੀਲਿੰਗ ਲੈਣੀ ਸੀ ਉਹ ਮੈਂ ਡਿਪਟੀ ਸੀਐਮ ਐਜ਼ ਅ ਡਿਪਟੀ ਸੀਐਮ ਲੈ ਲਈ ਅੱਛਾ ਇੱਕ ਸਵਾਲ ਮੇਰਾ ਹੋਰ ਹੈ ਰੰਦਾਵਾ ਸਾਹਿਬ ਪੰਜਾਬ ਦੀ ਸਿਆਸਤ ਦਾ ਮੈਂ ਜ਼ਿਕਰ ਕਰਾਂ ਤੁਸੀਂ ਰਾਜਸਥਾਨ ਦੇ ਵਿੱਚ ਹੁਣ ਚੋਣ ਪ੍ਰਚਾਰ ਕਰਕੇ ਆਏ ਹੋ ਆਲਮੋਸਟ ਇਲੈਕਸ਼ਨ ਹੁਣ ਖਤਮ ਹੋ ਗਏ ਹੁਣ ਪੰਜਾਬ 'ਚ ਆ ਗਏ ਪਿਛਲੇ ਸਮੇਂ 'ਚ ਚਾਹੇ ਮੈਂ ਸਰਕਾਰ ਦੇ ਦੌਰਾਨ ਵੀ ਦੇਖਾਂ ਜਿਹੜੀ ਪਾਸ਼ਾ ਹੈ ਮर्याਦਾ ਹੈ ਗੱਲ ਕਰਨ ਦੀ ਕੁੜੱਤਨ ਹੈ ਤਲਖੀ ਹੈ ਇੰਨੀ ਜ਼ਿਆਦਾ ਕਿਉਂ ਜੇ ਮੈਂ ਸਿੱਧਾ-ਸਿੱਧਾ ਤੁਹਾਡੇ ਨਾਲ ਹੀ ਸਬੰਧਤ ਆ ਜਾਂਦਾ ਬਿਕਰਮ ਮਜੀਠੀਆ ਹੋਰਾਂ ਨਾਲ ਜਾਂ ਤੁਹਾਡੇ ਵਿਚਾਰ ਜੋ ਕੁੜੱਤਨ ਰਹੀ ਯਾ ਹੁਣ ਸ਼ਾਇਦ ਉਹ ਬਿਆਨਬਾਜ਼ੀ ਕੁਝ ਘਟ ਗਈ ਹੈ ਨਹੀਂ ਦਿਖੀ ਪਰ ਪਿਛਲੇ ਸਮੇਂ ਚ ਬਹੁਤ ਉਹ ਕੋਮਟ ਡੇਢ ਸਾਲ ਰਹੀ ਬਾਹਰ ਹੈ ਉਹ ਅੰਤਮਾਨ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਨਾਲ ਤੁਹਾਡੀ ਤਲਕੀ ਹੁੰਦੀ ਹੈ ਵੇਖੋ ਮੈਂ ਮੈਂ ਇੱਕ ਚੀਜ਼ ਤੁਹਾਨੂੰ ਇਹ ਇਹ ਗੁਰਤਮ ਨੂੰ ਕਿੱਥੇ ਦੇਖਦੇ ਹਾਂ ਸਿਆਸਤ ਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਥੋਣਾ ਕਿ ਮੈਂ ਬਹੁਤ听ੀ ਵਿਖੇ ਪਰ ਸੁਣਦਾ ਜ਼ਰੂਰ ਰਿਆਂ ਚੀਫ ਮਿਨਿਸਟਰ ਜਿਹੜਾ ਇਹ ਬੜਾ ਬਟੇ ਜਿਗਰੇ ਵਾਲਾ ਚੇਤਾ ਉਸੀਂ ਵੇਖਦੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਅਸੀਂ ਇਹਨਾਂ ਕੁਝ ਬੋਲ ਜਾਂਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਵੇਂ ਕਰਕੇ ਸਾਡੇ ਵੱਲ ਵੀ ਦੇ ਸੀ ਤੇ ਸਾਨੂੰ ਹੁਣ ਖਤਰਾ ਇਹ ਹੁੰਦਾ ਕਿ ਹੁਣ ਭੱਜਣਾ ਕਿਵੇਂ ਹੈ ਕਿ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਿਉ ਪਿਉ ਕੇ ਮਾਰਨੀ ਹੈ ਪਰ ਸਰਕਾਰ ਪ੍ਰਕਾਸ਼ ਸਿੰਘ ਬਾਦਲ ਕਦੀ ਆਪਣੀ ਲੈਂਗੁਏਜ ਨੂੰ ਉਹਨੇ ਨਹੀਂ ਕੀਤਾ ਅਸੀਂ ਬੇਸ਼ੱਕ ਬੋਲ ਜਾਂਦੇ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਦੀ ਇਹੋ ਜੀ ਪਾਸ਼ਾ ਨਹੀਂ ਸੀ ਵਰਤੀ ਜਿਹੜੀ ਕਿਸੇ ਦੀ ਤਕਲੀਫ ਕਹਿੰਦੀ ਹੋਏ ਤੇ ਮੈਂ ਇੱਕ ਵਾਰ ਬੜੇ ਇੰਟਰਸਟਿੰਗ ਤੁਹਾਨੂੰ ਵੇਖੋ ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਲੋਕਾਂ ਨੂੰ ਦੱਸਣਾ ਚਾਹੀਦਾ ਅੱਜ ਵੀ ਮੈਂ ਕਹਿੰਦਾ ਕਿ ਜੇ ਅਕਾਲੀ ਦਲ ਪੰਜਾਬ ਚ ਤਕੜਾ ਹੋਏਗਾ ਤੇ ਕਾਂਗਰਸ ਵੀ ਮਜ਼ਬੂਤ ਰਹੇਗੀ ਪੰਜਾਬ ਵੀ ਮਜ਼ਬੂਤ ਰਹੇਗਾ ਨਹੀਂ ਤਾਂ ਕੋਈ ਲੀਡਰ ਨਹੀਂ ਕਹਿੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸਿਆਸਤ ਬੈਲੈਂਸ ਬਣਾ ਕੇ ਰੱਖਿਆ ਹੈ ਭਾਰਤ ਸਰਕਾਰ ਨਾਲ ਤੇ ਪੰਜਾਬੀਆਂ ਨਾਲ ਉਹ ਨਹੀਂ ਇਧਰ ਉਧਰ ਨਹੀਂ ਹੋ ਜਾਂਦੇ ਇਸੇ ਕਰਕੇ 25 ਸਾਲ ਮੁਕੰਦਰੀ ਮੈਨੂੰ ਇੱਕ ਵਾਰ ਕਹਿੰਦੇ ਕਾਕਾ ਤੁਸੀਂ ਮਿਲਣਾ ਹੀ ਛੱਡ ਗਿਓ ਤੈਨੂੰ ਪਤਾ ਤੇਰੇ ਪਿਤਾ ਜੀ ਨਾਲ ਕਿੰਨਾ ਪਿਆਰ ਸੀ ਬਹੁਤ ਪਿਆਰ ਵਿਧਾਨ ਸਭਾ ਚ ਵੀ ਉਹਨਾਂ ਨੇ ਇਹ ਗੱਲ ਕਈ ਵਾਰ ਬੋਲੀ ਸੀ ਤੁਹਾਨੂੰ ਐਡਰੈਸ ਕਰਦੇ ਹੋਏ ਅਸੀਂ ਕਵਰ ਕਰਦੇ ਹੁੰਦੇ ਸੀ ਜੀ ਉਹਦੇ ਪਿਤਾ ਜੀ ਨਾਲ ਮੇਰੇ ਬੜੇ ਅੱਛੇ ਰਿਸ਼ਤੇ ਐ ਮੈਂ ਤੁਹਾਨੂੰ ਕੁਝ ਕਹਿਣਾ ਨਹੀਂ ਹਾਂ ਬਿਲਕੁਲ ਬਹੁਤ ਵਾਰੀ ਕਹੀ ਹੋਣੀ ਅਸੀਂ ਸ਼ਰਮ ਚ ਮਰ ਜਾਂਦੇ ਹੁੰਦੇ ਕਿ ਯਾਰ ਅਸੀਂ ਬੋਲ ਜਾਣੇ ਪਰ ਅੱਜ ਵੀ ਇਹ ਤੇ ਨਹੀਂ ਅਸੀਂ ਕਹਿੰਦੇ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਤੇ ਜੇ ਸਾਡੀ ਔਕੜਤਨ ਹੁੰਦੀ ਜਾਈ ਕੋਣ ਆ ਠੀਕ ਹੈ ਕਿ ਉਹ ਮੈਨੂੰ ਕਹਿੰਦੇ ਕਹਿੰਦੇ ਕਿ ਬੇਟਾ ਇੰਨਾ ਹੀ ਛੱਡ ਗਏ ਆਪਾਂ ਕਿ ਇੱਕ ਦੂਜੇ ਨੂੰ ਬੁਲਾਉਣਾ ਹੀ ਛੱਡ ਗਏ ਆ ਜੋ ਤੁਸੀਂ ਅਸੈਂਬਲੀ ਚ ਬੋਲਦੇ ਹੋ ਸ਼ਰਮ ਨਹੀਂ ਆਉਂਦੀ ਮੈਂ ਕਿਹਾ ਜੀ ਬਹੁਤ ਆਉਂਦੀ ਹੈ ਕਹਿੰਦੇ ਫਿਰ ਬੋਲਦੇ ਕਿਉਂ ਮੈਂ ਕਹ ਬਿਕਰਮ ਨੂੰ ਤੇ ਨੱਥ ਪਾਓ ਮੈਂ ਵਰਡ ਕੇ ਸੀ ਮੈਂ ਕਹ ਬੱਸ ਸੇ ਉਹ ਟੋਏ ਨੂੰ ਪਾ ਲੋ ਸਾਨੂੰ ਤੇ ਤੁਸੀਂ ਗੁੱਸੇ ਹੁੰਦੇ ਉਹਨਾਂ ਨੂੰ ਹੀ ਹੋ ਲੋ ਮੈਂ ਤੇ ਤੁਹਾਡੀ ਸੁਣ ਲੂੰ ਉਹਨਾਂ ਨੂੰ ਸੁਣਾ ਲੋ ਮੈਨੂੰ ਕਦੇ ਸਮਝੋ ਕਹਿੰਦੇ ਦੋਵੇਂ ਖਤਮ ਹੋ ਗਏ ਅੱਜ ਮੈਨੂੰ ਜਿਆਦਾ ਅਕਾਲੀ ਦਲ ਜੋ ਖੜਾ ਪ੍ਰਕਾਸ਼ ਸਿੰਘ ਬਾਦਲ ਦੀਆਂ ਜਿਹੜੀਆਂ ਨੀਤੀਆਂ ਸੀ ਉਹਨੂੰ ਛੱਡ ਗਿਆ ਅੱਜ ਕਿੱਥੇ ਪਹੁੰਚ ਗਿਆ ਨੇ ਤੁਸੀਂ ਕਹਿ ਰਹੇ ਹੋ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਕਿ ਐਨਾ ਜ਼ਿਆਦਾ ਮਜ਼ਬੂਤ ਹੋ ਗਿਆ ਤੁਹਾਡੀ ਪਾਰਟੀ ਨੂੰ ਹੀ ਨਾ ਕਰਾਸ ਕਰ ਜਾ। ਇਹ ਤਾਂ ਕਿੰਨੀ ਵਾਰੀ ਐਂ ਇੱਕ ਦੂਜੇ ਨੂੰ ਲਾਇਆ ਤੇ ਚੜਾਇਆ। ਬਣਦੇ ਆਂ ਪਰ ਪੰਜਾਬ ਦੀ ਸ਼ਾਨ ਆਨ ਬਾਨ ਬਣਾ ਕੇ ਰੱਖੇ। ਇਹ ਤਾਂ ਨਹੀਂ ਕਿ ਆ ਕਿ ਸਾਰੇ ਹੀ ਚੋਰ ਹੋ। ਯਾਰ ਜਿਹੜੇ ਚੋਰ ਆ ਫਰਕ ਇਹ ਅੰਦਰ ਦਾ। ਜਿਹੜੇ ਕਰਪਟ ਬੰਦੇ ਨੇ ਔਨੈਸਟੀ ਬਹੁਤ ਜ਼ਰੂਰੀ ਹੈ। ਇਹ ਲੈ ਕੇ ਆਉਣੀ ਪੈਗੀ ਨਹੀਂ ਤੇ ਪੰਜਾਬ ਖਤਮ ਹੋ ਜਾਊ। ਚਲੋ ਰੰਦਾਵਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਆਏ ਵਿਸ਼ੂ ਆਲ ਦਾ ਬੈਸਟ ਤੁਸੀਂ ਅਗਲੇ ਦਿਨਾਂ ਦੇ ਵਿੱਚ ਪ੍ਰਚਾਰ ਚ ਜਾਣਾ ਹੈ ਔਰ ਬਹੁਤ ਸਾਰੀਆਂ ਚੁਣੌਤੀਆਂ ਤੁਹਾਡੇ ਸਾਹਮਣੇ ਹੋਣਗੀਆਂ ਨਹੀਂ ਕਿ ਤੁਸੀਂ ਸਾਰਿਆਂ ਨਾਲ ਮੇਰਾ ਅੱਜ ਇ tanto ਕਹਤੇ ਬੜੇ ਵਧੀਆ ਸਵਾਲ ਪਰ ਅਗਲੀ ਵਾਰ ਨਾ ਥੋੜੇ ਜਿਹਾ ਤਿੱਖੇ ਸਵਾਲ ਪੁੱਛਿਓ ਮੈਨੂੰ ਤੇ ਫਿਰ ਗੱਲ ਕਰਾਂਗੇ ਕਿਉਂਕਿ ਲੀਡਰ ਨੂੰ ਪਸੀਨਾ ਹੋਣਾ ਚਾਹੀਦਾ ਕਿ ਜੇ ਪਸੀਨਾ ਨਾ ਆਏ ਕਿ ਡਰ ਨਾ ਹੋਵੇ ਤੇ ਅੱਜ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਵਾਲ ਪੁੱਛੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਜੀ ਵਿਜੇਪਾਲ ਜਿਸ ਤਰੀਕੇ ਨਾਲ ਤੁਸੀਂ ਆਪਣੀਆਂ ਕਰ ਰਹੇ ਹੋ ਇਹ ਇਹਦੇ ਤੋਂ ਪਿੱਛੇ ਨਾ ਟਿਓ ਹਾਂ ਜਿੰਦਗੀ ਵਿੱਚ ਬਹੁਤ ਕੁਝ ਮਿਲ ਜਾਂਦਾ ਹਾਂ ਤਾਂ ਆਪਾਂ ਡਟ ਕੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਨਾ ਕਿ ਆਪਾਂ ਪਿੱਛੇ ਲੈ ਕੇ ਜਾਣਾ ਪੰਜਾਬ ਹਮੇਸ਼ਾ ਸਾਡਾ ਮੋਰੀ ਸਟੇਟ ਰਿਹਾ ਪੰਜਾਬ ਇੱਕ ਚੀਜ਼ ਮੈਂ ਦੱਸ ਦੇਣਾ ਚਾਹੁੰਦਾ ਹਿੰਦੁਸਤਾਨ ਦਾ ਹੈੱਡ ਆ ਬਾਕੀ ਹਿੰਦੁਸਤਾਨ ਤਾੜਿਆ ਜੇ ਹੈਡ ਨੂੰ ਕਿਤੇ ਕੁਝ ਹੋਗਾ ਤੇ ਹਿੰਦੁਸਤਾਨ ਪਿਆਰਾ ਤੇ ਨਹੀਂ ਖੜਾ ਹੋਏਗਾ ਇੱਕ ਕਰਕੇ ਪੰਜਾਬ ਸਾਨੂੰ ਸਾਰੇ ਰਲ ਕੇ ਮਜ਼ਬੂਤ ਕਰਨਾ ਪਏਗਾ ਇਹ ਜਿਹੜੀ ਪੱਗ ਆ ਇਹ ਰਾਜਸਥਾਨ ਚੋਂ ਮੈਂ ਪੱਗ ਵੇਖੀ ਆ ਤੇ ਪੰਜਾਬ ਚ ਵੀ ਵੇਖਿਆ ਮੈਂ ਹਰਿਆਣਾ ਚ ਵੀ ਵੇਖਿਆ ਪੂਰੇ ਹਿੰਦੁਸਤਾਨ ਚ ਪਾਕ ਦੀ ਆਪਾਂ लाज ਰੱਖਣੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆਵਾਦ ਸ੍ਰੀਮੰਤ ਸਗੀਰੰਦਾਵਾ ਅੱਜ ਜਿਸ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤੇ ਨੇ ਬੇਬਾਕੀ ਨਾਲ ਹਾਲਾਂਕਿ ਵਿੱਚ ਵਿੱਚ ਸਾਨੂੰ ਵੀ ਟੀਚਰਾਂ ਕਰਦੇ ਰਹੇ ਨੇ ਪਰ ਇੱਕ ਸਵਾਲ ਨੂੰ ਪੁੱਛਣ ਦੇ ਕਈ ਸਾਰੇ ਤਰੀਕੇ ਹੁੰਦੇ ਨੇ ਖੈਰ ਆਪੋ ਆਪਣੀ ਸੋਚ ਹੈ ਹਰ ਕੋਈ ਲੀਡਰ ਆਪਣੇ ਤਰੀਕੇ ਨਾਲ ਦੇਖਦਾ ਹੈ ਕਿ ਕਿਸ ਤਰੀਕੇ ਦੇ ਸਵਾਲ ਜਵਾਬ ਹੋਣੇ ਚਾਹੀਦੇ ਆ ਉਮੀਦ ਹੈ ਦਰਸ਼ਕਾਂ ਨੂੰ ਸਾਡਾ ਇਹ ਸ਼ੋਅ ਪਸੰਦ ਆਇਆ ਹੋਵੇਗਾ ਅਗਲੇ ਦਿਨਾਂ ਦੇ ਵਿੱਚ ਇੱਕ ਹੋਰ ਸ਼ਖਸੀਅਤ ਦੇ ਨਾਲ ਨਿਊਜ਼ ਰੂਮ ਕਟੇਰਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ